ऑडिबल बेटे देखियो आवाज आ गई ओके हा राइट थैंक यू थैंक यू बेटे थैंक यू वेरी गुड हां ਸਾਰਿਆਂ ਨੂੰ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਜਿਹੜੀ ਕਲਾਸ ਕੱਲ ਨਹੀਂ ਲਾਈ ਕੱਲ ਆਪਾਂ ਲਾਵਾਂਗੇ ਠੀਕ ਹੈ ਸੰਡੇ ਦਾ ਦਿਨ ਵੀ ਆਪਾਂ ਕਲਾਸ ਲਾਵਾਂਗੇ ਤਾਂ ਕਿ ਆਪਣਾ ਕੰਮ ਖਤਮ ਹੋ ਸਕੇ ਓਕੇ ਸ਼ੁਰੂ ਕਰਾਂਗੇ ਬੇਟੇ ਅੱਜ ਦਾ ਜਿਹੜਾ ਟਾਪਿਕ ਹੈ ਆਪਣਾ ਤੁਸੀਂ ਨਾਮ ਚ ਪੜ ਰਹੇ ਹੋਣੇ ਅੱਜ ਆਪਾਂ ਸਾਈਕਲੋਟਰੋਨ ਪੜਨਾ ਹੈ ਠੀਕ ਹੈ ਹੁਣ ਸਾਈਕਲੋਟਰੋਨ ਮੈਂ ਬਿਲਕੁਲ ਠੀਕ ਹਾਂ ਬੇਟੇ ਹੁਣ ਸੋਨੀਆ ਮੈਂ ਬਿਲਕੁਲ ਠੀਕ ਹਾਂ ਓਕੇ ਸਾਈਕਲੋਟਰੋਨ ਮੈਂ ਤੁਹਾਨੂੰ ਜਾਣ ਲੱਗਿਆਂ ਇੱਕ ਗੱਲ ਕੀਤੀ ਸੀ ਉਸ ਦਿਨ ਕਿ ਜਿਹੜੇ ਇਹ LHC ਇੱਕ ਲਾਰਜ ਹੈਡਰਨ ਕੋਲਾਈਡਰ ਦੀ ਗੱਲ ਕੀਤੀ ਸੀ ਵੀ ਲਾਰਜ ਹੈਡਰਨ ਕੋਲਾਈਡਰ ਕੰਮ ਕੀ ਕਰ ਰਿਹਾ ਹੈ ਜਬ ਬੇਸਿਕਲੀ ਜਿਵੇਂ ਪਹਿਲਾਂ ਹੀ ਗੱਲ ਕਰਾਂ ਕਿ ਇਹ ਜਿਹੜਾ ਸਾਈਕਲੋਟਰੋਨ ਹੈ ਕੋਣੇ ਪਾਰਟੀਕਲ ਐਕਸਲਰੇਟਰ ਹੈ ਹੁਣ ਪਾਰਟੀਕਲ ਐਕਸਲਰੇਟਰ ਕੀ ਕੰਮ ਕਰਦਾ ਹੈ ਉਹਦਾ ਕੰਮ ਹੁੰਦਾ ਹੈ ਕਿ ਕਿਸੇ ਪਾਰਟੀਕਲ ਨੂੰ ਚਾਰਜ ਪਾਰਟੀਕਲ ਨੂੰ ਪਾਰਟੀਕਲ ਐਕਸਲਰੇਟਰ ਵੀ ਕਿਹੜਾ ਜਿਹੜਾ ਆਪਾਂ ਪੜ ਰਹੇ ਹਾਂ ਚਾਰਜ ਪਾਰਟੀਕਲ ਨੂੰ ਐਕਸਲਰੇਟ ਕਰਨ ਵਾਲਾ ਐਂਡ ਕਿਹੜੇ ਚਾਰਜ ਪਾਰਟੀਕਲ ਯੂਜ਼ੂਲੀ ਪੋਜ਼ਿਟਿਵ ਤੇ ਹੈ ਐਕਸਲਰੇਟ ਕੀਤਾ ਜਾਂਦਾ ਨੇ ਨਾਲ ரைਟ ਕਿਉਂ ਕੀਤਾ ਜਾਂਦਾ ਹੈ ਹੁਣ ਚਾਰਜ ਪਾਰਟੀਕਲ ਨੂੰ ਐਕਸਲਰੇਟ ਕਰਨ ਦਾ ਉਹਨਾਂ ਨੂੰ ਕੋਈ ਸ਼ੌਂਕ ਨਹੀਂ ਚੜਿਆ ਹੋਇਆ ਐਕਚੁਅਲੀ ਜੇ ਤੁਹਾਡੀ ਕਿਤਾਬ ਦੇ ਹਿਸਾਬ ਨਾਲ ਸੋਚਾਂ ਤਾਂ ਉਹ ਮਤਲਬ ਐਨਸੀਆਰਟੀ ਜਾਂ ਜਿੰਨੀਆਂ ਵੀ ਰੈਫਰੈਂਸ ਬੁਕਸ ਨੇ ਉਹ ਸਿਰਫ ਇੰਨੇ ਇੱਕ ਦਾਇਰੇ ਤੇ ਰੱਖਦੀਆਂ ਨੇ ਬੇਟੇ ਕਿ ਆਪਾਂ ਨੂੰ ਸਾਰਿਆਂ ਨੂੰ ਐਟਮ ਨੂੰ ਤੋੜਨਾ ਆ ਗਿਆ ਵੀ ਆਪਾਂ ਐਟਮ ਤੋਂ ਇਲੈਕਟ੍ਰੋਨਸ ਅਲੱਗ ਕਰ ਸਕਦੇ ਹਾਂ ਹਨਾ ਲੇਕਿਨ ਐਟਮ ਦਾ ਜਿਹੜਾ ਇਨਰ ਕੋਰ ਜਿਹਨੂੰ ਅਸੀਂ ਨਿਊਕਲੀਅਸ ਕਹਿੰਦੇ ਹਾਂ ਨਿਊਕਲੀਅਸ ਨੂੰ ਤੋੜਨਾ ਸਾਡੇ ਵਸ ਦੀ ਗੱਲ ਨਹੀਂ ਹੈਗੀ ਤਾਂ ਉਹਨੂੰ ਤੋੜਨ ਦੇ ਲਈ ਆਪਾਂ ਨੂੰ ਐਕਸਟਰਾ ਐਫਰਟ ਲਾਉਣਾ ਪੈਂਦਾ ਕਿਉਂਕਿ ਉੱਤੇ ਸਟਰੋਂਗੇਸਟ ਆਪਾਂ ਪਤਾ ਹੈ ਕਿ ਚਾਰ ਚਾਰ ਤਰ੍ਹਾਂ ਦੀ ਟੋਟਲ ਫੋਰਸ ਹੁੰਦੀ ਜਿਹੜੀ ਨਿਊਕਲੀਅਰ ਫੋਰਸਿਜ਼ ਹੁੰਦੀਆਂ ਨੇ ਜਿਹੜੀਆਂ ਅੰਦਰ ਨਿਊਕਲੀਅਸ ਹੁੰਦੀਆਂ ਸਟਰੋਂਗੇਸਟ ਫੋਰਸਿਜ਼ ਦੀ ਕੈਟਾਗਰੀ ਚ ਆਉਂਦੀਆਂ ਨੇ ਉਹਨਾਂ ਉਹਨਾਂ ਨਿਊਕਲੀਅਸ ਨੂੰ ਅਲੱਗ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ ਉੱਤੇ ਜ਼ੋਰ ਲਾਉਣਾ ਪੈਂਦਾ ਬਹੁਤ ਜ਼ਿਆਦਾ ਤਾਂ ਉਹਦੇ ਲਈ ਕੀ ਕੀਤਾ ਜਾਂਦਾ ਹੈ ਕਿ ਚਾਰਜ ਪਾਰਟੀਕਲ ਨੂੰ ਬਹੁਤ ਜ਼ਿਆਦਾ એનર્ਜੀ ਦਿੱਤੀ ਜਾਂਦੀ ਹੈ ਹੁਣ ਜਦੋਂ ਕਿਸੇ ਚਾਰਜ ਪਾਰਟੀਕਲ ਨੂੰ ਤੁਸੀਂ એનર્ਜੀ ਦੇ ਰਹੇ ਹੋ ਤਾਂ ਇਹਦਾ ਮਤਲਬ ਪੱਕੀ ਗੱਲ ਹੈ ਕਿ ਉਹਨੂੰ ਸਪੀਡ ਜ਼ਿਆਦਾ ਕਰ ਰਹੇ ਹੋ ਆਫਕੋਰਸ ਯੂ ਆਰ ਸੇਇੰਗ ਕਿ ਕਾਈਨੇਟਿਕ એનર્ਜੀ ਦਾ ਮਤਲਬ ਹੈ ਹਾਫ ਐਮ ਵੀ ਸਕੁਅਰ ਸੋ ਇਨੀਵੇ ਜਦੋਂ ਮੈਂ ਬੋਲਿਆ ਕਿ ਜ਼ਿਆਦਾ એનર્ਜੀ ਹੈ ਤਾਂ ਮੈਂ ਉਹ ਇੱਕ ਐਂ ਕਹਿ ਲਓ ਸਾਇੰਟੀਫਿਕਲੀ ਸਹੀ ਬੋਲ ਰਿਹਾ ਲੇਕਿਨ ਵਿਦਨ ਦੀ ਰੈਲੇਟਿਵਿਸਟਿਕ ਲਿਮਿਟਸ ਜਦੋਂ ਮਾਸ ਨਹੀਂ ਬਦਲਦਾ ਤਾਂ ਸਪੀਡ ਹੀ ਵਧੀ ਹੁੰਦੀ ਹੈ ਸੋ ਆਪਾਂ ਹਾਈ ਸਪੀਡ ਪਾਰਟੀਕਲਸ ਉਹਨਾਂ ਤੇ ਬੰਬਾਰਡ ਕਰਦੇ ਹਾਂ ਹੁਣ ਉਹਦੇ ਨਾਲ ਕੀ ਹੁੰਦਾ ਹੈ ਕਿ ਉਹ ਟੁੱਟ ਜਾਂਦਾ ਹੈ ਜਦੋਂ ਟੁੱਟ ਜਾਂਦਾ ਹੈ ਤੇ ਅਸੀਂ ਨਿਊਕਲੀਅਸ ਦੇ ਅੰਦਰ ਦੀ ਕਹਾਣੀ ਜਾਣ ਪਾਣੇ ਆ ਸੋ ਨਿਊਕਲੀਅਰ ਰਿਐਕਸ਼ਨ ਜਿਹੜੀਆਂ ਨੇ ਪਾਰਟੀਕਲ ਐਕਸਲਰੇਟਰਸ ਨਾਲ ਕੀਤੀਆਂ ਜਾਂਦੀਆਂ ਠੀਕ ਹੈ ਨੰਬਰ 2 ਤੇ ਆ ਮੇਰੀ ਗੱਲ ਸਮਝ ਆ ਰਹੀ ਹਾਂ ਆਵਾਜ਼ ਹੁਣ ਤਾਂ ਆ ਰਹੀ ਹੈ ਮੇਰੇ ਸਾਹਮਣੇ ਦੂਜੇ ਨੰਬਰ ਤੇ ਜਿਹੜੇ ਸੋਲਿਡਸ ਨੇ ਹੁਣ ਦੇਖੋ ਇੱਕ ਸਿੰਪਲ ਦੀ ਗੱਲ ਹੈ ਕਿ ਮੈਂ ਤੁਹਾਨੂੰ ਦੇਖਣਾ ਹੈ ਜਾਂ ਤੁਸੀਂ ਮੈਨੂੰ ਦੇਖਣਾ ਹੈ ਉਹਦੇ ਲਈ ਆਪਾਂ ਨੂੰ ਕੀ ਚਾਹੀਦਾ ਲਾਈਟ ਇੱਕ ਸੋਰਸ ਜਿੰਦੇ ਤੋਂ ਫੋਟੋਨਸ ਆ ਕੇ ਆਪਣੇ ਤੇ ਸਟ੍ਰਾਈਕ ਕਰਦੇ ਨੇ ਅਸੀਂ ਚੀਜ਼ ਨੂੰ ਦੇਖ ਪਾਉਣੇ ਆ ਫੋਟੋਨਸ ਇੱਕ ਤਰੀਕੇ ਨਾਲ ਮੇਰੀ ਇਮੇਜ ਦੀ ਮੈਪਿੰਗ ਕਰਦੇ ਨੇ ਮੈਂ ਕਿਦਾਂ ਦਾ ਦਿਖਦਾ ਹਾਂਗਾ ਜਾਂ ਤੁਸੀਂ ਕਿਦਾਂ ਦੇ ਦਿਖਦੇ ਹੋਵੋਗੇ ਇਜ਼ ਏਟ ਓਕੇ ਨਾ ਸਿਮਿਲਰਲੀ ਹੁਣ ਜਦੋਂ ਆਪਾਂ ਐਟੋਮਿਕ ਲੈਵਲ ਤੇ ਚਲੇ ਜੰਨੇ ਆ ਕਿਸੇ ਕਿਸੇ ਵੀ ਸੋਲਿਡ ਦੇ ਅੰਦਰ ਦੀ ਕਹਾਣੀ ਕੀ ਏ ਉਹ ਆਪਾਂ ਨੂੰ ਕਿਹੜੀਆਂ ਅੱਖਾਂ ਨਾਲ ਦੇਖੇਗੀ ਤਾਂ ਉਹਨਾਂ ਦੇ ਲਈ ਅਸੀਂ ਪਾਰਟਿਕਲਸ ਯੂਜ਼ ਕਰਦੇ ਆਂ ਉਹ ਪਾਰਟਿਕਲਸ ਕੀ ਕਰਦੇ ਨੇ ਜਸਟ ਲਾਈਕ ਉਹਵੇਂ ਹੀ ਆਪਾਂ ਜਦੋਂ ਬੰਬਾਰਡ ਕਰਦੇ ਆ ਤਾਂ ਉਹ ਅੰਦਰ ਜਾ ਕੇ ਜਦੋਂ ਵੱਜਦੇ ਨੇ ਉਹ ਕੋਈ ਜਾਣੇ ਖਾਲੀ ਜਗ੍ਹਾ ਦੇ ਜਾਂਦੇ ਨੇ ਕੋਈ ਕਿਸੇ ਐਟਮ ਨੂੰ ਸਟ੍ਰਾਈਕ ਕਰਦੇ ਨੇ ਐਂਡ ਬਲਬਲਾ ਬਲਬਲਾ ਜੋ ਵੀ ਹੁੰਦਾ ਹੈ ਤਾਂ ਉਹ ਸਾਨੂੰ ਅੰਦਰਲੀ ਪਿਕਚਰ ਸਮਝਾ ਸਕਦੇ ਨੇ ਕਿ ਸੋਲਿਡ ਅੰਦਰੋਂ ਕਿਦਾਂ ਦਾ ਹੈ ਕਹਾਣੀਆਂ ਬੜੀਆਂ ਵਧੀਆਂ ਨੇ ਪੁੱਤਰੋ ਜਿਸ ਜਿੰਨੇ ਸਮਝਣਾ ਉਹਨਾਂ ਦੇ ਲਈ ਬਹੁਤ ਅੱਛੀਆਂ ਜਿੰਨੇ ਨਹੀਂ ਸਮਝਣਾ ਉਹਨਾਂ ਦੇ ਲਈ ਸਭ ਕੁਝ ਓਕੇ ਹੈ ਕਈ ਲੋਕ ਮੈਂ ਤੁਹਾਨੂੰ ਫਿਰ ਕਿ ਕਿ 90% ਆਫ ਦਾ ਪੀਪਲ ਸਿਰਫ ਪੇਪਰ ਦੇਣ ਲਈ ਪੜ੍ਹਦੇ ਨੇ ਇਹ ਧਿਆਨ ਚ ਰੱਖਿਓ ਸੋ ਮੈਂ ਤੁਹਾਨੂੰ ਕਿਹਾ ਕਿ ਨਿਊਕਲੀਅਰ ਰਿਐਕ ਸੋਲਿਡ ਦੀਆਂ ਪ੍ਰੋਪਰਟੀਆਂ ਦੇਖਣ ਲਈ ਹੁਣ ਮੈਂ ਤੁਹਾਨੂੰ ਇੱਕ ਘੈਂਟ ਗੱਲ ਦੱਸਦਾ ਜਿਹੜੀ ਕਿਤਾਬਾਂ 'ਚ ਮੈਂਸ਼ਨ ਨਹੀਂ ਹੁੰਦੀ ਮੈਂਸ਼ਨ ਇਹ ਨਹੀਂ ਹੁੰਦੀ ਕਿ ਆਪਾਂ ਨੂੰ ਇਹ ਪਤਾ ਹੈ ਕਿ ਨਿਊਕਲੀਅਸ ਪ੍ਰੋਟੋਨਸ ਤੇ ਨਿਊਟ੍ਰੋਨਸ ਦੀ ਮਿਲ ਕੇ ਬਣੀ ਹੋਈ ਹੈ ਕੁਆਂਟਮ ਲੈਵਲ ਤੇ ਚਲੇ ਜਾਈਏ ਤਾਂ ਪ੍ਰੋਟੋਨ ਅਗੋਂ ਜਿਹੜਾ ਕ quarks ਦਾ ਬਣਿਆ ਹੋਇਆ ਹੈ ਨਿਊਟ੍ਰੋਨ ਵੀ quarks 'ਤੇ ਬਣੇ ਹੋਏ ਨੇ ਹੁਣ ਜਦੋਂ ਬਿਗ ਬੈਂਗ ਹੋਇਆ ਸੀ ਹਨਾ ਤਾਂ ਬਿਗ ਬੈਂਗ ਵੇਲੇ ਆਪਾਂ ਨੂੰ ਪਤਾ ਹੈ ਕਿ ਆਪਾਂ ਕਹਿੰਦੇ ਹਾਂ ਅਸੀਂ ਸ਼ੂਨਿਆ ਯਾਨੀ ਕਿ ਜ਼ੀਰੋ ਤੋਂ ਚੱਲ ਕੇ ਇਹ ਸਾਰਾ ਕੁਝ ਬਣਿਆ ਰਾਈਟ ਤਾਂ ਇਹਨਾਂ ਮਤਲਬ ਇਹ ਸਾਰੀ ਜਿੰਨੀ ਵੀ ਕਾਇਨਾਤ ਹੈ ਜਿੰਨਾ ਵੀ ਤੁਸੀਂ ਆਸੇ ਪਾਸੇ ਮਾਸ ਦੇਖਦੇ ਹੋ ਉਹਨੂੰ ਮਾਸ ਕਿੱਥੋਂ ਮਿਲਿਆ ਹੋਊਗਾ ਸਾਰਾ ਉਹ ਪੱਕੀ ਗੱਲ ਹੈ ਕਿ ਕਿਤੋਂ ਸ਼ੁਰੂ ਹੋਇਆ ਹੋਊਗਾ ਕਿਤੋਂ ਨਾ ਕਿਤੋਂ originate ਹੋਇਆ ਹੋਊਗਾ ਜਿਹਨੂੰ ਅਸੀਂ Higgs boson ਦਾ ਨਾਮ ਦੇ ਦਿੰਦੇ ਹਾਂ ਉਹ ਵਾਲੀਆਂ ਸਿਚੁਏਸ਼ਨ ਆ ਜਦੋਂ ਅਸੀਂ ਦੋ ਪ੍ਰੋਟੋਨਾਂ ਨੂੰ ਵੀ ਤੋੜ ਸਕੀਏ ਸਮਝ ਰਹੇ ਹੋ ਗੱਲ ਨੂੰ ਕਿੱਥੇ ਮੈਂ ਕਹ ਰਿਹਾ ਨਿਊਕਲੀਅਸ ਨੂੰ ਤੋੜ ਕੇ ਪ੍ਰੋਟੋਨ ਤੇ ਨਿਊਟ੍ਰੋਨ ਬਾਹਰ ਕੱਢਨੇ ਹੁਣ ਉਹ ਜਿਹੜਾ ਪ੍ਰੋਟੋਨ ਹੈ ਜਿਵੇਂ ਉਹਨੂੰ ਵੀ ਤੋੜ ਕੇ ਦੇਖਣਾ ਚਾਹੁੰਨਾ ਵੀ ਉਹਦੇ ਅੰਦਰ ਕੀ ਹੈ ਉਹਦੇ ਲਈ ਯੂਜ਼ ਕੀਤਾ ਜਾਂਦਾ LHC ਲਾਰਜ ਹੈਡਰਨ ਕੋਲਾਈਡ ਹੁਣ ਲਾਰਜ ਹੈਡਰਨ ਕੋਲਾਈਡਰ ਆਇਆ ਜੈਸ ਸੈੱਡ ਕਿ ਮੈਂ ਤੁਹਾਨੂੰ ਦੱਸਾਂਗਾ ਉਹਦੀਆਂ ਡਾਈਮੈਂਸ਼ਨਸ ਕੀ ਨੇ ਮੈਂ ਉਹਨੂੰ ਦੇਖ ਕੇ ਆਇਆ ਭੁੱਲ ਜਾਂਦਾ ਬੇਟੇ ਕਿ ਉਹਦੀ ਉਹਦਾ ਜਿਹੜਾ ਸਰਕਮਫਰੈਂਸ ਏ ਹੁਣ ਤੁਸੀਂ ਦਿਮਾਗ ਲਾਉਣਾ ਕਿ 27 ਕਿਲੋਮੀਟਰ ਦਾ ਸਰਕਮਫਰੈਂਸ ਏ ਹੁੰਦਾ ਹੁਣ 27 ਕਿਲੋਮੀਟਰ ਦੇ ਸਰਕਮਫਰੈਂਸ ਦੇ ਕਰਕੇ ਕੀ ਹੁੰਦਾ ਹੈ ਕਿ ਇੰਨੇ ਵੱਡੇ ਪਾਥ ਤੇ ਜਦੋਂ ਪ੍ਰੋਟੋਨ ਚੱਲਦਾ ਤਾਂ ਉਹਦੀ ਵੈਲੋਸਿਟੀ ਬਹੁਤ ਜ਼ਿਆਦਾ ਵਧਾ ਦਿੱਤੀ ਜਾਂਦੀ ਏ ਬਹੁਤ ਤਕੜੇ ਸੁਪਰ ਕੰਡਕਟਰਸ ਯੂਜ਼ ਕੀਤੇ ਜਾਂਦੇ ਨੇ ਬੇਟਾ ਉਹ ਉੱਥੇ ਬਹੁਤ ਤਕੜੇ ਮੈਗਨੇਟਸ ਯੂਜ਼ ਕੀਤੇ ਜਾਂਦੇ ਨੇ ਅੰਦਰ ਮਤਲਬ ਮੈਂ ਪੜ ਰਿਹਾ ਸੀਗਾ ਅੱਜ ਉਹਦੇ ਅੰਦਰ ਵੈਕਿਊਮ ਕ੍ਰੀਏਟ ਕਰਨ ਤੇ ਵੀ ਕਹਿੰਦੇ 2 ਮਹੀਨਿਆਂ ਦਾ ਟਾਈਮ ਲੱਗ ਜਾਂਦਾ ਠੀਕ ਹੈ ਸਮਝੋ ਇਸ ਗੱਲ ਨੂੰ ਵੈਕਿਊਮ ਕ੍ਰੀਏਟ ਕਰਨਾ ਕਿਉਂ ਜ਼ਰੂਰੀ ਹੈ ਕਿਉਂਕਿ ਜੇਕਰ ਹੁਣ ਹੁੰਦਾ ਕੀ ਏ ਕਿ ਉਹ ਕੀ ਕਰਦੇ ਨੇ ਉਹਦੇ ਵਿੱਚ ਦੋ ਪ੍ਰੋਟੋਨ ਦੀਆਂ ਬੀਮਸ ਨੂੰ ਇਦਾਂ ਚਲਾ ਕੇ ਇੱਕ ਦੂਜੇ ਨਾਲ ਟਕਰਾਉਂਦੇ ਨੇ ਜਦੋਂ ਪ੍ਰੋਟੋਨ ਟਕਰਾਉਣਗੇ ਤੇ ਅੰਦਰੋਂ ਕੁਆਰਕਸ ਨਿਕਲਦੇ ਨੇ ਉਹ ਕੁਆਰਕਸ ਨੂੰ ਆਪਾਂ ਨੂੰ ਕਿਵੇਂ ਪਤਾ ਲੱਗੇਗਾ ਕੁਝ ਨਿਕਲ ਰਿਹਾ ਹੈ ਤਾਂ ਉਹਦੇ ਲਈ ਸੋਚੋ ਕਿ ਕਿੰਨੀਆਂ ਕਿੰਨੇ ਕਿੰਨੇ ਘੈਂਟ ਆਪਣੇ ਕੋਲ ਉਹ ਡਿਵਾਈਸਿਸ ਹੋਣਗੇ ਐਕਚੁਅਲੀ ਉਹਨਾਂ ਦੀ ਟ੍ਰੈਜੈਕ ਕਿਹੜਾ ਕਿਹੜਾ ਪਾਥ ਫੋਲੋ ਕਰ ਰਹੇ ਨੇ ਹਰ ਇੱਕ ਐਟਮ ਅਸੀਂ ਅਸੀਂ ਤਾਂ ਬਿਟੇ ਇਲੈਕਟ੍ਰੋਨ ਵੀ ਨਹੀਂ ਦੇਖਿਆ ਪ੍ਰੋਟੋਨ ਵੀ ਅਜੇ ਤੱਕ ਦੇਖਿਆ ਨਹੀਂ ਤਾਂ ਆਪਾਂ ਅੰਦਰਲੀ ਕਹਾਣੀ ਕਹਿ ਰਹੇ ਤਾਂ ਇਹ ਨਾ ਮੈਂ ਡਿਜੀਟਲੀ ਸਪੀਕਿੰਗ ਇਹਨਾਂ ਸਾਰਿਆਂ ਦੇ ਸਿਗਨੇਚਰ ਹੁੰਦੇ ਨੇ ਇਹ ਆਪ ਦਾ ਆਪ ਦਾ ਇੱਕ ਸਿਗਨੇਚਰ ਦਿੰਦੇ ਨੇ ਕਿ ਯਾਰ ਵੀ ਆ ਇੱਥੇ ਡਿਫਰੈਂਟ ਤਰ੍ਹਾਂ ਦਾ ਸਿਗਨਲ ਆਇਆ ਹੈ ਇਹ ਪੱਕਾ ਇਹਨੂੰ ਕੋਰਸਪੋਂਡ ਕਰਦਾ ਹੈ ਇਹ ਡਿਫਰੈਂਟ ਤਰ੍ਹਾਂ ਦਾ ਸਿਗਨਲ ਆਇਆ ਹੈ ਇਹਨੂੰ ਕੋਰਸਪੋਂਡ ਕਰਦਾ ਹੈ ਆਰ ਯੂ ਗੈਟਿੰਗ ਥਿਸ ਤਾਂ ਉਹ ਜਦੋਂ ਪ੍ਰੋਟੋਨ ਨਾਲ ਪ੍ਰੋਟੋਨ ਟਕਰਾਉਂਦੇ ਨੇ ਤਾਂ ਆਪਾਂ ਨੂੰ ਐਟਮ ਦੇ ਜਿਹੜੇ ਅੰਦਰ ਸੋ ਬਹੁਤ ਹੀ ਜਿਆਦਾ ਇੰਟਰਸਟਿੰਗ ਹੈ 27 ਕਿਲੋਮੀਟਰ ਤੁਸੀਂ ਸੋਚ ਕੇ ਦੇਖੋ ਮਤਲਬ ਜਿਵੇਂ ਮੈਂ ਹੁਣੇ ਇਹ ਗੱਲ ਕਰਾਂ ਕਿ 27 ਕਿਲੋਮੀਟਰ ਸਰਕਮਫਰੈਂਸ ਬਹੁਤ ਵੱਡਾ ਹੋ ਜਾਂਦਾ ਬੇਟੇ ਤੇ ਇਹ ਅন্ডਰਗਰਾਉਂਡ ਹੈ ਇਹ ਧਿਆਨ ਚ ਰੱਖਿਓ ਠੀਕ ਹੈ ਸੋ ਆਪਾਂ ਬੜਾ ਬੇਸਿਕ ਜਿਹਾ ਪੜਨ ਲੱਗੇ ਆ ਉਹ ਹੈਗਾ ਜਿਹੜਾ ਲਾਰੈਂਸ ਵੈਸੇ ਇਹਦਾ ਜਿਹੜਾ ਕ੍ਰੈਡਿਟਿਵ ਦੋ ਜਣਿਆਂ ਨੂੰ ਜਾਂਦਾ ਲਾਰੈਂਸ ਤੇ ਲਿਵਿੰਗਸਟੋਨ ਨੂੰ ਸਾਈਕਲੋਟਰੋਨ ਦਾ ਇਹ 1939 ਦੇ ਵਿੱਚ ਸਿੰਕਰੋਟਰੋਨ ਪਹਿਲਾਂ ਇੱਕ ਬਣਿਆ ਸੀਗਾ ਉਹ ਲਾਰੈਂਸ ਨੇ ਬਣਾਇਆ ਸੀ ਆਈ ਥਿੰਕ ਉਹਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਸੀਗਾ ਬੇਸਿਕਲੀ ਉਹ ਚਾਹੁੰਦੇ ਕੀ ਸੀਗੇ ਵੈਸੇ ਜਿੰਨਾਕ ਵਨ ਆਫ ਦਾ ਸਟੋਰੀਜ਼ ਇਜ਼ ਕਿ ਉਹ ਯੂਰੇਨੀਅਮ ਜਿਹੜਾ ਹੈ ਕਿਉਂਕਿ ਉਹਨਾਂ ਨੇ ਬੌਮ ਬਣਾਉਣੇ ਹੁੰਦੇ ਸੀ ਉਹ ਤੋਂ ਵਰਲਡ ਵਾਰਸ ਵਗੈਰਾ ਲੱਗੀਆਂ ਹੁੰਦੀਆਂ ਸੀ ਤਾਂ ਉਹਨਾਂ ਨੇ ਯੂਰੇਨੀਅਮ ਨੂੰ ਐਕਸਟ੍ਰੈਕਟ ਕਰਨਾ ਸੀ ਹੁੰਦਾ ਸੀਗਾ ਪਿਓਰ ਫਾਰਮ ਚ ਫॉर दैट ਇਹ ਇਦਾਂ ਦੀਆਂ ਚੀਜ਼ਾਂ ਯੂਜ਼ ਕਰਦੇ ਰਹੇ ਬੇਟੇ ਠੀਕ ਹੈ ਸੋ ਸ਼ੁਰੂ ਕਰਾਂਗੇ ਵਟ ਇਜ਼ ਸਾਈਕਲੋਟਰਨ ਮੈਂ ਬੋਲਿਆ ਕਿ ਸਾਈਕਲੋਟਰਨ ਕੀ ਹੈ ਪਾਰਟੀਕਲ ਐਕਸਲਰੇਟਰ ਅ ਚਾਰਜ ਪਾਰਟੀਕਲ ਐਕਸਲਰੇਟਰ ਇਹ ਐਕਸਲਰੇਟਰ राइट right? ये याद रखना एंड यूजुअली ਕਿਹੜਾ ਚਾਰਜ ਆਪਾਂ ਐਕਸੈਲੇਟ ਕਰਾਂਗੇ ਪੋਜ਼ਿਟਿਵ ਚਾਰਜ ਬੇਟੇ ਇਜ਼ दैट ओके ਫਿਰ ਉਦੋਂ ਬਾਅਦ ਅਗਲੀ ਗੱਲ ਹੁੰਦੀ ਹੈ ਵੀ ਇਹਨੂੰ ਬਣਾਇਆ ਕਿੰਨੇ ਸੀ ਤੁਸੀਂ ਆਪੇ ਪੜ੍ਹ ਲੈਣਾ ਕਿ ਲੌਰੈਂਸ ਤੇ ਲਿਵਿੰਗਸਟੋਨ ਨੇ ਬਣਾਇਆ ਸੀ ਇਹ ਕਿਸ ਪ੍ਰਿੰਸੀਪਲ ਦੇ ਕੰਮ ਕਰਦਾ ਹੈ ਉਹਦੀ ਗੱਲ ਕਰਦੇ ਹਾਂ ਬੇਟੇ ਹੁਣ ਬੇਸਿਕਲੀ ਮੈਂ ਬੋਲਾਂਗਾ ਕਿ ਇਹ ਦੋ ਪ੍ਰਿੰਸੀਪਲਸ ਨੂੰ ਕੰਬਾਈਨ ਕਰਕੇ ਬਣਾਇਆ ਗਿਆ ਹੈ ਇੱਕ ਚਾਰਜ ਪਾਰਟੀਕਲ ਜਦੋਂ ਇਹ ਨਾ ਅਸੀਂ ਉਹਨੂੰ ਕੀ ਕਰਨਾ ਚਾਹੁੰਦੇ ਹਾਂ એનર્ਜੀ ਵਧਾਉਣਾ ਚਾਹੁੰਦੇ ਹਾਂ ਮੈਨੂੰ ਇੱਕ ਗੱਲ ਦੱਸੋ ਮੈਂ ਤੁਹਾਨੂੰ ਕਹਦਾ ਕਿ એનર્ਜੀ ਵਧਾਉਂਦਾ ਇਨਡਾਇਰੈਕਟ ਮੀਨਿੰਗ ਇਹ ਕਿ ਉਹਦੀ ਸਪੀਡ ਵਧਾਉਣੀ ਸਪੀਡ ਵਧਾਉਣ ਦੇ ਲਈ ਕੀ ਚੀਜ਼ ਯੂਜ਼ ਹੋ ਸਕਦੀ ਇਹ ਦੱਸਣੀ ਹੈ ਤੁਸੀਂ ਮੈਨੂੰ ਸਪੀਡ ਜੇਕਰ ਕਿਸੇ ਚਾਰਜ ਪਾਰਟੀਕਲ ਦੀ ਮੈਂ ਸਪੀਡ ਵਧਾਉਣਾ ਚਾਹੁੰਦਾ ਤਾਂ ਮੈਂ ਕਿਵੇਂ ਵਧਾਵਾਂ ਹੂੰ ਦੱਸ ਸਕਦੇ ਹੋ ਕੁਆਇਟ ਆਬਵੀਅਸ ਹੈ ਕਿ ਸਪੀਡ ਵਧਾਉਣ ਦੇ ਲਈ ਤੁਹਾਨੂੰ ਉਹਨੂੰ ਐਕਸਲਰੇਟ ਕਰਨਾ ਪਏਗਾ ਤੇ ਐਕਸਲਰੇਸ਼ਨ ਸਪੀਡ ਦੀ ਡਾਇਰੈਕਸ਼ਨ 'ਚ ਜੇ ਹੋਏਗੀ ਜਾਂ ਕਿਸੇ ਕੰਪੋਨੈਂਟ 'ਤੇ ਹੋਏਗੀ ਤਾਂ ਹੀ ਵਧੇਗੀ ਯੈਸ ਵੈਰੀ ਗੁੱਡ ਜੇ ਤੁਸੀਂ ਇਹਨਾਂ ਗੱਲਾਂ ਨੂੰ ਸਮਝਦੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਇਲੈਕਟ੍ਰਿਕ ਫੀਲਡ ਹੁੰਦਾ ਉਹ ਫੋਰਸ ਪਰ ਯੂਨਿਟ ਚਾਰਜ ਹੁੰਦਾ ਜਾਂ Q ਇੰਟੂ E ਇਜ਼ ਐਕਚੁਅਲੀ F ਤੇ F ਅੱਗੋਂ ਬਰਾਬਰ ਹੁੰਦਾ ਹੈ MA ਦੇ ਸੋ ਕਿਸੇ ਵੀ ਚਾਰਜ ਪਾਰਟੀਕਲ ਨੂੰ ਐਕਸਲਰੇਟ ਕਰਨ ਦੇ ਲਈ ਤੁਹਾਨੂੰ ਉਹਨੂੰ ਇਲੈਕਟ੍ਰਿਕ ਫੀਲਡ ਦੇ ਅਲੋਂਗ ਭੇਜਣਾ ਪਏਗਾ ਆ ਇੱਥੇ ਐਮ નીચે ਲੱਗਿਆ ਸੋ ਚਾਰਜ ਪਾਰਟੀਕਲ ਨੂੰ ਐਕਸਲਰੇਟ ਕਰਨ ਲਈ ਇਲੈਕਟ੍ਰਿਕ ਫੀਲਡ ਕੰਮ ਆਉਂਦਾ ਹੈ ਕੁਆਇਟ ਆਬਵੀਅਸ ਹੈ ਮੈਗਨੇਟਿਕ ਫੀਲਡ ਕਿਉਂ ਨਹੀਂ ਕੰਮ ਆਉਂਦਾ ਬੇਟੇ ਚਾਰਜ ਪਾਰਟੀਕਲ ਨੂੰ ਦੀ ਸਪੀਡ ਵਧਾਉਣ ਦੇ ਕੰਮ ਨਹੀਂ ਆ ਸਕਦਾ ਮੈਗਨੇਟਿਕ ਫੀਲਡ ਕਿਉਂ ਨਹੀਂ ਵਧਾਈ ਜਾ ਸਕਦੀ ਸਪੀਡ ਨਾ ਮੈਗਨੇਟਿਕ ਫੀਲਡ ਦੇ ਨਾਲ ਅਸੀਂ ਸਪੀਡ ਨੂੰ ਮੈਗਨੇਟਿਕ ਫੀਲਡ ਫਿਕਸ ਹੈ ਪਹਿਲੀ ਗੱਲ ਤੇ ਧਿਆਨ ਰੱਖੋ ਮੈਗਨੇਟਿਕ ਫੀਲਡ ਦੇ ਨਾਲ ਅਸੀਂ ਸਪੀਡ ਨੂੰ ਵਧਾ ਘਟਾ ਨਹੀਂ ਸਕਦੇ ਕਮਲ ਸਰ ਸਤਿ ਸ਼੍ਰੀ ਅਕਾਲ ਅੱਛਾ ਉਹ ਤਾਂ ਹੁੰਦਾ ਹੈ ਬਿਕੋਜ਼ ਇਹ ਓਨਲੀ ਪਾਥ ਹੀ ਚੇਂਜ ਰਾਈਟ ਅਮਨ ਬੇਟੇ ਤੇਰਾ ਆਨਸਰ ਬਿਲਕੁਲ ਠੀਕ ਹੈ ਪੁੱਤ ਕਿ ਉਹਦਾ ਕੰਮ ਕੀ ਏ ਸਾਡੀ ਜਿਹੜੀ ਮੈਗਨੇਟਿਕ ਫੋਰਸ ਜਦੋਂ ਲੱਗਦੀ ਹੁੰਦੀ ਏ ਆਪਾਂ ਨੂੰ ਹੀ ਪਤਾ ਹੈ ਕਿ ਉਹ ਕਿਧਰ ਨੂੰ ਲੱਗਦੀ ਏ ਉਹ ਅਲੋਂਗ ਦਾ ਰੇਡੀਅਸ ਟੂਵਰਡਸ ਦਾ ਸੈਂਟਰ ਲੱਗਦੀ ਉਹਦਾ ਕੰਮ ਏ ਜਿਹੜੀ ਪਾਸ ਨੂੰ ਬਦਲਣਾ ਕਿਉਂਕਿ ਜਿਹੜੀ ਤੁਹਾਡੀ ਵੈਲੋਸਟੀ ਏ ਉਹ ਜੇ ਇਧਰ ਨੂੰ ਏ ਤਾਂ ਉਹਦਾ ਐਂਗਲ ਇਧਰਲੇ ਪਾਸੇ ਨੂੰ ਕਿੰਨਾ ਬਣੂਗਾ 90 ਇਹਨਾਂ ਮਤਲਬ ਹੁੰਦਾ ਇਧਰ ਕਿਹੜਾ ਕੰਪੋਨੈਂਟ ਆਏਗਾ ਬੇਟੇ ਜਦ ਫੋਰਸ ਦਾ ਸੋਰੀ ਉਧਰ ਕਿਹੜਾ ਕੰਪੋਨੈਂਟ ਜਾਏਗਾ ਜ਼ੀਰੋ ਜਾਏਗਾ ਕਿਉਂਕਿ ਫੋਰਸ ਦਾ ਕੰਪੋਨੈਂਟ ਜ਼ੀਰੋ ਜਾਂਦਾ ਇਹਦਾ ਮਤਲਬ ਉਹਦਾ ਐਕਸਲੇਸ਼ਨ ਨਹੀਂ ਹੋਏਗੀ ਸੋ ਮੈਗਨੇਟਿਕ ਫੋਰਸ ਸਪੀਡ ਨੂੰ ਨਹੀਂ ਵਧਾਉਂਦੀ ਇਹਨਾਂ ਮਤਲਬ ਇਹ ਹੈ ਕਿ ਚਾਰਜ ਪਾਰਟੀਕਲ ਜਿਹੜਾ ਐਕਸਲਰੇਟਰ ਇਹਦੇ ਚੰਦਾ ਬਹੁਤ ਵੱਡਾ ਰੋਲ ਹੋਣ ਵਾਲਾ ਹੈ ਇਲੈਕਟ੍ਰਿਕ ਫੀਲਡ ਦਾ ਲੇਕਿਨ ਉਹਨੂੰ ਪ੍ਰੋਬਲਮ ਹੈ ਬੇਟੇ ਜੇ ਅਸੀਂ ਉਹਨੂੰ ਲਗਾਤਾਰ ਐਕਸਲਰੇਟ ਕਰਨਾ ਹੈ ਜਿਵੇਂ ਇੰਨੀ ਕਿ ਜਗ੍ਹਾ ਤੇ ਐਕਸਲਰੇਟ ਕਰਾਂਗਾ ਤਾਂ ਆਫਕੋਰਸ ਉਹਦੀ ਸਪੀਡ ਘੱਟ ਬਰੇਗੀ ਜਿਵੇਂ ਡਿਸਟੈਂਸ ਵਧਾ ਦਾਂਗਾ ਤਾਂ ਹੋਰ ਜ਼ਿਆਦਾ ਮਤਲਬ ਸਪੀਡ ਵਧ ਸਕਦੀ ਹੈ ਐਂਡ ਸੋ ਉਹਨੂੰ ਮਤਲਬ ਮੈਨੂੰ ਜ਼ਿਆਦਾ ਐਕਸਲਰੇਟ ਕਰਨ ਦੇ ਲਈ ਜਾਂ ਜ਼ਿਆਦਾ ਸਪੀਡ ਵਧਾਉਣ ਲਈ ਉਹਨੂੰ ਜ਼ਿਆਦਾ ਦੇਰ ਫੀਲਡ 'ਚ ਰੱਖਣਾ ਪਏਗਾ ਸਮਝਦੇ ਹੋ ਨਾ ਇਸ ਗੱਲ ਨੂੰ ਲੇਕਿਨ ਹੁਣ ਜੇਕਰ ਆਪਾਂ ਪਲੇਟਸ ਜੇ ਆਪਾਂ ਦੋ ਕੈਪੈਸਟਰ ਦੀਆਂ ਪਲੇਟਸ ਲੈ ਕੇ ਉਹਨਾਂ ਨੂੰ ਦੂਰ ਦੂਰ ਕਰਦੇ ਜਾਈਏ ਤਾਂ ਫਿਰ ਫੀਲਡ ਘਟਣ ਲੱਗ ਪੈਂਦਾ ਸੋ ਤੁਸੀਂ ਉਹਨੂੰ ਐਕਸਲਰੇਟਰ ਲਗਾਤਾਰ ਨਹੀਂ ਕਰ ਪਾਓਗੇ ਆਈ ਹੋਪ ਯੂ ਆਰ ਗੈਟਿੰਗ ਮਾਈ ਪੁਆਇੰਟ ਜਦੋਂ E ਘਟਣ ਲੱਗ ਪਿਆ ਤਾਂ ਫਿਰ ਤੁਹਾਡੀ ਐਕਸਲਰੇਸ਼ਨ ਘਟੇਗੀ ਯਾਨੀ ਕਿ ਤੁਸੀਂ ਉਹਨਾਂ ਸਪੀਡ ਅਪ ਨਹੀਂ ਹੋ ਪਾਓਗੇ ਹੁਣ ਸਾਡਾ ਕੰਮ ਕੀ ਏ ਅਸੀਂ ਚੋਣੇ ਕੀਆ ਕਿ ਚਾਰਜ ਪਾਰਟੀਕਲ ਐਕਸਲਰੇਟ ਵੀ ਕਰੇ ਐਕਸਲਰੇਟ ਵੀ ਕਰੇ ਲਗਾਤਾਰ ਸਪੀਡ ਵਧਦੀ ਵੀ ਜਾਵੇ ਠੀਕ ਹੈ ਐਂਡ ਬਹੁਤ ਜ਼ਿਆਦਾ ਲੰਬਾ ਰਸਤਾ ਕਿੰਨਾ ਕੁ ਬਣਾਵਾਂਗੇ ਹੁਣ ਵੈਸੇ ਤੁਹਾਨੂੰ ਮੇਰੇ ਪਿਛਲੇ ਲੈਕਚਰ ਤੋਂ ਗੱਲਾਂ ਕਲੀਅਰ ਹੋਣ ਗਿਆ ਮੈਂ ਕਰਨਾ ਕੀ ਹੈ ਯਸ ਤੁਸੀਂ ਆਪਣੇ ਆਪ ਹੀ ਆਨਸਰ ਦੇਣ ਲੱਗ ਪਏ ਵੈਰੀ ਗੁੱਡ ਤਾਂ ਮੈਂ ਕੁਝ ਇਦਾਂ ਦਾ ਕਰਨ ਜਾ ਰਿਹਾ ਬੇਟੇ ਸੋ ਸਾਈਕਲੋਟਰਨ ਇੱਕ ਤਾਂ ਕਿਸ ਪ੍ਰਿੰਸੀਪਲ ਦੇ ਕੰਮ ਕਰਦੀ ਹੈ ਕਿ ਅਸੀਂ ਕਿਸੇ ਵੀ ਚਾਰਜ ਪਾਰਟੀਕਲ ਨੂੰ ਇਲੈਕਟ੍ਰਿਕ ਫੀਲਡ ਚ ਭੇਜਾਂਗੇ ਇਲੈਕਟ੍ਰਿਕ ਫੀਲਡ ਉਹਦੇ ਪਾਥ ਨੂੰ ਕੀ ਕੀ ਕਰੇਗਾ ਐਕਸਲਰੇਟ ਕਰੇਗਾ ਤੇ ਦੂਜੇ ਨੰਬਰ ਤੇ ਆਪਾਂ ਕੀ ਕਰਾਂਗੇ ਉਹਦੇ ਪਾਥ ਨੂੰ ਕਨਫਾਈਨ ਕਰਨਾ ਤੇ ਤੁਸੀਂ ਆਪ ਹੀ ਆਨਸਰ ਦੇ ਰਹੇ ਹੋ ਮੈਂ ਸਿੱਧਾ ਦੱਸ ਦਾਂਗਾ ਕਿ ਉਹਦੇ ਪਾਥ ਨੂੰ ਕਨਫਾਈਨ ਕਰਨਾ ਸ ਹੈ ਯਾਨੀ ਕਿ ਉਹ ਜਿਆਦਾ ਲੰਬਾ ਰਸਤਾ ਨਾ ਕਵਰ ਕਰੇ ਐਂਡ ਫੀਲਡ ਦੇ ਅਸੀਂ ਸਟਰੋਂਗ ਬਣਾ ਕੇ ਰੱਖ ਸਕੀਏ ਅਸੀਂ ਉਹਦੇ ਪਾਥ ਨੂੰ ਕਨਫਾਈਨ ਕਰਨਾਸਤੇ ਮੈਗਨੇਟਿਕ ਫੀਲਡ ਯੂਜ਼ ਕਰਾਂਗੇ ਇਸ ਯੂਜ਼ਡ ਟੂ ਕਨਫਾਈਨ ਦੀ ਪਾਥ ਹੁਣ ਅਜੇ ਵੀ ਕੰਪਲੀਟ ਪ੍ਰਿੰਸੀਪਲ ਨਹੀਂ ਆਇਆ ਬੇਟੇ ਕੰਪਲੀਟ ਪ੍ਰਿੰਸੀਪਲ ਦੱਸਦਾ ਮੈਂ ਇੱਕ ਵਾਰ ਆਪ ਸਾਨੂੰ ਆਈਡੀਆ ਲੱਗ ਗਿਆ ਕਿ ਇਹ ਦੋਨੋਂ ਕਰਨਗੇ ਕੀ ਰਾਈਟ ਤਾਂ ਅਸੀਂ ਸ਼ੁਰੂ ਕਰਾਂਗੇ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਨੂੰ ਕੀ ਚਾਹੀਦਾ ਹੈ ਉਹ ਦੇਖੋ ਬੇਟਾ ਸੋ ਫਰਸਟ ਆਫ 올 ਸਾਡਾ ਜਿਹੜਾ ਅਰੇਂਜਮੈਂਟ ਹੈ ਉਹ ਕਿਦਾਂ ਦਾ ਹੈ ਮੈਂ ਤੁਹਾਨੂੰ ਇੱਕ ਇੱਕ ਕਰਕੇ ਪਾੜ ਦਿਖਾਉਣਾ ਤੁਸੀਂ ਲਿਖੀ ਜਾਣੇ ਬੇਟਾ ਨਾਲ ਨਾਲ ਕਾਪੀ ਤੇ ਸਭ ਤੋਂ ਪਹਿਲੇ ਨੰਬਰ ਤੇ ਸਾਨੂੰ ਚਾਹੀਦੇ ਬੇਟਾ ਮੈਗਨੇਟਸ ਐਂਡ ਜਿਵੇਂ ਜਿਵੇਂ ਨੇ ਮਰਜ਼ੀ ਮੈਂ ਬਣਾਏ ਨੇ ਪਰ ਐਕਚੁਅਲੀ ਮੈਗਨੇਟ ਇਦਾਂ ਦੇ ਨਹੀਂ ਹੁੰਦੇ نیچے ਤੁਸੀਂ ਦੇਖ ਰਹੇ ਹੋ ਕਿ ਨਾਰਥੇ ਉੱਪਰ ਸਾਊਥ ਪੋਲ ਹੈ ਮੈਗਨੇਟਿਕ ਲਾਈਨਸ ਆਫ ਫੋਰਸ ਨੋਟ ਟੂ ਸਾਊਥ ਜਾ ਰਹੀਆਂ ਯਾਨੀ ਕਿ ਜਿਹੜੀ ਮੇਰੀ ਡਿਸਕਸ਼ਨ ਹੋਏਗੀ ਉਹਦੇ ਵਿੱਚ ਫੀਲਡ ਉੱਪਰ ਨੂੰ ਹੋਊਗਾ ਰਾਈਟ ਆਵਲ ਇਹਨੂੰ ਫੀਲਡ ਵਾਲ ਐਂਡ ਤੁਸੀਂ ਇੱਥੇ ਲਿਖ ਲਓ ਕਿ ਜਿਹੜੇ ਇਹ ਐਨ ਤੇ ਐਸ ਨੇ ਇਹ ਦੋਨੋਂ ਇਲੈਕਟ੍ਰੋਮੈਗਨੇਟਸ ਹੁੰਦੇ ਨੇ ਹੁਣ ਇਲੈਕਟ੍ਰੋਮੈਗਨੇਟ ਦਾ ਫਾਇਦਾ ਕੀ ਏ ਅਸੀਂ ਸਿੰਪਲ ਮੈਗਨੇਟਰੀ ਲਾਵਾਂਗੇ ਆਮ ਇਲੈਕਟ੍ਰੋਮੈਗਨੇਟ ਦਾ ਇਹ ਫਾਇਦਾ ਹੁੰਦਾ ਹੈ ਕਿ ਉਹਦੇ ਨਾਲ ਆਪਾਂ ਜਿਹੜੀ ਫੀਲਡ ਸਟਰੈਂਥ ਉਹਨੂੰ ਚੇਂਜ ਕਰ ਸਕਦੇ ਆ ਯਾਨੀ ਕਿ ਬੀ ਜਿਹੜਾ ਹੈ ਉਹ ਅਸੀਂ ਆਪ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਚੇਂਜ ਕਰਦੇ ਰਹਾਂਗੇ ਠੀਕ ਹੈ ਹੁਣ ਤੁਸੀਂ ਇਹ ਵੀ ਲਿਖ ਲਓ ਕਿ ਜਿਹੜਾ ਇਹ ਬੀ ਏ ਇਹ ਕਿੰਨੇ ਵਿੱਚ ਹੁੰਦਾ ਹੈ ਇਹ ਤੁਸੀਂ ਇਹ ਲਾ ਲਓ ਟੈਸਲਾਸ ਵਿੱਚ ਹੁੰਦਾ ਬੇਟੇ 1 2 10 ਟੈਸਲਾ ਤੱਕ ਆਪਾਂ ਕੋਈ ਵੀ ਵੈਲਿਊ ਐਂਡ ਇਹ ਬੋਧ ਜਿਹੜਾ ਫੀਲਡ ਹੁੰਦਾ ਹੈ ਧਿਆਨ ਚ ਰੱਖਿਓ ਹੂੰ ਇਹ ਗੱਲ ਹੋ ਗਈ ਇਹ ਪੋਲ ਪੀਸਸਸ ਆਫ ਮੈਗਨੇਟ ਨੇ ਮੇਰੇ ਜਿਹੜਾ ਐਕਸਪੈਰੀਮੈਂਟ ਹੋਊਗਾ ਉਹਦੇ ਚ ਸਾਰੇ ਜਿਹੜਾ ਮੈਗਨੇਟਿਕ ਫੀਲਡ ਉੱਪਰ ਨੂੰ ਹੋਊਗਾ ਦੂਜੀ ਗੱਲ ਜਿਹੜੇ ਇਹ ਦੋ ਮੈਗਨੇਟ ਨੇ ਜਿਹੜੇ ਮੈਗਨੇਟਿਕ ਫੀਲਡ ਆਪਾਂ ਲਾ ਰਹੇ ਹਾਂ ਜੇ ਮੈਂ ਇਹਦੇ ਵਿੱਚ ਕੋਈ ਵੀ ਚਾਰਜ ਪਾਰਟੀਕਲ ਪਰਪੈਂਡੀਗੂਲਰਲੀ ਐਂਟਰ ਕਰਾਤਾ ਤੋਂ ਤੁਹਾਨੂੰ ਇਹ ਗੱਲ ਸਮਝ ਹੋਣੀ ਚਾਹੀਦੀ ਪਿਛਲੇ ਲੈਕਚਰ ਦੇ ਵਿੱਚੋਂ ਦੇ ਨਾਲ ਕੀ ਹੁੰਦਾ ਹੈ ਮੈਗਨੇਟਿਕ ਫੀਲਡ ਆਏ ਤੁਹਾਡੇ ਚਾਰਜ ਪਾਰਟੀਕਲ ਦੇ ਕੀ ਲੱਗਣੀ ਸ਼ੁਰੂ ਹੋਣੀ ਫੋਰਸ ਬੇਟੇ ਤੇ ਉਹਨੇ ਇਦਾਂ 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 ਦੇ ਅੰਦਰ ਆਲੇ ਦੁਲੇ ਘੁੰਮੀ ਜਾਣਾ ਸੋ ਮੈਗਨੇਟਿਕ ਫੀ ਇਸ গিਵਨ ਮੈਗਨੇਟਿਕ ਫੀਲਡ ਦੇ ਵਿੱਚ ਕਿਸੇ ਵੀ ਚਾਰਜ ਪਾਰਟੀਕਲ ਨੇ ਕਿਹੜਾ ਪਾਥ ਲੈਣਾ ਸਰਕੂਲਰ ਪਾਥ ਲੈਣਾ ਜੇ ਆਪਾਂ ਉਹਨੂੰ ਪਰਪੈਂਡੀਗੂਲਰ ਐਂਟਰ ਕਰਾਇਆ ਤਾਂ ਠੀਕ ਹੈ ਨੰਬਰ 1 ਜੇ ਆਪਾਂ ਕਿਸੇ ਐਂਗਲ ਤੇ ਐਂਟਰ ਕਰਾਇਆ ਫਿਰ ਹੈਲਿਕਲ ਹੋਏਗਾ ਬਟ ਮੈਂ ਹੈਲਿਕਲ ਪਾਥ ਨਹੀਂ ਲੈ ਰਿਹਾ ਆਪਾਂ ਨੂੰ ਸਾਈਕਲੋਟਰਨ ਚ ਕਿਵੇਂ ਚਾਹੀਦਾ ਸਰਕੂ ਕਿ ਮੈਨੂੰ ਅੰਦਰ ਜਿਹੜਾ ਚਾਰਜ ਪਾਰਟੀਕਲ ਚਾਹੀਦਾ ਉਹ ਕਿੱਥੋਂ ਆਊਗਾ ਬੇਟੇ ਤਾਂ ਉਹਦੇ ਲਈ ਆਪਾਂ ਕਿਵੇਂ ਨਾ ਅਰੇਂਜਮੈਂਟ ਲਾਉਣੇ ਆ ਆ ਦੇਖੋ ਤੁਸੀਂ ਹੁਣ ਇਹ ਉਹਦੇ ਵਿਚਕਾਰ ਹੈ ਮੈਗਨੇਟ ਸੇ ਇਹ ਕਿਦਾਂ ਦਾ ਅਰੇਂਜਮੈਂਟ ਹੈ ਜੇ ਤੁਸੀਂ ਦੇਖ ਪਾਓ ਇਹਦੇ ਵਿੱਚ ਨਾ ਦੋ ਮੈਟਲ ਜਾਂ ਦੋ ਹੋਲੋ ਡੀਜ਼ ਨੇ ਬੇਟਾ ਡੀ ਡੀ ਸ਼ੇਬ ਆਈ ਹੋਪ ਤੁਸੀਂ ਦੇਖ ਪਾ ਰਹੇ ਹੋ ਸਾਰੇ ਜਣੇ ਤੁਸੀਂ ਇਹਨੂੰ ਇਦਾਂ ਸੋਚ ਲਓ ਕਿ ਜਿਵੇਂ ਤੁਹਾਡੇ ਕੋਲ ਰੋਟੀ ਵਾਲਾ ਟਿਫਿਨ ਨਹੀਂ ਹੁੰਦਾ ਸਟੀਲ ਦਾ ਬਣਿਆ ਹੋਇਆ ਠੀਕ ਉੱਤੇ ਟੱਕਣ ਲੱਗਿਆ ਹੋਵੇ ਤੇ ਤੁਸੀਂ ਉਹਦੇ ਦੋ ਹਿੱਸੇ ਕਰ ਦੋ ਉਹਨਾਂ ਦੋਨਾਂ ਹਿੱਸਿਆਂ ਨੂੰ ਇਦਾਂ ਪਕੜ ਲਓ ਇਹ ਉਹ ਚੀਜ਼ਾਂ ਨੇ ਵਿਚਕਾਰ ਜਿਹ ਉਹ ਕਾਪਰ ਜੇ ਕਲਰ ਦਾ ਉਹ ਐਕਚੁਅਲੀ ਸੋਰਸ ਹੈ ਜਿੱਥੋਂ ਆਪਣਾ ਚਾਰਜ ਪਾਰਟੀਕਲ ਬਾਹਰ ਆਉਣਾ ਹੈ ਆਰ ਯੂ ਗੈਟਿੰਗ ਥਿਸ ਠੀਕ ਹੈ D1 ਤੇ D2 ਦੋ ਡੀਜ਼ ਨੇ ਇਹ ਧਿਆਨ ਚ ਰੱਖਣਾ ਹੁਣ ਜਿਹੜੀਆਂ ਇਹ ਡੀਜ਼ ਨੇ ਜਿਹੜੀਆਂ ਮੈਟਲ ਦੀਆਂ ਡੀਜ਼ ਨੇ ਅਸੀਂ ਕੀ ਕੀਤਾ ਹੋਇਆ ਹੈ ਇਹਨਾਂ ਦੋਹਾਂ ਦੇ ਆਲੇ ਦੁਆਲੇ ਜੇ ਤੁਸੀਂ ਦੇਖ ਪਾਓ ਤਾਂ ਮੈਂ ਕੀ ਸ਼ੋ ਕੀਤਾ ਹੋਇਆ ਹੈ ਬੇਟੇ ਵੀ ਦੋ ਇੱਕ ਤਾਰ ਉਧਰ ਲਾ ਕੇ ਇੱਕ ਤਾਰ ਉਧਰ ਲਾ ਕੇ ਤੇ نیچے ਇੱਕ ਲਿਖਿਆ ਹੈ ਹਾਈ ਫ੍ਰੀਕੁਐਂਸੀ ਓਸਿਲੇਟਰ ਹੁਣ ਵਾਟ ਡਸ ਇਟ ਡੂ ਹਾਈ ਫ੍ਰੀਕੁਐਂਸੀ ਔਸੀਲੇਟਰ ਦਾ ਕੰਮ ਕੀ ਹੁੰਦਾ ਹੈ ਔਸੀਲੇਟਰ ਕੀ ਕਰਦਾ ਹੈ ਕਿ ਇਹ ਜਿਹੜਾ ਡੀਜ਼ ਨੇ ਨਾ ਡੀਜ਼ ਇਹਨਾਂ ਨੂੰ ਪੋਟੈਂਸ਼ੀਅਲ ਡਿਫਰੈਂਸ ਦਿੰਦਾ ਕਦੀ ਇੱਕ ਡੀ ਪੋਜ਼ਿਟਿਵ ਹੁੰਦੀ ਹੈ ਕਦੀ ਦੂਜੀ ਡੀ ਪੋਜ਼ਿਟਿਵ ਹੁੰਦੀ ਹੈ ਐਦਾਂ ਮਤਲਬ ਪੋਜ਼ਿਟਿਵ 네ਗੇਟਿਵ ਪੋਜ਼ਿਟਿਵ 네ਗੇਟਿਵ ਔਸੀਲੇਟ ਐਦਾਂ ਐਦਾਂ ਕਰਦਾ ਰਹਿੰਦਾ ਹੈ ਐਂ ਤੁਸੀਂ ਲਿਖ ਲੋਗੇ ਇਹਦੀ ਫ੍ਰੀਕੁਐਂਸੀ ਕਿੰਨੀ ਹੁੰਦੀ ਹੈ ਤੁਸੀਂ ਹੈਰਾਨ ਹੋਵੋਗੇ ਇਹ ਸਾਰਾ ਕੁਝ ਬੜਾ ਵਧੀਆ ਹੈ ਇੱਕ ਵਾਰ ਆਪਾਂ ਤਿਆਰੀ ਕਰ ਰਹੇ ਹਾਂ ਨਾ ਇਹਦੀ ਜਿਹੜੀ ਫ੍ਰੀਕੁਐਂਸੀ ਹੁੰਦੀ ਹੈ ਔਸੀਲੇਟਰ ਦੀ ਉਹ ਹੁੰਦੀ ਹੈ 10^7 ਹਰਟਜ਼ ਇਹ ਬੜਾ ਇੱਕ 10 ਡੇਸ ਟੂ ਪਰ 7 ਹਰਟਜ਼ ਦਾ ਮਤਲਬ ਪਤਾ ਕੀ ਹੈ ਇੱਕ ਸੈਕਿੰਡ ਦੇ ਵਿੱਚ ਇਹਨੂੰ ਐ ਬੋਲਾਂਗੇ ਕਿ ਇੰਨੇ ਸਾਈਕਲ ਬਣ ਜਨੇ 10 ਡੇਸ ਟੂ ਪਰ 7 ਸਾਈਕਲਸ ਪਰ ਸੈਕਿੰਡ ਠੀਕ ਹੈ ਇਹਨਾਂ ਮਤਲਬ ਪਤਾ ਕੀ ਹੈ ਕਿ ਜੇ ਮੈਨੂੰ ਇਹ 1 ਕਰੋੜ ਹੈ ਬੇਟਾ ਇਹਨਾਂ ਮਤਲਬ 1 ਕਰੋੜ ਵਾਰੀ ਮਤਲਬ 1 ਕਰੋੜ ਸਾਈਕਲਸ ਹੋ ਜਾਣੇ ਪੋਜ਼ਿਟਿਵ ਨੈਗੇਟਿਵ ਵਾਲੇ ਯਾਨੀ ਕਿ ਜੇ ਆਪਾਂ ਉਵੇਂ ਗੱਲ ਕਰੀਏ ਤਾਂ ਇੱਕ ਵੇਵ ਦੇ ਵਿੱਚ ਯਾਨੀ ਕਿ ਇੱਕ ਸ਼ਿਫਟ ਦੇ ਵਿੱਚ ਵੇਵ ਨਹੀਂ ਵੈਸੇ ਜਿਹੜਾ ਐਕਚੁਅਲੀ ਹੁੰਦਾ ਬੇਟੇ ਉਹ ਇਦਾਂ ਦਾ ਹੁੰਦਾ ਹੈ ਫਿਕਸ ਵਾਲਾ ਪਰ ਮੈਂ ਇਹ ਦੱਸ ਰਿਹਾ ਕੋਈ ਵੀ ਇੱਕ ਪੋਜ਼ਿਟਿਵ ਤੇ ਇੱਕ ਨੈਗੇਟਿਵ ਸਾਈਕਲ ਦੇ ਵਿੱਚ ਅਸੀਂ ਦੋ ਚੇਂਜਸ ਲੈਉਣੇ ਆ। ਯਾਨੀ ਕਿ ਉਹਵੇਂ ਚੇਂਜਸ ਜਿਹੜੀਆਂ ਨੇ 2 ਕਰੋੜ ਵਾਰੀ ਆ ਗਈਆਂ। ਪੋਜ਼ਿਟਿਵ ਨੈਗੇਟਿਵ ਦਾ ਹੁਣ। ਸੋ ਐਵੇਂ ਕਿਉਂ ਹੋ ਰਿਹਾ ਹੈ? ਇਹ ਗੱਲਾਂ ਜੇ ਕਰਾਂਗੇ ਅਜੇ ਆਪਾਂ ਸਿਰਫ ਕੰਸਟਰਕਸ਼ਨ ਕਰ ਰਹੇ ਹਾਂ। ਤੁਸੀਂ ਦੋ ਪੋਲ ਪੀਸਿਸ ਮੈਗਨੇਟ ਦੇ ਦੇਖੇ। ਤੁਹਾਨੂੰ ਇਹ ਪਤਾ ਲੱਗ ਗਿਆ ਕਿ ਪੋਜ਼ਿਟਿਵ ਤੇ ਨੈਗੇਟਿਵ ਡੀਜ਼ ਨੂੰ ਕੀਤਾ ਜਾ ਰਿਹਾ ਹੈ। ਕਿਉਂ ਕੀਤਾ ਜਾ ਰਿਹਾ ਹੈ? ਇੰਨਾ ਕਿ ਦੱਸ ਸਕਦਾ ਲੇਕਿਨ ਪੂਰਾ ਨਹੀਂ ਅਜੇ ਤੱਕ ਅਜੇ ਕੰਸਟਰਕਸ਼ਨ ਕਰ ਰਹੇ ਹਾਂ ਆਪਾਂ। ਕਿ ਪੋਜ਼ਿਟਿਵ ਤੇ ਨੈਗੇਟਿਵ ਕਰਨ ਨਾਲ ਕੀ ਹੋਊਗਾ ਕਿ ਆ ਜਨਾਬ ਜੀ ਲੱਗਣ ਲੱਗ ਪੈਣਗੇ ਆਹ ਹ ਇਲੈਕਟ੍ਰਿਕ ਫੀਲਡ ਤੇ ਜੇ ਇਹ ਲੱਗੇਗਾ ਤਾਂ ਚਾਰਜ ਪਾਰਟੀਕਲ ਕੀ ਹੋਏਗਾ ਐਕਸਲਰੇਟ ਕਰੇਗਾ ਬੇਟੇ ਡੀ ਦੀ ਕੋਈ ਫੁੱਲ ਫਾਰਮ ਨਹੀਂ ਬੇਟਾ ਡੀ ਡੀ ਇਹ ਬਸ ਡੀ 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 ਸ਼ੇਪ ਡੀ ਵਰਗੀ ਹੈ ਤਾਂ ਉਹਦਾ ਨਾਮ ਡੀ ਹੈ ਠੀਕ ਹੈ ਇਜ਼ 댓 ওকে ਹੈਨਾ ਗੱਲ ਸਮਝ ਆ ਗਈ ਤੁਹਾਨੂੰ ਹੁਣ ਆਪਾਂ ਕੀ ਕਰਨਾ ਹੈ ਕਿ ਇਹ ਸਾਰੇ ਅਰੇਂਜਮੈਂਟ ਨੂੰ ਬੇਟਾ ਇਦਾਂ ਜੋੜ ਦੇਣਾ ਜਦੋਂ ਤੁਸੀਂ ਇਸ ਅਰੇਂਜਮੈਂਟ ਨੂੰ ਇਦਾਂ ਜੋੜਤਾ ਹੁਣ ਧਿਆਨ ਨਾਲ ਦੇਖੋ ਕਿ ਤੁਹਾਡਾ ਮੈਗਨੇਟਿਕ ਫੀਲਡ ਕਿੱਧਰ ਹੈ ਬੇਟਾ نیچے ਤੋਂ ਉੱਪਰ ਵਾਲੇ ਪਾਸੇ ਨੂੰ ਸਾਰੇ ਜਣੇ ਆਪੀ ਉਂਗਲ ਨੂੰ ਏਦਾਂ ਕਰ ਲਓ ਆ ਤੁਹਾਡਾ ਮੈਗਨੇਟਿਕ ਫੀਲਡ ਜੇ ਯੂਜ਼ੂਲੀ ਮੈਟੈਲਿਕ ਬੇਟਾ ਮੈਟੈਲਿਕ ਹੁੰਦੀ ਹੈ ਠੀਕ ਹੈ ਡੀ ਜਿਹੜੀ ਹੈ ਅੱਛਾ ਸੁਣੋ ਮੇਰੀ ਗੱਲ ਧਿਆਨ ਨਾਲ ਸਾਰੇ ਜਣੇ ਹੁਣ ਪ੍ਰੈਜ਼েন্ট ਰਹੀਓ ਆ ਆ ਜਿਹੜੀ ਹੈ ਤੁਹਾਡਾ ਮੈਗਨੇਟਿਕ ਫੀਲਡ ਦੀ ਡਾਇਰੈਕਸ਼ਨ ਹੋਗੀ ਹੁਣ ਜੇਕਰ ਮੈਗਨੇਟਿਕ ਫੀਲਡ ਦੀ ਡਾਇਰੈਕਸ਼ਨ ਇਧਰ ਨੂੰ ਹੈ ਸਿਚੁਏਸ਼ਨ ਇਦਾਂ ਦੀ ਹੈ ਕਿ ਤੁਹਾਡੀ ਜਿਹੜੀ D2 ਹੈ ਤੇ D1 ਨੇ ਇਹਨਾਂ ਨੇ ਪੋਜ਼ਿਟਿਵ 네ਗੇਟਿਵ ਪੋਜ਼ਿਟਿਵ 네ਗੇਟਿਵ ਪੋਜ਼ਿਟਿਵ 네ਗੇਟਿਵ ਹੋਈ ਜਾਣਾ ਹੈ। ਮੈਂ ਦੱਸਿਆ ਬੇਟੇ ਕਿ ਮੈਟੈਲਿਕ ਹੋ ਸਕਦਾ ਠੀਕ ਹੈ ਮੈਂ ਅੱਗੇ ਤੁਰਾਂ। ਹੁਣ ਆਹਾ ਆਹ ਜਿਹੜੀ ਇਹਨਾਂ ਆਵਲੀ ਸਾਈਡ D2 ਇਹਨੂੰ ਮੰਨ ਲਓ ਕਿ ਕਿਸੇ D2 ਕਿਹੜੀ ਸਾਈਡ ਤੇ ਮੇਰੇ ਵਾਲੀ ਸਾਈਡ ਤੇ ਮੈਂ ਮੈਨੂੰ D1 ਹੀ ਲੈਂਦਾ ਬੇਟਾ ਜਿਹੜੀ ਅਵੇ ਵਾਲੀ ਸਾਈਡ ਹੈ। ਮੰਨ ਲਓ ਕਿ ਜਿਹੜੀ D1 ਨੇ ਉਹ ਕਿਸੇ ਸਟੇਜ ਤੇ ਜਿਹਦੇ ਪੋਜ਼ਿਟਿਵ ਨੈਗੇਟਿਵ ਦਾ ਸਾਈਕਲ ਚੱਲ ਰਿਹਾ ਹੈ ਤੇ ਉਹ ਡੀ ਨੈਗੇਟਿਵ ਏ ਆਹ ਵਾਲੀ ਡੀ ਪੋਜ਼ਿਟਿਵ ਏ ਮੇਰੇ ਵਾਲੀ ਪਾਸੇ ਵਾਲੀ ਯਾਨੀ ਕਿ ਡੀ 2 ਪੋਜ਼ਿਟਿਵ ਏ ਡੀ 1 ਜਿਹੜੀ ਉਹ ਨੈਗੇਟਿਵ ਏ ਤੁਹਾਡਾ ਚਾਰਜ ਪਾਰਟੀਕਲ ਜਿਹੜਾ ਵਿੱਚ ਬੈਠਾ ਹੈ ਇਹ ਪੋਜ਼ਿਟਿਵ ਏ ਹੁਣ ਜਿਵੇਂ ਤੁਸੀਂ ਤੁਹਾਡਾ ਫੀਲਡ ਇਦਾਂ ਦਾ ਹੋਏਗਾ ਕਿ ਆਹ ਵਾਲੀ ਡੀ ਨੈਗੇਟਿਵ ਬਣੇਗੀ ਆਹ ਵਾਲੀ ਪੋਜ਼ਿਟਿਵ ਬਣੇਗੀ ਤੁਹਾਡਾ ਚਾਰਜ ਪਾਰਟੀਕਲ ਇਦਨੂੰ ਭਜਣ ਦੀ ਕੋਸ਼ਿਸ਼ ਕਰੇਗਾ ਜਨਾਬ ਜੀ ਮੈਗਨੇਟਿਕ ਫੀਲਡ ਕਹਿੰਦਾ ਕਾਕਾ ਚੱਲ ਕੇ ਵਹਾ ਮੈਨੂੰ ਤੂੰ ਪਹਿਲਾਂ ਸ ਜਿਵੇਂ ਹੀ ਤੁਹਾਡਾ ਚਾਰਜ ਪਾਰਟੀਕਲ ਮੈਗਨੇਟਿਕ ਫੀਲਡ ਦੇ ਵਿੱਚ ਚੱਲਣ ਦੀ ਕੋਸ਼ਿਸ਼ ਕਰੇਗਾ ਜਿਵੇਂ ਚੱਲਣਾ ਸ਼ੁਰੂ ਕਰੇਗਾ ਫਸ ਜੇਗਾ ਮੈਗਨੇਟਿਕ ਫੀਲਡ ਇਧਰ ਨੂੰ ਚਾਰਜ ਪਾਰਟੀਕਲ ਕਹਿੰਦਾ ਮੈਂ ਐ ਜਾਣਾ ਚਾਹੁੰਨਾ ਉਹਦੇ ਤੇ ਲੱਗੇਗੀ ਫੋਰਸ ਜੇ ਉਹਨੇ ਤੇ ਫੋਰਸ ਲੱਗੇਗੀ ਇਹਨਾਂ ਮਤਲਬ ਉਹ ਕੀ ਕਰੇਗਾ ਬੇਟੇ ਉਹ ਤੁਹਾਨੂੰ ਹੁਣੇ ਯਾਦ ਹੋਣਾ ਚਾਹੀਦਾ ਕਿ ਉਹ ਕੀ ਕਰੇਗਾ ਉਹ ਘੁੰਮਣਾ ਸ਼ੁਰੂ ਕਰ ਦੇਗਾ ਮਤਲਬ ਹਰ ਟਾਈਮ ਤੇ ਘੁੰਮਦਾ 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 ਐ ਆ ਜਾਏਗਾ ਠੀਕ ਹੈ ਇਹਨੇ ਵੇ ਜੇ ਤੁਸੀਂ ਗੱਲ ਨੂੰ ਸਮਝ ਪਾ ਰਹੇ ਹੋਗੇ ਤਾਂ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਹੈ ਜਦੋਂ ਤੁਹਾਡੀ D1 네ਗਟਿਵ ਹੋਗੀ ਤਾਂ ਤੁਹਾਡੇ ਕੋਲ ਪਹਿਲਾ ਕੇਸ ਇੱਕ ਮਿੰਟ ਬਟੇ ਤੇ ਤੁਹਾਡੇ ਕੋਲ ਪਹਿਲਾ ਕੇਸ ਕੀ ਤੁਸੀਂ ਅੰਦਰ ਰੈੱਡ ਡਾਟ ਨਾਲ ਦੇਖ ਸਕਦੇ ਹੋ ਇਫ ਇਟ ਇਜ਼ ਵਿਜੀਬਲ ਜਾਂ ਤੁਸੀਂ ਕਿਹਨੋਂ ਤੇ ਮੈਂ ਵੱਡਾ ਕਰ ਦੇਣਾ ਇਹਨੂੰ ਹੁਣ ਵਿਜੀਬਲ ਹੀ ਪੁੱਤਰ ਇਹ ਤਾਂ ਤੁਹਾਨੂੰ ਰੈੱਡ ਡਾਟਸ ਨਾਲ ਹੀ ਦਿਖਦਾ ਹੋਊਗਾ ਕਿਉਂਕਿ ਕਰੇਗਾ ਇੱਕ ਸੈਮੀ ਸਰਕਲ ਬਣਾ ਕੇ ਐਨ ਉਹ ਆ ਜਾਏਗਾ ਬੇਟੇ ਹੁਣ ਧਿਆਨ ਨਾਲ ਸੁਣਨਾ ਤੁਸੀਂ ਕੀ ਕੀਤਾ ਕਿ ਤੁਹਾਡਾ ਤੁਹਾਡੀ ਜਿਹੜੀ ਇਨੀਸ਼ੀਅਲ ਸਪੀਡ ਸੀ दैट ਵਾਸ ਜ਼ੀਰੋ ਅ ਇਹਨੂੰ ਹਟਾ ਦੇ ਇਨੀਸ਼ੀਅਲ ਸਪੀਡ ਸੀਗੀ ਜ਼ੀਰੋ ਹੂੰ ਤੁਸੀਂ ਕੀ ਕੀਤਾ ਕਿ ਇਲੈਕਟ੍ਰਿਕ ਫੀਲਡ ਅਪਲਾਈ ਕੀਤਾ ਜਿਵੇਂ ਪਰਲੀ ਡੀ 네ਗੇਟਿਵ ਹੋਈ ਜਿਵੇਂ ਉਹ 네ਗੇਟਿਵ ਹੋਈ ਉਹਨੇ ਚਾਰਜ ਪਾਰਟੀਕਲ ਨੂੰ ਕੀ ਦਿੱਤੀ ਵੈਲੋਸਟੀ ਕਿਉਂਕਿ ਉਹਨੇ ਦਿੱਤੀ ਐਕਸਲਰੇਸ਼ਨ ਸਾਨੂੰ ਪਤਾ ਹੈ ਕਿ V ਬਰਾਬਰ ਹੁੰਦਾ ਹੈ U AT ਭਲਾ ਕੇ U 0 ਹੈ ਲੇਕਿਨ ਅਲਟੀਮੇਟਲੀ ਐਕਸਲਰੇਸ਼ਨ ਔਨ ਦੇ ਨਾਲ ਇਕਵਰੀ ਐਕਸਲਰੇਟ ਹੋਣ ਦੇ ਨਾਲ ਉਹਨੂੰ ਵੈਲੋਸਟੀ ਮਿਲ ਗਈ ਜਨ ਕੋਈ ਨਾ ਕੋਈ ਵੈਲੋਸਟੀ ਮਿਲ ਗਈ ਸਾਨੂੰ ਪਤਾ ਹੈ ਕਿ R ਬਰਾਬਰ ਹੁੰਦਾ ਹੈ MV BQ ਵੀ ਆਲਸੋ ਨੋ ਕਿ MB ਤੇ Q ਇੱਕ ਵਾਰ ਮੈਂ ਫਿਕਸ ਰੱਖ ਰਹੇ ਹਾਂ ਨਾ ਮੈਗਨੈਟਿਕ ਫੀਲਡ ਇੱਕ ਵਾਰ ਚੇਂਜ ਕਰ ਰਹੇ ਹਾਂ ਚਾਰਜ ਪਾਰਟੀਕਲ ਫਿਕਸ ਹੈ ਮਾਸ ਫਿਕਸ ਹੈ ਇਹਨਾਂ ਮਤਲਬ ਜਿਹੜਾ R A ਉਹ ਕਿੰਨੇ ਡਾਇਰੈਕਟਲੀ ਪ੍ਰੋਪੋਰਸ਼ਨਲ ਨੇ ਬੇਟੇ V ਦੇ ਪਹਿਲੀ ਗੱਲ ਜਿਹੜਾ ਹਾਫ ਸਰਕਲ ਪੂਰਾ ਹੋ ਗਿਆ ਉਹਨੂੰ ਟਾਈਮ ਕਿੰਨਾ ਲੱਗਾ ਹੋਊਗਾ ਉਹਦੀ ਵੀ ਗੱਲ ਨਾਲ ਦੀ ਨਾਲ ਤੋੜ ਲੈਣੇ ਆ ਜਿਹੜਾ ਉਹਨੂੰ ਟਾਈਮ ਲੱਗਾ ਹੋਊਗਾ ਬੇਟੇ ਉਹ ਹੁੰਦਾ 2 ਪਾਈ ਨਾ ਟਾਈਮ ਕਿੰਨਾ ਲੱਗਾ ਹੋਊਗਾ ਆਪਾਂ ਕਿਉਂਕਿ ਇੱਕ ਸੈਮੀ ਸਰਕਲ ਬਣਾਇਆ ਹੈ ਦਾ ਸੈਮੀ ਸਰਕਲ ਦਾ ਮਤਲਬ ਇਹ ਹੋ ਗਿਆ ਕਿ ਤੁਹਾਡਾ ਜਿਹੜਾ ਸਰਕਮਫਰੈਂਸ ਕਿੰਨਾ ਕਵਰ ਹੋਇਆਊਗਾ ਪਾਈ r ਇਜ਼ 댓 ਓਕੇ ਡਿਵਾਈਡਿਡ ਬਾਈ ਕਿੰਨਾ ਬੇਟੇ v ਆਹ ਆ ਗਿਆ ਲੇਕਿਨ ਜਦੋਂ ਤੁਸੀਂ r ਦੀ ਵੈਲਿਊ ਇੱਥੇ ਭਰੋਗੇ ਤਾਂ ਯੂ ਵਿਲ ਗੈਟ ਟੂ ਨੋ ਕਿ r ਜਿਹੜਾ ਉਹ ਹੈਗਾ mv bq ਤੇ نیچے v ਤੇ v ਨਾਲ ਵੀ ਕੱਟ ਗਿਆ ਵੈਸੇ ਜਿਨ੍ਹਾਂ ਨੂੰ ਯਾਦ ਹੈ ਓਕੇ ਹੀ ਹੈ πm bq ਆ ਗਿਆ ਬੇਟੇ ਠੀਕ ਹੈ ਹੁਣ ਸਾਨੂੰ ਇਹ ਪਤਾ ਹੈ ਕਿ ਜਿਹੜਾ ਟਾਈਮ ਪੀਰੀਅਡ ਪੀਰੀਅਡ ਹੈਗਾ ਉਹ ਨਾ ਤਾਂ ਰੇਡੀਅਸ ਤੇ ਡਿਪੈਂਡ ਕਰਦਾ ਨਾ ਹੀ ਵੈਲੋਸਿਟੀ ਤੇ ਡਿਪੈਂਡ ਕਰਦਾ ਉਹ ਦੋਨੋਂ ਕੱਟੇ ਜਾਂਦੇ ਨੇ ਇਹ ਯਾਨੀ ਕਿ ਹਾਫ ਸਾਈਕਲ ਨੂੰ ਜਿੰਨਾ ਟਾਈਮ ਲੱਗਾ ਆਹ ਵਾਲਾ ਇਹ ਫਿਕਸ ਟਾਈਮ ਹੈ ਠੀਕ ਹੈ ਇਹਨੂੰ ਗੱਲ ਨੂੰ ਇਦਾਂ ਸਮਝਦੇ ਆਂ ਅਗਲੀ ਸਿਚੁਏਸ਼ਨ ਕੀ ਆਈ ਤੁਹਾਡੇ ਕੋਲ ਤੁਹਾਨੂੰ ਮੈਨੂੰ ਲੱਗਦਾ ਕਿ ਇੰਨੀ ਗੱਲ ਸਮਝ ਲੱਗੀ ਹੋਣੀ ਚਾਹੀਦੀ ਹੈ ਹਾਫ ਅਜੇ ਤੱਕ ਮੇਰਾ ਹਾਫ ਸਰਕਲ ਬਣਿਆ ਹੈ ਕਦੋਂ ਬਣਿਆ ਜਦੋਂ ਉਹ ਵਾਲੀ ਡੀ ਨੈਗੇਟਿਵ ਹੈ ਆਹ ਵਾਲੀ ਡੀ ਪੋਜ਼ਿਟਿਵ ਹੈ ਆਈ ਹੋਪ ਤੁਸੀਂ ਸਮਝਦੇ ਹੋਵੋਗੇ ਇਸ ਗੱਲ ਨੂੰ ਹੁਣ ਜਦੋਂ ਉਹ ਹਾਫ ਸਾਈਕਲ ਪ ਇਨ ਦਾ ਮੀਨ ਵਾਈਲ ਕੀ ਹੁੰਦਾ ਹੈ ਕਿ ਜਿਹੜਾ ਤੁਹਾਡਾ ਔਸੀਲੇਟਰ ਲੱਗਾ ਹੈ ਜਿਹੜਾ نیچے ਇਹ ਕੀ ਕਰਦਾ ਹੈ ਕਿ ਸ਼ਿਫਟਿੰਗ ਕਰ ਜਾਂਦਾ ਹੈ ਪੋਜ਼ਿਟਿਵ ਨੈਗੇਟਿਵ ਡੀਜ਼ ਨੂੰ ਸ਼ਿਫਟ ਕਰ ਦਿੰਦਾ ਹੈ ਯਾਨੀ ਕਿ ਹੁਣ ਤੁਹਾਡੀ ਡੀ ਜਿਹੜੀ ਇਧਰ ਵਾਲੀ ਏ ਉਹ ਨੈਗੇਟਿਵ ਹੋ ਜਾਂਦੀ ਏ ਆਹ ਵਾਲੀ ਡੀ ਪੋਜ਼ਿਟਿਵ ਰਹਿ ਜਾਂਦੀ ਜੇ ਹੁਣ ਆਹ ਵਾਲੀ ਡੀ ਨੈਗੇਟਿਵ ਏ ਜਿਵੇਂ ਹੀ ਉਹ ਸੈਮੀ ਜਾਇਰ ਸਰਕਲ ਬਣਾ ਕੇ ਇੱਥੇ ਪਹੁੰਚਿਆ ਕੀ ਹੋਊਗਾ ਭਲਾ ਉਹ ਕਿਸੇ ਨਾ ਕਿਸੇ ਵੈਲੋਸਟੀ ਨਾਲ ਪਹੁੰਚਿਆ ਪੁੱਤਰ ਇਸਵਰ ਲੇਕਿਨ ਜਿਵੇਂ ਹੀ ਇਹ ਨੈਗੇਟਿਵ ਹੋ ਗਿਆ ਇਹਨੇ ਕੀ ਕਰਨਾ ਉਹਨੂੰ ਅਟਰੈਕਟ ਕਰਨਾ ਜਦੋਂ ਤੁਹਾਡਾ ਚਾਰਜ ਪਾਰਟੀਕਲ ਇਧਰ ਐ मेरा यू जीरो हूँ हाफ साइकल पूरा होने तो पहला मेरा यू जीरो सी बेटा। हाफ साइकल होने तो हूँ मेरे को एक नॉन जीरो यू मिल गया है ना नॉन जीरो यू है मतलब कोई ना कोई वैल्यू आ चुकी है हूँ मैं पता है कि वी बराबर अगेन किन्ना यू प्लस ए टी लेकिन हूँ नालों, पहला कला की फैक्टर से क्योंकि यू जीरोकिन हमारी ਪਹਿਲਾ ਵਾਲੇ ਮੋਸ਼ਨ ਦੀ ਜਿਹੜੀ ਵੈਲੋਸਟੀ ਹੈ ਉਹ ਅਗਲੇ ਮੋਸ਼ਨ ਦੇ ਵਿੱਚ ਨਾਲ ਮਿਲ ਗਈ ਇਹਨਾਂ ਮਤਲਬ ਤੁਹਾਡੀ ਅੱਗੇ ਨਾਲੋਂ ਵੈਲੋਸਟੀ ਕੀ ਕਰ ਗਈ ਵੱਧ ਗਈ ਜੇ ਅੱਗੇ ਨਾਲੋਂ ਵੈਲੋਸਟੀ ਵੱਧ ਗਈ ਬੱਚਿਓ ਇਹਨਾਂ ਮਤਲਬ ਹੈ ਕਿ ਪੱਕੀ ਗੱਲ ਹੈ ਕਿ ਅੱਗੇ ਨਾਲੋਂ ਰੇਡੀਅਸ ਵੀ ਕੀ ਹੋ ਜਾਏਗਾ ਜ਼ਿਆਦਾ ਹੋ ਜਾਏਗਾ ਇਹਨਾਂ ਮਤਲਬ ਇਹ ਹੈ ਕਿ ਸੈਕਿੰਡ ਸਟੇਜ ਤੇ ਸਾਡੇ ਨਾਲ ਕੀ ਹੋਣ ਵਾਲਾ ਹੈ ਜਦੋਂ ਦੂਜੀ ਡੀ 네ਗੇਟਿਵ ਹੋ ਜਾਏਗੀ ਤਾਂ ਵਾਟ ਵਿਲ ਹੈਪਨ ਉਹ ਫਿਰ ਇੱਕ ਸੈਮੀ ਸਰਕਲ ਬਣਾਏਗਾ ਦੂਜੇ ਪਾਸਿਓ ਲੇਕਿਨ ਇਸ ਵਾਰ ਉਹਦਾ ਰੇਡੀਅਸ ਪਹਿਲੇ ਵਾਲੇ ਨਾਲੋਂ ਕਿੰਨਾ ਹੋਊਗਾ ਵੱਡਾ ਹੋਊਗਾ ਆਰ ਯੂ ਗੈਟਿੰਗ ਥਿਸ ਮੈਂ ਨਾਲ ਨਾਲ ਦੱਸੀ ਚੱਲੋ ਕਿ ਤੁਹਾਨੂੰ ਇਹ ਗੱਲ ਸਮਝ ਲੱਗੀ ਮੈਂ ਦੁਬਾਰਾ ਫਿਰ ਬੋਲ ਦਿੰਨਾ ਪਹਿਲਾਂ ਇਹਨੂੰ ਦੇਖ ਲਓ ਸਾਰੇ ਜਣੇ ਪਹਿਲੀ D ਦੇ ਵਿੱਚ ਆਪਾਂ ਜ਼ੀਰੋ ਵੈਲੋਸਿਟੀ ਤੋਂ ਚੱਲੇ ਸੀ ਤੇ ਆਪਾਂ ਨੂੰ ਇੱਕ ਵੈਲੋਸਿਟੀ ਮਿਲ ਗਈ ਰਾਈਟ ਤਾਂ ਆਪਾਂ ਇੱਕ ਸੈਮੀ ਸਰਕਲ ਕੰਪਲੀਟ ਕਰਕੇ ਆ ਗਏ ਹਾਈ ਫ੍ਰੀਕੁਐਂਸੀ ਓਸੀਲੇਟਰ ਨੇ ਨਾਲ ਦੀ ਨਾਲ ਆ ਵੀ ਪਲੈਰਿਟੀ ਚੇਂਜ ਕੀਤੀ ਹੁਣ ਆਹ ਵਾਲਾ D ਜਿਹੜਾ ਹੈ ਇਹ ਨੈਗੇਟਿਵ ਹੋ ਚੁੱਕਿਆ ਇਹ ਵਾਲਾ ਪੋਜ਼ਿਟਿਵ ਹੈ ਤੁਹਾਡਾ ਪੋਜ਼ਿਟਿਵ ਚਾਰਜ ਪਾਰਟੀਕਲ ਇਧਰ ਨੂੰ ਐਕਸੈਲੇਟ ਕਰਨ ਲੱਗਾ ਲੇਕਿਨ ਮੈਗਨੈਟਿਕ ਫੀਲਡ ਨੇ ਉਹਨੂੰ ਫਿਰ ਕੀ ਕੀਤਾ ਸੈਮੀ ਸਰਕੂਲਰ ਪਾ ਦੇਤਾ ਲੇਕਿਨ ਕਿਉਂਕਿ ਇ ਅੱਗੇ ਨਾਲੋਂ ਵੈਲੋਸਟੀ ਵਧੀ ਆ ਬੱਚੇ ਨਾ ਲਿਖਦੇ ਨਹੀਂ ਹੁੰਦੇ ਪੇਪਰ 'ਚ ਬੇਟੇ ਬੱਚਾ ਨੂੰ ਇਹ ਗੱਲਾਂ ਹੀ ਮੈਨੂੰ ਲੱਗਦਾ ਰੱਟਾ ਲਾਉਣਾ ਪਸੰਦ ਕਰਦੇ ਨੇ ਇਹ ਨਹੀਂ ਸਮਝ ਆਉਂਦੀ ਕਿ ਤੁਹਾਡੀ ਵੈਲੋਸਟੀ ਹੌਲੀ-ਹੌਲੀ ਵਧੀ ਜਾ ਰਹੀ ਏ ਕਿਉਂ ਕੋਣ ਵਧਾ ਰਿਹਾ ਹੈ ਵੈਲੋਸਟੀ ਆ ਜਨਾਬ ਜੀ ਵਧਾ ਰਹੇ ਨੇ ਜਿਵੇਂ ਜਿਵੇਂ ਤੁਹਾਡੀ ਵੈਲੋਸਟੀ ਵਧੀ ਜਾ ਰਹੀ ਏ ਓਵੇਂ-ਓਵੇਂ ਤੁਹਾਡਾ ਰੇਡੀਅਸ ਵੀ ਕੀ ਹੁੰਦਾ ਜਾਏਗਾ ਵੱਡਾ ਹੁੰਦਾ ਜਾਏਗਾ ਠੀਕ ਹੈ ਜੇ ਰੇਡੀਅਸ ਵੱਡਾ ਹੁੰਦਾ ਜਾਏਗਾ ਹੁਣ ਅਗਲੀ ਗੱਲ ਨਾਲ ਸੁਣ ਲੋ ਜਿਹੜੇ ਇਹ ਦੋ ਸੈਮੀ ਸਰਕੂਲਰ ਪਾਥ ਬਣੇ ਨੇ ਇਹਨਾਂ ਵਿੱਚੋਂ ਜਿਹੜਾ ਟਾਈਮ ਏ ਉਹ ਕਿਹਨ ਇਹਨਾਂ ਵਿੱਚੋਂ ਕਿਨੂੰ ਟਾਈਮ ਜ਼ਿਆਦਾ ਲੱਗੇਗਾ ਤੇ ਕਿਨੂੰ ਘੱਟ ਲੱਗੇਗਾ ਬੇਟੇ ਤੁਸੀਂ ਆਪ ਦੀ ਮਰਜ਼ੀ ਨਾਲ ਚੱਲਣਾ ਹੈ ਕਿਸੇ ਇੱਕ ਡੀ ਨੂੰ ਪਹਿਲਾਂ 네ਗੇਟਿਵ ਲੈ ਲਓ ਦੂਜੇ ਨੂੰ ਪੋਜ਼ੀਟਿਵ ਲੈ ਲਓ ਜਿਹਨੂੰ 네ਗੇਟਿਵ ਲਓਗੇ ਉਧਰੋਂ ਪਹਿਲਾਂ ਇੱਕ ਸੈਮੀ ਸਰਕਲ ਬਣਾਏਗਾ ਫਿਰ ਉਹ ਦੂਜੇ 'ਚ ਚਲਾ ਜਾਏਗਾ ਤੁਸੀਂ ਫਿਰ ਧਿਆਨ ਨਾਲ ਸੁਣਦੇ ਨਹੀਂ ਹੈਗੇ ਗੱਲਾਂ ਨੂੰ ਅੱਖਾਂ ਖੋਲ ਕੇ ਬੈਠੋ ਫਿਰ ਤੁਹਾਨੂੰ ਜ਼ਿਆਦਾ ਸਮਝ ਆਣਗੀਆਂ ਗੱਲਾਂ ਨਾ 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 ਬਟੇ ਨਾ ਗਲਤ ਬੋਲ ਰਹੇ ਹੋ ਇਦਾਂ ਦਾ ਕੁਝ ਨਹੀਂ ਹੈਗਾ ਸੁਣੋ ਧਿਆਨ ਨਾਲ ਗੱਲ ਤੁਸੀਂ ਧਿਆਨ ਨਾਲ ਸੁਣਦੇ ਨਹੀਂ ਹੈਗੇ ਫਿਰ ਅਗੇ ਤੁਸੀਂ ਨਾ ਸਿਰਫ ਟੀਚਰ ਦੀ ਨਾ ਸਿਰਫ ਕਈ ਵਾਰੀ ਕੀ ਹੁੰਦਾ ਕਿ ਕਈ ਬੱਚੇ ਸਿਰਫ ਨੋਟਸ ਆ ਦੇਖੋ ਧਿਆਨ ਨਾਲ ਇਹ ਫਾਰਮੂਲਾ ਕੀ ਸਮਝਾ ਰਿਹਾ ਕਿ ਹਾਫ ਸਾਈਕਲ ਤੇ ਜਿਹੜਾ ਟਾਈਮ ਲੱਗਾ ਸੀਗਾ ਉਹਦੇ ਵਿੱਚ ਨਾ ਤਾਂ ਕਿਤੇ ਆ ਰੇ ਨਾ ਹੀ ਕਿਤੇ ਵੀ ਐ ਉਹ ਕਮਲਿਓ ਇਹਨਾਂ ਮਤਲਬ ਇਹ ਹੈ ਕਿ ਟਾਈਮ ਉਨਾ ਹੀ ਲੱਗਣਾ ਹੈ ਜੇ ਤੁਹਾਡੀ ਸਪੀਡ ਵੱਧ ਗਈ ਹੈ ਪਹਿਲਾਂ ਨਾਲੋਂ ਤੁਸੀਂ ਵੇਖੋ ਦੂਜੇ ਕੇਸ 'ਚ ਸਪੀਡ ਜਾ ਰਹੀ ਹੈ ਕਿ ਨਹੀਂ ਜਾ ਰਹਾ ਉੱਥੇ ਰੇਡੀਅਸ ਵੀ ਵੱਡਾ ਹੋ ਗਿਆ ਇਹਨੇ ਵੇ ਟਾਈਮ ਸੇਮ ਲੱਗ ਰਿਹਾ ਹੈ ਕਿਉਂਕਿ ਉਹ ਨਾ ਤਾਂ r ਤੇ ਡਿਪੈਂਡ ਕਰਦਾ ਨਾ ਹੀ v ਤੇ ਡਿਪੈਂਡ ਕਰਦਾ ਇਨ ਅਰਥਾ ਜਿਹੜਾ ਤੁਹਾਡਾ ਅਦਰਸ ਹਾਫ ਸੇ ਉੰਡ ਤੇ ਵੀ ਟਾਈਮ ਕਿੰਨਾ ਲੱਗਣਾ ਇੰਨਾ ਯਾਨੀ ਕਿ ਕੰਪਲੀਟ ਭਾਵੇਂ ਇੱਕ ਛੋਟਾ ਰੇਡੀਅਸ ਤੇ ਵੱਡਾ ਰੇਡੀਅਸ ਮਿਲਾ ਕੇ ਜਿਹੜਾ ਸਪਾਇਰਲ ਜੀ ਬਣੀ ਏ ਇਹਨੂੰ ਜਿਹੜਾ ਟੋਟਲ ਟਾਈਮ ਲੱਗਣਾ ਉਹਦਾ ਡਬਲ ਲੱਗਣਾ ਹੈ ਯਾਨੀ ਕਿ ਕਿੰਨਾ ਲੱਗੂਗਾ 2t ਯਾਨੀ ਕਿ ਕਿੰਨਾ 2πm/b³ ਜੇ ਤੁਸੀਂ ਮੇਰੀ ਗੱਲ ਦਾ ਯਕੀਨ ਕਰੋ ਇਹ ਅਪਰੋਕਸੀਮੇਟਲੀ ਜਿਹੜਾ ਇਹ ਕੰਮ ਹੈ ਮਤਲਬ ਜੇ ਤੁਸੀਂ ਗੱਲ ਨੂੰ ਸਮਝ ਪਾਓ ਤਾਂ ਇਹ ਲਗਭਗ ਇੱਕ ਨੈਨੋਮੀਟਰ ਦੇ ਲਾਗੇ-ਦਾਗੇ ਹੋ ਜਾਂਦਾ ਕੰਮ ਹੈ ਸਾਰਾ ਆਫ ਦਾ ਆਰਡਰ ਆਫ ਲਾਈਕ 10 ਰੇਸ ਟੂ ਪਰ ਮਾਈਨਸ 8 ਸੈਕਿੰਡ ਤੋਂ ਲੈ ਕੇ 10 ਰੇਸ ਟੂ ਪਰ ਮਾਈਨਸ 9 ਸੈਕਿੰਡ ਤੱਕ ਆ ਹੋ ਜਾਂਦਾ ਪਤਾ ਨਹੀਂ ਤੁਸੀਂ ਸੋਚ ਸਕਦੇ ਹੋ ਕਿ ਨਹੀਂ ਸੋਚ ਸਕਦੇ ਐਂਡ ਯੂ ਵੋਂਟ ਬਲੀਵ ਕਿ ਅੱਗੇ ਕੀ ਹੋਏਗਾ ਫਿਰ ਦੱਸਦਾ ਮੈਂ ਇਹ ਚੀਜ਼ਾਂ ਬਹੁਤ ਘੈਣ ਨੇ ਬੇਟੇ ਮਜ਼ਾ ਆਉਂਦਾ ਇਹਨਾਂ ਗੱਲਾਂ ਨੂੰ ਸਮਝਣ ਦਾ ਜਦੋਂ ਬੰਦੇ ਦੇ ਜਦੋਂ ਤੁਹਾਡੀ ਨੋਲੇਜ ਵਾਧਾ ਹੋ ਰਹੀ ਹੁੰਦਾ ਨਾ ਤੁਹਾਨੂੰ ਸਵਾਦ ਆਉਂਦਾ ਚੀਜ਼ਾਂ ਦਾ ਬਸ ਮੈਨੂੰ ਤਾਂ ਇਹ ਠੀਕ ਹੈ ਮੈਂ ਇਹਨਾਂ ਚੀਜ਼ਾਂ ਨੂੰ ਬਹੁਤ ਰੀਅਲਿਜ਼ ਕਰਦਾ ਕਿ ਰੇਡੀਅਸ ਕਿਉਂ ਵੱਧਦਾ ਪਿਆ ਇਹ ਬੱਚੇ ਨੂੰ ਪਤਾ ਹੋਣਾ ਚਾਹੀਦਾ ਸਿਰਫ ਲਿਖਣਾ ਨਹੀਂ ਹੋਣਾ ਚਾਹੀਦਾ ਉਹਨੂੰ ਸਮਝ ਹੋਣੀ ਚਾਹੀਦੀ ਹੈ ਹੁਣ ਕੀ ਹੋਏਗਾ ਹੁਣ ਦੁਬਾਰਾ ਫਿਰ ਸੋਲੋ ਜੀ ਨੂੰ ਡੀ ਵਾਲਾ ਕਨਸੈਪਟ ਨਹੀਂ ਸਮਝ ਆਇਆ ਸੀਗਾ ਡੀ ਵਾਲਾ ਕਨਸੈਪਟ ਦੇ ਵਿੱਚ ਆਪਾਂ ਹੁਣ ਤੱਕ ਕੀ ਕੀਤਾ ਕਿ ਇੱਕ ਪੂਰਾ ਪਹਿਲਾਂ ਛੋਟਾ ਰੇਡੀਅਸ ਫਿਰ ਵੱਡਾ ਰੇਡੀਅਸ ਬਣਾਤਾ ਹੁਣ ਉਹ ਇੱਧਰ ਆ ਚੁੱਕਿਆ ਹੈ ਠੀਕ ਹੈ ਹੁਣ ਜਦੋਂ ਇੱਧਰਲੇ ਪਾਸੇ ਆ ਗਿਆ ਹੁਣ ਤੁਹਾਡਾ D2A ਨਾ ਹੁਣ ਉਹ D1 'ਚ ਜਾਣਾ ਓਨੇ ਵਾਪਿਸ A ਨੂੰ ਠੀਕ ਹੈ ਹੁਣ ਜਦੋਂ ਉਹਨੇ ਕਿੱਧਰ ਜਾ d1 ਚ ਜਾਣਾ ਹੈ ਨਾ ਤਾਂ ਜੇ ਉਹਨੇ d1 ਚ ਜਾਣਾ ਹੈ ਤਾਂ d ਉਹ ਕੀ ਹੋਏਗਾ ਕਿ d1 ਜਿਹੜਾ ਹੈ ਔਸੀਲੇਟਰ ਜਿਹੜਾ ਨਾ ਉਹ d1 ਨੂੰ ਨੈਗੇਟਿਵ ਕਰ ਦਿੰਦਾ ਪੋਜ਼ਿਟਿਵ ਨੈਗੇਟਿਵ ਪੋਜ਼ਿਟਿਵ ਨੈਗੇਟਿਵ ਪੋਜ਼ਿਟਿਵ ਨੈਗੇਟਿਵ ਐ ਚੱਲੀ ਜਾਂਦਾ ਜਦੋਂ d1 ਨੈਗੇਟਿਵ ਹੋ ਗਿਆ ਤਾਂ d1 ਨੈਗੇਟਿਵ ਦਾ ਮਤਲਬ ਹੈ ਮੈਗਨੇਟਿਕ ਫੀਲਡ ਐ ਨੂੰ ਤੁਹਾਡਾ ਚਾਰਜ ਪਾਰਟੀਕਲ ਜਾਣਾ ਚਾਹੁੰਦਾ ਐ ਨੂੰ ਫੋਰਸ ਕਿਵੇਂ ਲੱਗੇਗੀ ਬੇਟਾ ਇਦਾਂ ਇਦਾਂ ਕਰਕੇ ਉਹ ਕਿਹੜਾ ਪਾਥ ਕਰੇਗਾ ਫਿਰ ਸੈਮੀ ਸਰਕਲ ਬਣਾਏਗਾ ਲੇਕਿਨ ਪਹਿਲਾਂ ਨਾਲੋਂ ਇੱਥੇ ਰੈਲੋਸਟੀ ਜਾ ਰਹੀ ਸੀਗੀ ਫਿਰ ਹੋਰ ਵੈਲੋਸਟੀ ਵਧੀ ਹੁਣ ਹੋਰ ਵੈਲੋਸਟੀ ਵਧ ਜਾਨੀ ਹੈ ਕਿਉਂਕਿ ਲਗਾਤਾਰ ਤੁਹਾਡਾ ਚਾਰਜ ਇਲੈਕਟ੍ਰਿਕ ਫੀਲਡ ਨੂੰ ਕੀ ਕਰ ਰਿਹਾ ਐਕਸੈਲੇਰੇਟ ਕਰ ਰਿਹਾ ਇਹਨਾਂ ਮਤਲਬ ਪਹਿਲਾਂ ਜ਼ੀਰੋ ਤੋਂ ਸ਼ੁਰੂ ਹੋਏ ਸੀਗੇ ਫਿਰ ਆ ਹਾਫ ਸਾਈਕਲ ਬਾਅਦ ਆ ਬਣ ਗਈ ਹੋਏਗੀ ਅਗਲੇ ਹਾਫ ਸਾਈਕਲ ਲਈ ਇਹਨੇ ਇਨੀਸ਼ੀਅਲ ਬਣ ਜਣਾ ਹੈ ਇਹਦੇ ਤੋਂ ਵਧ ਜਣਾ ਹੈ ਕੰਮ ਸੋ ਵੈਲੋਸਟੀ ਹੋਰ ਵਧੇਗੀ ਯਾਨੀ ਕਿ ਰੇਡੀਅਸ ਹੋਰ ਵਧੇਗਾ ਰੇਡੀਅਸ ਹੋਰ ਵਧੇਗਾ ਤਾਂ ਯਾਨੀ ਕਿ ਸਪਾਇਰਲ ਕੀ ਬਣੇਗੀ ਤੁਹਾਡੀ ਅੱਗੇ ਨਾਲੋਂ ਵੱਡੀ ਬਣੇਗੀ ਬੇਟੇ ਸੋ ਆ ਸਿਚੁਏਸ਼ਨ ਬਣ ਗਈ ਪੁੱਤਰ ਠੀਕ ਹੈ ਹੁਣ ਇਹ ਇਦਾਂ ਚੱਲੀ ਜਾਂਦਾ ਐਂਡ ਇਫ ਯੂ ਇਫ ਯੂ ਕੈਨ ਮਤਲਬ ਅੰਡਰਸਟੈਂਡ ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਸਮਝਾਉਣਾ ਮੰਨ ਲਓ ਕਿ ਇਹ ਚਾਰਜ ਪਾਰਟੀਕਲ ਇੱਕ ਪ੍ਰੋਟੋਨ ਹੁੰਦਾ ਜਿਹੜਾ ਆਪਾਂ ਇਹਦੇ ਵਿੱਚ ਲੈ ਰਹੇ ਹਾਂ ਵੀ ਕਿਉਂ ਕੋਣ ਹੈ ਇੱਕ ਪ੍ਰੋਟੋਨ ਹੈ E ਐਂਡ ਮੰਨ ਲਓ ਕਿ ਜਿਹੜੀ ਇਹਨੂੰ ਇਨੀਸ਼ੀਅਲ એનર્ਜੀ ਮਿਲਦੀ ਉਹ 1 ਮੀਗਾ ਇਲੈਕਟ੍ਰੋਨ ਵੋਲਟ ਮਿਲਦੀ ਮੈਂ ਵੈਸੇ ਦੱਸ ਰਿਹਾ ਤੁਹਾਨੂੰ ਇੱਕ ਐਗਜ਼ਾਮਪਲ ਸਮਝਾ ਰਿਹਾ 1 ਮੀਗਾ ਇਲੈਕਟ੍ਰੋਨ ਵੋਲਟ ਮਿਲਦੀ ਮੈਂ ਤੁਹਾਨੂੰ ਇਹ ਕਿਹਾ ਕਿ ਇਹ ਲਗਭਗ ਜਦੋਂ ਇਹ ਰੇਡੀਅਸ ਬਣਾਉਂਦਾ ਨਾ ਤੇ ਇਹ ਲਗਭਗ 15 ਸੈਂਟੀਮੀਟਰ ਦਾ ਹੁੰਦਾ ਮੈਂ ਵੈਸੇ ਆਈਡੀਆ ਦੇ ਰਿਹਾ ਤੁਹਾਨੂੰ 15 ਸੈਂਟੀਮੀਟਰ ਦਾ ਬਣਾਉਂਦਾ ਤੇ ਮੈਂ ਤੁਹਾਨੂੰ ਦੱਸਿਆ ਕਿ ਇੱਕ ਨੈਨੋਸੈਕਿੰਡ ਦੇ ਲਾਗੇ ਦਾਕੇ ਇਹਨੇ ਇੱਕ ਪੂਰਾ ਸਰਕਲ ਪੂਰਾ ਕਰ ਜਣਾ ਸੀਗਾ ਐਂਡ ਜੇਕਰ ਮੰਨ ਲਓ ਕਿ ਤੁਹਾਡੀ ਸਾਈਕਲੋਟਰਨ ਦਾ ਸਾਈਜ਼ 1 ਮੀਟਰ ਲੰਬਾ ਹੋਵੇ 1 ਮੀਟਰ ਕਿੰਨਾ ਕੁ ਹੁੰਦਾ ਬੇਟਾ ਆ ਮੇਰੀ ਇੱਕ ਕਾਮ ਤੋਂ ਲੈ ਕੇ ਆਵ ਲੈਨਕ 1 ਮੀਟਰ ਲੰਬਾ ਹੋਏਗਾ ਨਾ ਤਾਂ ਜਦੋਂ ਉਹ ਬਾਹਰ ਨਿਕਲੇਗਾ ਤੁਸੀਂ 1 ਮੀਗਾ ਇਲੈਕਟ੍ਰੋਨ ਵੋਲਟ ਦਾ ਦਿੱਤਾ ਸੀ ਲਗਾਤਾਰ ਉਹਦੀ ਵੈਲੋਸਟੀ ਵਧਾਈ ਜਾ ਰਹੇ ਹੋ ਜਦੋਂ ਉਹਦੀ ਵੈਲੋਸਟੀ ਵਧਦੀ ਜਾਏਗੀ ਅਲਟੀਮੇਟਲੀ ਉਹ ਕੀ ਕਰੇਗਾ ਲਗਾਤਾਰ ਲਗਾਤਾਰ ਐਕਸਲਰੇਟ ਹੁੰਦਾ ਜਾਏਗਾ ਹੁੰਦਾ ਜਾਏਗਾ ਹੁੰਦਾ ਜਾਏਗਾ ਪਾਥ ਕਨਫਾਈਨਡ ਕਿਨੇ ਕੀਤਾ ਹੈ ম্যাগਨੇਟਿਕ ਫੀਲ드 ਨੇ ਉਹ ਅਲਟੀਮੇਟਲੀ ਬੇਟਾ ਉਹਦੀ ਜਿਹੜੀ એનર્ਜੀ ਹੈ ਜੇ 1 ਮੀਟਰ ਰੇਡੀਅਸ ਲੋਗੇ ਤਾਂ 50 ਮੀਗਾ ਇਲੈਕਟ੍ਰੋਨ वोल्ट ਦੇ ਕਰੀਬ એનર્ਜੀ ਹੋ ਜਾਂਦੀ ਹੈ 1 ਮੀਗਾ ਇਲੈਕਟ੍ਰੋਨ वोल्ट ਦਾ ਲਿਆ 50 ਟਾਈਮਸ એનર્ਜੀ ਕਰਤੀ ਸਿਰਫ 1 ਮੀਟਰ ਦੇ ਅਰੇਂਜਮੈਂਟ ਤੋਂ ਜੇ ਅਰੇਂਜਮੈਂਟ ਵੱਡਾ ਕਰ ਦੋਗੇ ਤਾਂ ਸੋਚੋ ਕੀ ਹਾਲਾਤ ਬਣਨਗੇ ਮੈਰਾਥਨ ਜਿਵੇਂ ਉਹ ਦੱਸੇ ਨੇ ਕਿ ਆਪਾਂ એનર્ਜੀ ਜਿਹੜੀ ਹੈ ਉਹ 50 ਮੀਗਾ ਇਲੈਕਟ੍ਰੋਨ ਵੋਲਟ ਤੇ ਲੈ ਕੇ ਜਦੋਂ ਇੰਨੀ એનર્ਜੀ ਬਣ ਜਾਂਦੀ ਹੈ ਹੁਣ ਤੁਸੀਂ ਧਿਆਨ ਦੇਣਾ ਕਿ ਮੈਂ ਨਾ ਇਹ ਇਸ ਆ ਜਿਹੜਾ ਡਬਲਿਊ ਲਿਖਿਆ ਹੋਇਆ ਹੈ ਤੁਸੀਂ ਧਿਆਨ ਨਾਲ ਦੇਖੋਗੇ ਡੀ1 ਦੇ ਨਾ ਇੱਕ ਸਾਈਡ ਤੇ ਮੈਨੂੰ ਥੋੜਾ ਸਾਈਜ਼ ਵੱਡਾ ਕਰ ਰਹੇ ਹਾਂ ਤਾਂ ਕਿ ਮੈਨੂੰ ਵੀ ਦਿਖ ਜੇ ਏਸ ਹੁਣ ਧਿਆਨ ਨਾਲ ਦੇਖੋ ਵੀ ਜਿਹੜਾ ਡੀ1 ਹੈ ਨਾ ਡੀ1 ਡੀ1 ਦੀ ਇੱਕ ਸਾਈਡ ਤੇ ਇੱਕ ਵਿੰਡੋ ਬਣਾਈ ਹੋਈ ਬੇਟੇ ਉਹਦਾ ਸਾਈਜ਼ ਜਿਹੜਾ ਡੀ2 ਨਾਲੋਂ ਥੋੜਾ ਜ਼ਿਆਦਾ ਹੈ ਕੀ ਹੁੰਦਾ ਹੈ ਕਿ ਜਦੋਂ ਚਾਰਜ ਪਾਰਟੀਕਲ ਘੁੰਮਦਾ ਘੁੰਮਦਾ ਰੇਡੀਅਸ ਵੱਡਾ ਕਰਦਾ ਗਿਆ ਕਰਦਾ ਗਿਆ ਇੱਕ ਸਾਈਡ ਤੋਂ ਥੋੜਾ ਜਿਹਾ ਉਹ ਦਿੱਤਾ ਹੈ ਬਾਹਰ ਨੂੰ ਰਸਤਾ ਜਾ ਉਹ ਜਦੋਂ ਬਹੁਤ ਵੱਡਾ ਰੇਡੀਅਸ ਹੋ ਜਾਂਦਾ ਹੈ ਇੱਕ ਟਾਈਮ ਐਵੇਂ ਦਾ ਹੁੰਦਾ ਕਿ ਉਹ ਉਸ ਜਗ੍ਹਾ ਤੋਂ ਲੰਘਣ ਦੀ ਕੋਸ਼ਿਸ਼ ਕਰਦਾ ਉਹ ਤੋਂ ਵਿੰਡੋ ਤੋਂ ਬਾਹਰ ਆ ਜਾਂਦਾ ਹੈ ਬੇਟੇ ਠੀਕ ਹੈ ਉਹ ਜਦੋਂ ਹੁਣ ਵਿੰਡੋ ਤੋਂ ਬਾਹਰ ਕੱਢਣ ਦੇ ਵੀ ਕਈ ਤਰੀਕੇ ਨੇ ਸੋ ਇੰਨਾ ਡਿਟੇਲ ਚ ਜਾਣ ਦੀ ਲੋੜ ਨਹੀਂ ਹੈਗੀ ਬਸ ਉਹ ਵਿੰਡੋ ਤੋਂ ਬਾਹਰ ਆਉਂਦਾ ਜਦੋਂ ਵਿੰਡੋ ਤੋਂ ਬਾਹਰ ਆਉਂਦਾ ਹੈ ਉਸ ਦੂਬਾਰ ਕੀ ਕੀਤਾ ਹੁੰਦਾ ਬੇਟੇ ਆ ਦੇਖੋ ਤੁਸੀਂ ਇੰਨੇ ਚ ਕੀ ਕੀਤਾ ਹੋਇਆ ਤੁਸੀਂ ਇਦਾਂ ਸਮਝ ਸਕਦੇ ਹੋ ਕਿ ਸਾਹਮਣੇ ਹ ਉਹ ਵਿੰਡੋ ਤੋਂ ਬਾਹਰ ਆਇਆ ਵਿੰਡੋ ਤੋਂ ਜਿਵੇਂ ਬਾਹਰ ਆਇਆ ਚਾਰਜ ਪਾਰਟੀਕਲ ਤੁਹਾਡਾ ਤੇ ਸਾਹਮਣੇ ਟਾਰਗੇਟ ਹੁੰਦਾ ਉਹਸ ਟਾਰਗੇਟ ਤੇ ਜਾ ਕੇ ਉਹ ਵੱਜਦਾ ਸੋ ਜਿਹੜੀ ਉਹ ਰਿਐਕਸ਼ਨ ਹੈ ਉਹ ਜਿੰਨੇ ਵੀ ਜਿਹੜੇ ਟਾਰਗੇਟ ਕੀ ਹੈ ਕੋਈ ਵੀ ਤੁਹਾਡਾ ਸਬਸਟੈਂਸ ਹੋ ਸਕਦਾ ਕੋਈ ਸੋਲਿਡ ਹੋ ਸਕਦਾ ਕੋਈ ਨਿਊਕਲੀਅਸ ਹੋ ਸਕਦਾ ਜਿੰਦੇ ਤੇ ਉਹਨੂੰ ਬੰਬਾਰਡ ਕੀਤਾ ਹੋਵੇ ਸੋ ਉਹਦੇ ਤੇ ਜਾ ਕੇ ਵੱਜਦਾ ਸੋ ਡਿਜ਼ਾਇਰਡ ਰਿਜ਼ਲਟ ਜੋ ਵੀ ਤੁਸੀਂ ਲੈਣਾ ਹੁੰਦਾ ਉਹ ਤੁਸੀਂ ਲੈ ਲੈਂਦੇ ਹੋ ਇਜ਼ 댓 ਓਕੇ ਸੋ ਆਪਾਂ ਹੁਣ ਗੱਲ ਨੂੰ ਕੰਪਲੀਟ ਕਰੀਏ ਕਿ ਦਾ ਪ੍ਰਿੰਸੀਪਲ ਕੀ ਸੀ ਪ੍ਰਿੰਸੀਪਲ ਕੀ ਹੈ ਕਿ ਤੁਸੀਂ ਕਿਸੇ ਵੀ ਚਾਰਜ ਪਾਰਟੀਕਲ ਨੂੰ ਕ੍ਰੋਸ ਇਲੈਕਟ੍ਰਿਕ ਤੇ ਮੈਗਨੇਟਿਕ ਫੀਲਡ ਦੇ ਵਿੱਚੋਂ ਮੂਵ ਕਰਾਉਂਦੇ ਹੋ 크ਰੋਸ ਕੀ ਬੋਲਣਾ ਹੈ 크ਰੋਸ ਕਿਉਂ ਕਿ ਕਿ ਇਲੈਕਟ੍ਰਿਕ ਫੀਲਡ ਕਨਫਾਈਨਡ ਹੈ ਇਸ ਰਸਤੇ ਮੈਗਨੇਟਿਕ ਫੀਲਡ ਆਏ ਇਹਨਾਂ ਦੋਨੇ ਇੱਕ ਦੂਜੇ ਦੇ ਹਰ ਵਕਤ ਕੀ ਰਹਿਣਗੇ ਪਰਪੈਂਡੀਕੂਲਰ ਸਮਝੇ ਨਾ ਇਲੈਕਟ੍ਰਿਕ ਫੀਲਡ ਇਸ ਪਲੇਨ 'ਚ ਹੈ ਬਸ ਤੇ ਮੈਗਨੇਟਿਕ ਫੀਲਡ ਕਿੱਧਰ ਹੈ ਇੱਧਰ ਸੋ 크ਰੋਸ ਇਲੈਕਟ੍ਰਿਕ ਤੇ ਮੈਗਨੇਟਿਕ ਫੀਲਡ ਨੂੰ ਮੂਵ ਕਰਾਇਆ ਜਾਂਦਾ ਟਾਈਮ ਐਂਡ ਅਗੇਨ ਬਾਰ-ਬਾਰ ਬਾਈ ਯੂਜ਼ਿੰਗ ਹੁਣ ਆ ਤੁਸੀਂ ਬਾਰ-ਬਾਰ ਕਿਵੇਂ ਕਰਦੇ ਹੋ ਇੱਧਰ ਉੱਧਰ ਮੂਵ ਕਰਨਾ ਤੇ ਬਾਈ ਯੂਜ਼ਿੰਗ ਔਸੀਲੇਟਿੰਗ ਇ ਤਾਂ ਤੁਸੀਂ ਕ੍ਰੋਸ ਇਲੈਕਟ੍ਰਿਕ ਤੇ ਫੀਲਡ ਤੇ ਮੈਗਨੈਟਿਕ ਫੀਲਡ ਦਾ ਅਰੇਂਜਮੈਂਟ ਲੈ ਕੇ ਇੱਕ ਔਸੀਲੇਟਰ ਦੇ ਨਾਲ ਉਸ ਚਾਰਜ ਪਾਰਟੀਕਲ ਨੂੰ ਉਸ ਇਲੈਕਟ੍ਰਿਕ ਫੀਲਡ ਦੇ ਮਤਲਬ ਉਹਨੂੰ ਐਕਸਲਰੇਟ ਕੀਤਾ ਜਾਂਦਾ ਵਿਦ ਦੀ ਹੈਲਪ ਆਫ ਇਲੈਕਟ੍ਰਿਕ ਫੀਲਡ ਐਂਡ ਮੈਗਨੈਟਿਕ ਫੀਲਡ ਇਸ ਯੂਜ਼ ਟੂ ਕਨਫਾਈਨ ਦੀ ਪਾਥ ਆਫ ਚਾਰਜ ਪਾਰਟੀਕਲ ਇਨ दैट ਵੇ ਉਹਦੀ ਲਗਾਤਾਰ ਜਿਹੜੀ ਵੈਲੋਸਟੀ ਏ ਜਿਹੜੀ ਸਪੀਡ ਹੈ ਰਾਦਰ ਬੋਲਣਾ ਚਾਹੀਦਾ ਉਹ ਵਧਦੀ ਜਾਂਦੀ ਹੈ ਜਦੋਂ ਸਪੀਡ ਵਧਦੀ ਜਾਂਦੀ ਹੈ ਅਲਟੀਮੇਟਲੀ ਉਹਦੀ એનર્ਜੀ ਵਧਦੀ ਜਾਂਦੀ ਹੈ ਆਈ ਹੋਪ ਯੂ ਆਰ ਗੈਟਿੰਗ ਥਿਸ ਠੀਕ ਹੈ ਸੋ ਇੱਕ ਵਧੀਆ ਬੱਚ ਕਿੰਨਾ ਸਿੰਪਲ ਸੀ ਦੇਖੋ ਮੇਰੇ ਸਾਹਮਣੇ ਮੈਂ ਕੁਝ ਨਹੀਂ ਕਰਾਇਆ ਇਹਨੂੰ ਲਿਖਣਾ ਪਏਗਾ ਤੁਹਾਨੂੰ ਠੀਕ ਇਹਨੂੰ ਸਮਝਾਉਣਾ ਪਊਗਾ ਉਹਨੂੰ ਜਿਵੇਂ ਮੈਂ ਬੋਲਤਾ ਇੰਨਾ ਕੁਝ ਇਨੀ دیر ਹੋ ਗਈ ਬੋਲਦਿਆਂ ਨੂੰ ਤੁਹਾਨੂੰ ਆਹ ਗੱਲ ਦੱਸਣੀ ਹੋਣੀ ਚਾਹੀਦੀ ਕਿ ਅਸੀਂ ਸਰ ਜ਼ੀਰੋ ਤੋਂ ਸ਼ੁਰੂ ਹੋਏ ਸੀਗੇ ਇਲੈਕਟ੍ਰਿਕ ਫੀਲਡ ਨੇ ਸਾਨੂੰ ਐਕਸਲਰੇਟ ਕੀਤਾ ਸਾਡੀ ਵੈਲੋਸਟੀ ਵੱਧ ਗਈ ਉਹਦੇ ਨਾਲ ਰੇਡੀਅਸ ਵਧਿਆ ਸੋ ਇਨ ਇਨ ਵੇ ਸਾਡੇ ਕਿਉਂਕਿ ਸਾਡੀ ਲਗਾਤਾਰ ਇਲੈਕਟ੍ਰਿਕ ਫੀਲਡ ਲੱਗੀ ਜਾ ਰਿਹਾ ਹੈ ਹਨਾ ਇਹਨਾਂ ਮਤਲਬ ਲਗਾਤਾਰ ਸਾਡੀ ਸਪੀਡ ਵੱਧਦੀ ਜਾ ਰਹੀ ਹੈ ਨੰਬਰ 1 ਤੇ ਕਿਉਂਕਿ ਸਪੀਡ ਵੱਧਦੀ ਜਾ ਰਹੀ ਹੈ ਰੇਡੀਅਸ ਵੱਡਾ ਹੁੰ ਪਰ ਲੇਕਿਨ ਆਪਾਂ ਅਗਲੀ ਗੱਲ ਇਹ ਸਿੱਖੀ ਕਿ ਭਾਵੇਂ ਕੋਈ ਵੀ ਦੋ ਸਪਾਇਰਲ ਚੱਕੋ ਉਹਨਾਂ ਨੂੰ ਟਾਈਮ ਸੇਮ ਲੱਗਣਾ ਚਾਹੀਦਾ ਸੋ ਇੱਕ ਬੜੀ ਵਧੀਆ ਚੀਜ਼ ਹੈ ਆਦਰਵਾਇਜ਼ ਬੜਾ ਪੰਗਾ ਪੈ ਜਾਣਾ ਸੀ ਔਸੀਲੇਟਿੰਗ ਇਲੈਕਟ੍ਰਿਕ ਫੀਲਡ ਨੂੰ ਹੁਣ ਔਸੀਲੇਟਿੰਗ ਇਲੈਕਟ੍ਰਿਕ ਫੀਲਡ ਨੂੰ ਇਹ ਨਹੀਂ ਸੋਚਣਾ ਪੈਣਾ ਕਿ ਮੈਂ ਕਦੋਂ ਕਰਨਾ ਉਹਨਾਂ ਨੂੰ ਇੱਕੋ ਹੀ ਫ੍ਰੀਕੁਐਂਸੀ ਰੱਖਣੀ ਬਸ ਉਸ ਫ੍ਰੀਕੁਐਂਸੀ ਦੇ ਹਿਸਾਬ ਨਾਲ ਉਹਨੇ ਆਪੇ ਆਪ ਨੂੰ ਚੇਂਜ ਕਰੀ ਜਾਣਾ ਬੱਚੇ ਇਜ਼ 댓 ਓਕੇ ਕੋਈ ਡਾਊਟ ਕਿਸੇ ਨੇ ਇਹਦੇ ਵਿੱਚ ਹੂੰ ਬੋਲੋ ਕਲੀਅਰ ਅੱਗੇ ਤੁਰਿਏ ਹੁਣ ਅਗਲਾ ਆਉਂਦਾ ਹੈ ਸੁਣੋ ਮੈਂ ਦੱਸ ਦਉ ਬਟੇ ਰਾਈਟ ਜਿਸ ਕੀ ਕਰਨਾ ਬੱਚੋ ਪੁੱਤਰ ਇਹਨੂੰ ਧਿਆਨ ਨਾਲ ਦੁਬਾਰਾ ਸੁਣ ਲੈਣਾ ਇਹ 101% ਹੈ ਕਿ ਜੀ ਸਿਲੇਬਸ 'ਚ ਇੱਕ ਚਾਂਸੇਜ਼ ਇਹ ਵੀ ਹੈਗੇ ਨੇ ਕਿ ਹੋ ਸਕਦਾ ਹੈ ਕਿ ਇਹਨੂੰ ਸਿਲੇਬਸ 'ਚੋਂ ਕੱਢਣ ਬਾਹਰ ਬਟ ਇਹ ਕੱਢਣ ਵਾਲਾ ਟੌਪਿਕ ਹੈ ਨਹੀਂ ਬੱਚੇ ਬਹੁਤ ਵਧੀਆ ਟੌਪਿਕ ਹੈ ਚਲੋ ਕੱਢਣ ਨਾ ਕੱਢਣ ਤੁਸੀਂ ਆਪਦੇ ਹਿਸਾਬ ਨਾਲ ਚਲੋ ਕਿ 3 ਨੰਬਰ ਤੋਂ ਲੈ ਕੇ 5 ਨੰਬਰ ਤੱਕ ਕਿਤੇ ਵੀ ਆ ਜਾਂਦਾ ਹੈ ਕਿਵੇਂ ਆਏਗਾ ਸਭ ਤੋਂ ਪਹਿਲੇ ਨੰਬਰ ਤੇ ਤੁਹਾਨੂੰ ਹੀ ਪੁੱਛੇਗਾ ਵੀ ਇਹ ਹੁੰਦਾ ਕੀ ਹੈ ਤੁਹਾਨੂੰ ਪਤਾ ਹੈ ਕਿ ਇਹ ਕੀ ਕੰਮ ਕਰਦਾ ਹੈ ਨੰਬਰ 2 ਤੇ ਦਾ ਪ੍ਰਿੰਸੀਪਲ ਤੁਹਾਨੂੰ ਸਮਝਾਤਾ ਮੈਂ ਸਾਰਿਆਂ ਨੂੰ ਕੀ ਹੈ ਤੁਸੀਂ ਪ੍ਰਿੰਸੀਪਲ ਨੂੰ ਮੇਰੇ ਹਿਸਾਬ ਨਾਲ ਹੀ ਚੱਲਣਾ ਹੈ ਨੰਬਰ 3 ਤੇ ਦੀ ਕੰਸਟਰਕਸ਼ਨ ਕੰਸਟਰਕਸ਼ਨ ਆਪਾਂ ਸਾਰਿਆਂ ਨੇ ਇੱਕ ਇੱਕ ਕਰਕੇ ਦੇਖ ਲਈ ਬਟੇ ਨੰਬਰ 4 ਤੇ ਹੈਗੀ ਇਹਦੀ ਵਰਕਿੰਗ ਉਹ ਵਰਕਿੰਗ ਆਪਾਂ ਦੇਖ ਲਈ ਬਸ ਥੋੜਾ ਜਿਹਾ ਪਾਰਟ ਰਹਿ ਗਿਆ ਉਹ ਮੈਂ ਕਰਨ ਲੱਗਾ ਸੁਣਿਓ ਵਰਕਿੰਗ ਦੇ ਵਿੱਚ ਤੁਹਾਨੂੰ ਇੱਕ ਇਹਦੀ ਮੈਕਸਿਮਮ ਕਾਈਨੇਟਿਕ એનર્ਜੀ ਕੱਢ ਕੇ ਆਉਣੀ ਪੈਗੀ ਠੀਕ ਹੈ ਹੁਣ ਮੈਕਸਿਮਮ એનર્ਜੀ ਕਿੰਨੀ ਹੋ ਸਕਦੀ ਹੈ ਉਹਦੀ ਗੱਲ ਕਰਦੇ ਹਾਂ ਪੁੱਤਰ ਸਾਨੂੰ ਪਤਾ ਹੈ ਕਿ ਜਿਹੜਾ ਸਤ ਜਦੋਂ ਮੰਨ ਲਓ ਕਿ ਆ ਆਪਣੇ ਕੋਲ ਡੀ ਹੈ ਬਟੇ ਮੈਂ ਉਪਰੋਂ ਦੇਖ ਰਿਹਾ ਐ ਕਰਕੇ ਜਦੋਂ ਉਹ ਘੁੰਦੇ ਘੁੰਦੇ ਸਭ ਤੋਂ ਲਾਸਟ ਵਾਲੇ ਆਰਬਿਟ 'ਚ ਜਾਏਗਾ ਤਾਂ ਉਹਦੀ ਵੈਲੋਸਿਟੀ ਉਸ ਟਾਈਮ ਮੈਕਸਿਮਮ ਹੋਏਗੀ ਇਸ ਜਗ੍ਹਾ ਤੇ ਉਦੋਂ ਜਿਹੜਾ ਉਹਦਾ ਰੇਡੀਅਸ ਹੈ ਉਹਦਾ ਨਾਮ ਮੈਂ ਰੱਖ ਲਾਂ ਜੇਕਰ R0 ਤੇ ਜਿਹੜੀ ਇੱਥੇ ਵੈਲੋਸਿਟੀ ਹੈ V0 ਰੱਖ ਲਓ ਤਾਂ ਸਾਨੂੰ ਇਹ ਪਤਾ ਹੈ ਐਟ ਐਨੀ ਇਨਸਟੈਂਟ ਜਿਹੜੀ 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 ਆ ਆ ਫੋਰਸ ਹੈ ਇਹ ਕਿਹੜੀ ਫੋਰਸ ਹੈ ਤੁਹਾਨੂੰ ਸਭ ਨੂੰ ਪਤਾ ਹੈ ਇਸ ਸੈਂਟ੍ਰਿਪਿਟਲ ਫੋਰਸ ਤੇ ਸੈਂਟ੍ਰਿਪਿਟਲ ਫੋਰਸ ਕਿੰਨੇ ਬਰਾਬਰ ਹੁੰਦੀ ਹੈ ਪਿਛਲੇ ਲੈਕਚਰ ਨੇ ਸਾਨੂੰ ਸਿਖਾਇਆ ਕਿ ਸੈਂਟ੍ਰਿਪਿਟਲ ਫੋਰਸ ਕਿੱਧਰ ਲੱਗਦੀ ਹੈ ਅੰਦਰ ਨੂੰ ਤੇ ਐਕਚੁਅਲੀ ਅੰਦਰ ਨੂੰ ਕਿਹੜੀ ਫੋਰਸ ਲੱਗ ਰਹੀ ਹੈ ਮੈਗਨੇਟਿਕ ਫੋਰਸ ਲੱਗ ਰਹੀ ਹੈ ਐਂਡ ਉਹ ਕਿੰਨੇ ਬਰਾਬਰ ਹੋਏਗੀ ਬੇਟੇ ਉਹ ਬਰਾਬਰ ਹੋਏਗੀ ਚਾਰਜ Q ਕੀ ਹੁੰਦਾ ਸੀ QVB ਤੇ ਨਾਲ ਕੋਣ ਬੇਟੇ sin θ sin θ ਦੀ ਆਪਾਂ ਨੂੰ ਲੋੜ ਨਹੀਂ ਮਤਲਬ sin 90 ਹੁੰਦਾ ਹੈ ਇਸ ਕੇਸ ਦੇ ਵਿੱਚ ਯੈਸ ਬਿਲਕੁਲ D ਖਾਲੀ ਨੇ ਪੁੱਤਰਾ D ਨੂੰ ਭਰ ਦੇਗਾ ਤੇ ਫਿਰ ਵਜਣਗੇ ਯਾਰ ਤੁਸੀਂ ਮੇਰੀ ਪਹਿਲੀ ਗੱਲ ਨੂੰ ਯਾਦ ਰੱਖੋ ਕਿ ਜੇਕਰ ਅੰਦਰ ਮੈਂ ਕਿਹਾ ਅੰਦਰ ਵੈਕਿਊਮ ਕ੍ਰੀਏਟ ਕੀਤਾ ਹੁੰਦਾ ਸੋਚੋ ਕਿਉਂ ਜ਼ਰੂਰੀ ਏ ਜੇਕਰ ਅੰਦਰ ਵੈਕਿਊਮ ਨਾ ਹੋਇਆ ਜੇਕਰ ਅੰਦਰ ਹਵਾ ਹੋਈ ਹਾਲਾਤ ਦੇਖੋ ਕੀ ਬਣਨ ਗਿਆ ਆਪੇ ਸੋਚੂ ਕੀ ਹੋਣਾ ਚਾਹੀਦਾ ਫਿਰ ਜੇਕਰ ਤੁਹਾਡਾ ਚਾਰਜ ਪਾਰਟੀਕਲ ਅੰਦਰ ਹਵਾ ਚ ਚੱਲਣ ਲੱਗ ਪਿਆ ਫਿਰ ਵੀ ਕੀ ਹੋਊਗਾ ਉਹ ਵੀ ਸੋਚ ਲਓ ਬਾਕੀ ਦੀ ਗੱਲਾਂ ਹੀ ਛੱਡੋ ਹਵਾ ਵੀ ਨਹੀਂ ਹੋਣੀ ਚਾਹੀਦੀ ਅੰਦਰ ਵਧੀਆ ਕੁਸ਼ਣ ਹੈ ਤੁਸੀਂ ਪੁੱਛਦੇ ਹੋ ਤਾਂ ਦੂਜਿਆਂ ਨੂੰ ਵੀ ਪਤਾ ਲੱਗਦਾ ਆ ਲੋ ਆ ਹੋ ਗਿਆ ਬੇਟੇ ਇੱਕ ਵੀ ਨੋਟ ਕੱਟਿਆ ਗਿਆ ਇੱਥੋਂ ਵੀ ਨੋਟ ਦੀ ਵੈਲਿਊ ਕੱਢ ਲਓ ਵੀ ਨੋਟ ਕਿੰਨੇ ਬਰਾਬਰ ਆ ਗਿਆ ਬੇਟੇ ਉਹ ਆ ਗਿਆ b ਕਿੰਨਾ ਨਾਲ ਕਿ q ਨਾਲ ਕਿੰਨਾ ਬੇਟੇ r not ਤੇ نیچے ਕਿੰਨਾ m ਠੀਕ ਹੈ ਆਹੀ ਆ ਗਿਆ ਚੈੱਕ ਕਰ ਲੋ ਇੱਕ ਵਾਰ ਹੁਣ ਸਾਨੂੰ ਪਤਾ ਹੈ ਕਿ ਜਿਹੜੀ ਮੈਕਸਿਮਮ ਕਾਈਨੇਟਿਕ એનર્ਜੀ ਹੁੰਦੀ ਏ ਉਹ ਬਰਾਬਰ ਹੋਏਗੀ 1/2 m v not 2 ਠੀਕ ਹੈ 1/2 m v not 2 ਕਿੰਨਾ b ਇਹਨਾਂ ਸਕੁਅਰ ਕਰੋ b 2 q 2 r not 2 ਕਿੰਨਾ ਬੇਟੇ m 2 ਸੋ ਕੱਟ ਕੇ ਇਹ ਕੰਮ ਕਿੰਨਾ ਆ ਗਿਆ b² q² r₀² ਕਿੰਨਾ ਬੇਟੇ 2m ਠੀਕ ਹੈ ਇਹ ਮੈਕਸਿਮਮ ਕਾਈਨੇਟਿਕ એનર્ਜੀ ਆ ਗਈ ਕੋਈ ਡਾਊਟ ਇਹਦੇ ਵਿੱਚ ਇਹ ਤੁਹਾਨੂੰ ਕੱਢ ਕੇ ਆਉਣੀ ਪੈਗੀ ਕਿਉਂਕਿ ਬੇਸਿਕਲੀ ਵੀ ਆਰ ਇੰਟਰਸਟਿਡ ਇਨ એનર્ਜੀ ਓਨਲੀ ਕਿ ਕਿੰਨੀ એનર્ਜੀ ਦਾ ਚਾਰਜ ਪਾਰਟੀਕਲ ਬਾਹਰ ਆ ਰਿਹਾ ਸੋ ਇਹ ਆਪਾਂ ਨੂੰ ਕੱਢ ਕੇ ਆਉਣੀ ਪੈਗੀ ਇਜ਼ 댓 ਓਕੇ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਟਾਈਮ ਕਿੰਨਾ ਲੱਗਾ ਸੀ ਉਹ ਸੀ 2πm bq ਇਹਨਾਂ ਮਤਲਬ ਫ੍ਰੀਕੁਐਂਸੀ ਕਿੰਨੀ ਹੋਏਗੀ ਬੇਟੇ ਫ੍ਰੀਕੁਐਂਸੀ ਹੁੰਦੀ 1 ਕੈਪੀਟਲ t ਯਾਨੀ ਕਿ bq 2 பை m and i have given you the idea ki eh approximately 10^7 hertz hundi hai and eh bahut zyada hai thodi nahi hegi aa jada main tenu samjha reha si na aai karke aai karke inni wari to pata nahi cyclotron ne kam kinni hoyi wari kar janna si jivein main dun dassiya ki ek geela kadan te lag nanoseconds ek meter da cyclotron hove ta microseconds de vich hi bahar aa janda hai charge particle sare kam kar kar ke kutte bhagai ji kar kar ke kar kar ke ultimately bahar aa bhi janda hai राइट right? तो ਹੁਣ ਗੱਲ ਅਗਲੀ ਕਰਦੇ ਆ ਮੇਰੇ ਕੋਲ ਕੁਸ਼ਨ ਇਹ ਪੁੱਛਿਆ ਗਿਆ ਕਿ ਦੀਜ਼ ਅੰਦਰੋਂ ਹੋਲੋ ਹੁੰਦੀਆਂ ਨੇ ਤੁਹਾਡੇ ਸਾਹਮਣੇ ਨਾਲ ਦੀ ਜੇ ਅੰਦਰੋਂ ਹੋਲੋ ਨਾ ਹੁੰਦੀਆਂ ਤਾਂ ਸੋਚ ਕੇ ਦੇਖੋ ਕੀ ਹੁੰਦਾ ਆਈ ਟੋਲਡ ਯੂ ਕਿ ਅੰਦਰ ਅੰਦਰੋਂ ਖਾਲੀ ਹੋਣਾ ਬਹੁਤ ਜ਼ਰੂਰੀ ਏ ਰਾਦਰ ਅੰਦਰ ਵੈਕਿਊਮ ਕ੍ਰੀਏਟ ਕਰਨਾ ਜ਼ਰੂਰੀ ਏ ਰੀਜ਼ਨ ਇਹ ਹੈ ਕਿ ਜੇਕਰ ਤੁਹਾਡਾ ਚਾਰਜ ਪਾਰਟੀਕਲ ਐਕਸਲਰੇਟ ਹੋ ਰਿਹਾ ਤੇ ਅੰਦਰ ਹਵਾ ਵੀ ਮੌਜੂਦ ਏ ਚਾਰਜ ਪਾਰਟੀਕਲ ਜਿਹੜਾ ਹੈ ਉਹ ਬਹੁਤ ਛੋਟਾ ਹੈ ਹਵਾ ਦੇ ਜਿਹੜੇ ਮੋਲੀਕਿਊਲਸ ਹੋਣਗੇ ਮੰਨ ਲਓ ਆਕਸੀਜਨ ਦੇ ਮੋਲੀਕਿਊਲਸ ਨੇ ਕਾਰਬਨ ਡਾਈਆਕਸਾਈਡ ਨੇ ਨਾਈਟ੍ਰੋਜਨ ਨੇ ਕੁਝ ਵੀ ਲਾ ਲਓ ਉਹ ਜਿਹੜੇ ਗੈਸ ਦੇ ਮੋਲੀਕਿਊਲਸ ਨੇ ਉਹਨੇ ਤਾਂ ਉਹਦੇ ਨਾਲ ਹੀ ਕੋਲਾਈਡ ਕਰਕੇ ਆਪਦੀ ਸਪੀਡ ਘਟਾਈ ਜਾਨੀ ਬੇਟੇ ਜੇ ਨਹੀਂ ਸਪੀਡ ਘਟ ਗਈ ਤਾਂ ਫੀਲਡ ਨੇ ਚੇਂਜ ਹੋ ਜਾਣਾ ਕਰਨਾ ਉਹਨੇ ਪਹੁੰਚ ਨਹੀਂ ਪਾਣਾ ਕਰਨਾ ਸੋ ਨੋ ਇੰਟਰੈਂਸ ਸ਼ੁੱਡ ਬੀ देयर ਆਈਡੀਲੀ ਸਪੀਕਿੰਗ ਐ ਮਤਲਬ ਅੰਦਰ ਤੁਹਾਨੂੰ ਵੈਕਿਊਮ ਕ੍ਰੀਏਟ ਕਰਨਾ ਪੈਣਾ ਸੋ ਹੋਲੋ ਤੇ ਸੋਲਿਡ ਤਾਂ ਗੱਲ ਹੀ ਬਹੁਤ ਦੂਰੇ ਤੁਸੀਂ ਮਤਲਬ ਸੋਲਿਡ ਸੋ ਇਹ ਹੋ ਗਿਆ ਬੇਟੇ ਅੱਗੇ ਚੱਲੀਏ ਇਹਨੂੰ ਇਹਨੂੰ ਇਰੇਜ਼ ਕਰ ਰਿਹਾ ਅਗਲਾ ਜਿਹੜਾ ਲਾਸਟ ਆਉਂਦਾ ਵਰਕਿੰਗ ਤੋਂ ਬਾਅਦ ਆਉਂਦਾ ਉਹ ਹੈਗਾ ਇਹਨੀਆਂ ਲਿਮਿਟੇਸ਼ਨਸ ਕੀ ਨੇ ਤਾਂ ਲਿਮਿਟੇਸ਼ਨਸ ਕੀ ਨੇ ਸਾਈਕਲੋਟਰਨ ਦੀਆਂ ਉਹ ਸੁਣ ਲਓ ਠੀਕ ਹੈ ਆਪਾਂ ਹੁਣ ਤੱਕ ਕੀ ਕੀ ਕਰ ਲਿਆ ਬੇਟਾ ਸਾਈਕਲੋਟਰਨ ਕੀ ਇਹ ਪ੍ਰਿੰਸੀਪਲ ਕਰ ਲਿਆ ਉਹਦੀ ਕੰਸਟਰਕਸ਼ਨ ਬਾਰੇ ਕਰ ਲਿਆ ਫਿਰ ਉਹਦੀ ਵਰਕਿੰਗ ਕਰ ਲਈ ਹੁਣ ਲਾਸਟ ਜਿਹੜੀਆਂ ਹੁੰਦੀਆਂ ਉਹਦੀਆਂ ਲਿਮਿਟੇਸ਼ਨਸ ਕਮੀਆਂ ਕੀ ਹੁੰਦੀਆਂ ਇਹਦੀਆਂ ਸਭ ਤੋਂ ਪਹਿਲੀ ਕਮੀ ਇਹ ਹੈ ਕਿ ਅਸੀਂ ਆਦੀ ਮੰ ਅਸੀਂ ਲਾਈਟ ਦੀ ਸਪੀਡ ਨੂੰ ਤੁਹਾਨੂੰ ਪਤਾ ਐਕਸੀਡ ਨਹੀਂ ਕਰ ਸਕਦੇ ਤੁਸੀਂ ਸਪੀਡ ਵਧਾਈ ਚੱਲੋ ਵਧਾਈ ਚੱਲੋ ਲੇਕਿਨ ਲਾਈਟ ਦੀ ਸਪੀਡ ਤੋਂ ਜ਼ਿਆਦਾ ਨਹੀਂ ਤੁਸੀਂ ਸਪੀਡ ਲਿਆ ਸਕਦੇ ਇਹਨਾਂ ਮਤਲਬ ਇਹ ਹੈ ਕਿਉਂ ਨਹੀਂ ਲਿਆ ਸਕਦੇ ਹੁੰਦਾ ਕਾਰਨ ਵੀ ਸੁਣਨਾ ਇੱਕ ਆਹ ਇੱਕ ਬੜਾ ਵਧੀਆ ਫਾਰਮੂਲਾ ਹੈ ਤੁਹਾਨੂੰ ਪਤਾ ਹੀ ਇਹ ਕੀ ਕਹਾਦਾ ਹੁੰਦਾ ਇਹ ਇਹਨੂੰ ਬੋਲਦੇ ਰੈਲੇਟਿਵਿਸਟਿਕ ਮਾਸ ਇਕੁਏਸ਼ਨ ਇਹ ਇਹ ਸਾਨੂੰ ਸਮਝਾਉਂਦਾ ਹੈ ਧਿਆਨ ਸੁਣੀ ਚੱਲੋ ਬੜੀ ਘੈਂਟ ਗੱਲ ਹੈ ਇਹ ਇਹ ਸਮਝਾਉਂਦਾ ਹੈ ਕਿ ਜਿਵੇਂ ਜਿਵੇਂ ਉਹਦੀ ਸਪੀਡ ਵਧੇਗੀ ਜਿਵੇਂ ਜਿਵੇਂ ਉਹਦੀ ਸਪੀਡ ਵਧੇਗੀ चार्ज पार्टीकल तो आ फैक्टर व्डा जाएगा है ना जिमें जिमेंडा हाँ जाएगा वन चो माइनस वैसे छोटा है वन तो पहली गल तो यह समझ लो कि वन माइनस वी स्केर बाय सी स्केयर वन तो, तो पक्का छोटा ही रहना है हंड्रड वन परसेंट क्योंकि आह चीज़ पक्का वन तो छोटी रहनी क्यों क्योंकि सी लाइट की स्पीड होंगी है वी तो पार्टल की स्पीड है पक्की गल है कि ये उपर न्यूमरेटर हमेशा ही वाला रहना है सो य चीज़ वन तो छोटी है लेकिन जिमें जिमें फैक्टर व्डा होएगा ਜਿਵੇਂ ਜਿਵੇਂ ਤੁਹਾਡੀ ਸਪੀਡ ਵੱਡੀ ਹੁੰਦੀ ਜਾਏਗੀ ਜਿਵੇਂ ਪਹਿਲਾਂ 1 ਚੋਂ ਮੰਨ ਲਓ 0.5 ਮਾਈਨਸ ਹੋ ਰਿਹਾ ਫਿਰ 1 ਚੋਂ 0.6 ਮਾਈਨਸ ਹੋਣ ਲੱਗ ਪੇ ਫਿਰ 1 ਚੋਂ 0.7 ਮਾਈਨਸ ਹੋਣ ਲੱਗ ਪੇ ਜਿਵੇਂ ਜਿਵੇਂ 1 ਚੋਂ ਮਾਈਨਸ ਹੋਣ ਵਾਲੀ ਚੀਜ਼ ਵੱਡੀ ਹੁੰਦੀ ਜਾਏਗੀ ਤਾਂ ਬਟਾ ਛੋਟਾ ਹੁੰਦਾ ਜਾਏਗਾ ਆਹ ਬਲਾ ਠੀਕ ਹੈ ਜਿਵੇਂ ਜਿਵੇਂ ਮੈਂ ਸਮਝ ਗਏ ਜਿਵੇਂ ਜਿਵੇਂ V ਵਧੇਗਾ ਉਵੇਂ ਮੇ 1 V2 C2 ਕੀ ਹੁੰਦਾ ਜਾਏਗਾ ਛੋਟਾ ਹੁੰਦਾ ਜਾਏਗਾ ਜਿਵੇਂ ਜਿਵੇਂ ਇਹ ਚੀਜ਼ ਛੋਟੀ ਹੁੰਦੀ ਜਾਏਗੀ ਉਹਦਾ ਰੂਟ ਵੀ ਛੋਟਾ ਹੁੰਦਾ ਜਾਏਗਾ ਯਾਨੀ ਕਿ ਬਟਾ ਛੋਟਾ ਹੋਊਗਾ ਇਹਨਾਂ ਅੰਦਰ ਪੱਕੀ ਗੱਲ ਹੈ ਕਿ ਓਵੇਂ ਓਵੇਂ ਐਮ ਨੇਕ ਹੀ ਕਰਦੇ ਜਾਣਾ ਬੇਟੇ ਵਧਦੇ ਜਾਣਾ ਸੋ ਇਹਨੇ ਵੇ ਜੇਕਰ ਤੁਸੀਂ ਬਹੁਤ ਜ਼ਿਆਦਾ ਸਪੀਡ ਚਾਹੁੰਦੇ ਹੋ ਤਾਂ ਇੱਕ ਪੰਗਾ ਪੈਣਾ ਸ਼ੁਰੂ ਹੋ ਜਾਏਗਾ ਕਿ ਬਹੁਤ ਜ਼ਿਆਦਾ ਸਪੀਡ ਕਰਨ ਨਾਲ ਤੁਹਾਡਾ ਮਾਸ ਵਧਣਾ ਸ਼ੁਰੂ ਹੋ ਜਾਏਗਾ ਲੇਕਿਨ ਜਦੋਂ ਮਾਸ ਵੱਧਾ ਹੈ ਤਾਂ ਤੁਹਾਨੂੰ ਪਤਾ ਹੈ ਕਿ ਸਾਡੇ ਕੋਲ ਇਨਰਸ਼ੀਆ ਆ ਜਾਂਦਾ ਹੈ ਇਨਰਸ਼ੀਆ ਪਤਾ ਨਾ ਤੁਹਾਨੂੰ ਕੀ ਹੁੰਦਾ ਹੈ ਇਹਨਾਂ ਮਤਲਬ ਹੈ ਕਿ ਇੱਕ ਤਰੀਕੇ ਨਾਲ ਤੁਸੀਂ ਐ ਕਹੋਗੇ ਕਿ ਚਾਰਜ ਪਾਰਟੀਕਲ ਨਾਲ ਆਪਦੀ ਸਟੇਟ ਚ ਚੇਂਜ ਨੂੰ ਰਿਸਿਸਟ ਕਰੇਗਾ ਇਹਨਾਂ ਮਤਲਬ ਹੈ ਕਿ ਮਾਸ ਵਧਣ ਦੇ ਕਰਕੇ ਕਿਉਂਕਿ ਨਰਸ਼ੀਆ ਵਧ ਗਿਆ ਤਾਂ ਉਹਨ ਕੀ ਹੋਏਗਾ ਕਿ ਤੁਹਾਡਾ ਜਿਹੜਾ ਬਾਹਰਲਾ ਔਸੀਲੇਟਿੰਗ ਫੀਲਡ ਉਹ ਤਾਂ ਲਗਾਤਾਰ ਆਪੇ ਸਾਹਮਣੇ ਚੱਲੀ ਜਾਂਦਾ ਹੈ ਚੇਂਜ ਕਰੀ ਜਾ ਰਿਹਾ ਹੈ ਲੇਕਿਨ ਤੁਹਾਡਾ ਚਾਰਜ ਪਾਰਟੀਕਲ ਮਾਸ ਵਧਣ ਦਾ ਮਤਲਬ ਹੈ ਕਿ ਉਹਦੇ ਵਿੱਚ ਨਰਸ਼ੀਆ ਆ ਗਿਆ ਨਰਸ਼ੀਆ ਦਾ ਮਤਲਬ ਇਹ ਹੈ ਕਿ ਇੱਕ ਤਰੀਕੇ ਦੀ ਲੇਜੀਨੈਸ ਆ ਗਈ ਮੈਂ ਇਹ ਬੋਲਾਂਗਾ ਆਪਦੀ ਸਟੇਟ ਨੂੰ ਚੇਂਜ ਕਰਨ ਦੇ ਨਾਲ ਤਾਂ ਇਹਨਾਂ ਮਤਲਬ ਹੈ ਕਿ ਜਦੋਂ ਔਸੀਲੇਟਿੰਗ ਫੀਲਡ ਇਦਾਂ ਚ ਸਿਚੁਏਸ਼ਨ ਇਹ ਬਣੀ ਸਿੰਕ ਦਾ ਸਮਝੋ ਨਾ ਇਹ ਜ਼ਰੂਰੀ ਹੈ ਕਿ ਜਿਵੇਂ ਉਹ ਇੱਕ ਹਾਫ ਸਾਈਕਲ ਪੂਰਾ ਕਰੇ ਡੀਸ ਨੂੰ ਪੋਲੈਰਿਟੀ ਬਦਲਣੀ ਪੈਗੀ ਯਾਨੀ ਕਿ ਉਹ ਪਹਿਲਾਂ ਐ ਘੁੰਮ ਕੇ ਆਇਆ ਹਨਾ ਚਾਰਜ ਪਾਰਟੀਕਲ ਇੰਨੇ ਨੂੰ ਆ ਡੀ ਨੈਗੇਟਿਵ ਹੋਜਣੀ ਚਾਹੀਦੀ ਏ ਫਿਰ ਐ ਘੁੰਮਿਆ ਫਿਰ ਉਹ ਵੀ ਡੀ ਨੈਗੇਟਿਵ ਹੋਜਣੀ ਚਾਹੀਦੀ ਏ ਐਂਡ ਇਟ ਕੀਪਸ ਓਨ ਹੈਪਨਿੰਗ ਬਟ ਜੇਕਰ ਇਹ ਟਾਈਮ ਦੀ ਸਿੰਕਿੰਗ ਨਾ ਹੋਈ ਟਾਈਮ ਦੀ ਸਿੰਕਿੰਗ ਕਦੋਂ ਨਹੀਂ ਹੋਏਗੀ ਜਦੋਂ ਦਾ ਮਾਸ ਬਦਲਣ ਲੱਗ ਪਿਆ ਸੋ ਇਟ ਹੈਪਨਸ ਉਹ ਇਹ ਇੱਕ ਲਿਮਿਟੇਸ਼ਨ ਹੈ ਦੀ ਠੀਕ ਹੈ ਦੂਜੀ ਲਿਮਿਟੇਸ਼ਨ ਕੀ ਹੈ ਕਿ ਅਸੀਂ ਇਲੈਕਟ੍ਰੋਨਸ ਨੂੰ ਇਹਦੇ ਨਾਲ ਐਕਸਲ इलेक्ट्रॉन्स आर नॉट एक्सलरेटेड यूजिंग साइक्लोट्रॉन क्यों पुत्रों ਹੁਣ ਇਲੈਕਟ੍ਰੋਨ ਦਾ ਵਿਚਾਰੇ ਦਾ ਆਪ ਦਾ ਪੰਗਾ ਹੈ ਇਲੈਕਟ੍ਰੋਨ ਦਾ ਰੋਲਾ ਇਹ ਹੈ ਕਿ ਇਲੈਕਟ੍ਰੋਨ ਜਿਹੜਾ ਹੈ ਉਹਦਾ ਮਾਸ ਇੰਨਾ ਘੱਟ ਹੁੰਦਾ ਹੈ ਕਿ ਉਹ ਬਹੁਤ ਜਲਦੀ ਹਾਈ ਸਪੀਡ ਐਕਵਾਇਰ ਕਰ ਜਾਂਦਾ ਉਹ ਇੰਨੀ ਜ਼ਿਆਦਾ ਸਪੀਡ ਐਕਵਾਇਰ ਕਰ ਜਾਂਦਾ ਇਮੀਡੀਏਟਲੀ ਕਿ ਜਿਹੜਾ ਆ ਆਸਿਲੇਟਿੰਗ ਫੀਲਡ ਹੈ ਉਹ ਜੇ ਆਪ ਦੀ ਪੋਲੈਰਿਟੀ ਚੇਂਜ ਕਰਨੀ ਹੁੰਦੀ ਉਹ ਪਹਿਲੇ ਲੰਘ ਕੇ ਅੱਗੇ ਚਲਾ ਜਾਂਦਾ ਉਹ ਜਿਵੇਂ ਆਪਾਂ ਕਹਿੰਦੇ ਜਿਹੜਾ ਬੜਾ ਹੀ ਹਲਕਾ ਬੁਲਕਾ ਜਿਹਾ ਹੋਵੇ ਉਹ ਕੀ ਕਰਦਾ ਸਮਝਦੇ ਹੋ ਨਾ ਤਾਂ ਉਹ ਕੀ ਕਰੇਗਾ ਉਹ ਮਤਲਬ ਇੰਨਾ ਘੱਟ mass ਹੁੰਦੇ ਕਰਕੇ ਮਤਲਬ ਉਹ ਉਹਦਾ ਇੰਨਾ ਲੈਸ ਇਨਰਜੀ ਇਨਰਸ਼ੀਆ ਹੁੰਦੇ ਚ ਕਿ ਉਹ ਕੀ ਕਰਦਾ ਹੈ ਕਿ ਜਿਹੜਾ ਉਸਿਲੇਟਿੰਗ ਇਲੈਕਟ੍ਰਿਕ ਫੀਲਡ ਦੀ ਉਹਦੀ ਪੋਲੈਰਿਟੀ ਚੇਂਜ ਹੋਣ ਤੋਂ ਪਹਿਲੇ ਹੀ ਰਾਹ ਚ ਲੰਘ ਜਾਂਦਾ ਤਾਂ ਇਟ ਇਜ਼ ਵੈਰੀ ਮਤਲਬ ਡਿਫਿਕਲਟ ਕਿ ਉਹਦੇ ਨਾਲ ਆਪਾਂ ਸਿੰਕ ਕਰ ਸਕੀਏ ਉਹਨੂੰ ਸੋ ਇਸ ਕਰਕੇ ਇਲੈਕਟ੍ਰੋਨਸ ਨੂੰ ਆਪਾਂ ਇਹਦੇ ਨਾਲ ਐਕਸਲਰੇਟ ਨਹੀਂ ਕਰਦੇ ਇਹ ਧਿਆਨ ਸੋ ਬਹੁਤ ਜ਼ਿਆਦਾ ਸਪੀਡ ਨਹੀਂ ਕਰ ਸਕਦੇ ਲਾਈਟ ਦੀ ਸਪੀਡ ਤੋਂ ਤਾਂ ਆਪਾਂ ਐਕਸੀਡ ਨਹੀਂ ਕਰ ਸਕਦੇ ਪੁੱਤਰੇ ਇਹ ਤਾਂ ਪੱਕੀ ਗੱਲ ਹੈ ਤੁਹਾਨੂੰ ਸਮਝੇ ਲੇਕਿਨ ਬਹੁਤ ਜ਼ਿਆਦਾ ਸਪੀਡ ਦੇ ਵੀ ਨੁਕਸਾਨ ਨੇ ਤੇ ਨੰਬਰ 2 ਤੇ ਆਪਾਂ ਇਲੈਕਟ੍ਰੋਨ ਜਿੰਦੇ ਨਾਲ ਐਕਸਲੇਰੇਟ ਨਹੀਂ ਕਰਦੇ ਇਹਨੂੰ ਤੁਸੀਂ ਯਾਦ ਰੱਖਣਾ ਸੋ ਲਿਮਿਟੇਸ਼ਨਸ ਵੀ ਓਵਰ ਹੋਈਆਂ ਪੁੱਤਰੋ ਠੀਕ ਹੈ ਡਨ ਸਮਝ ਆ ਗਈ ਐ ਸਮੇਂ ਦਿਓ ਨਾ ਤੁਹਾਨੂੰ ਤੁਸੀਂ ਇਹਨਾਂ ਗੱਲਾਂ ਨੂੰ ਜਦੋਂ ਇਹ ਆਹ ਜ਼ਿਆਦਾ ਇੰਪੋਰਟੈਂਟ ਹੈ ਉਹ ਤਾਂ ਸੋਕ ਮਤਲਬ ਸੋਖੀ ਗੱਲ ਸਮਝ ਆ ਗਈ ਹੁਣ ਇੱਕ ਤਾਂ ਇਹ ਸਮਝ ਲੈਣਾ ਕਿ ਜਦੋਂ ਮਾਸ ਵੱਧ ਗਈ ਤਾਂ ਉਹਨੇ ਸਲੋ ਹੋ ਜਾਣਾ ਤੁਸੀਂ ਨੂੰ ਇਦਾਂ ਵੀ ਲੈ ਸਕਦੇ ਹੋ ਕਿ ਤੁਹਾਡਾ ਟਾਈਮ ਕਿੰਨੇ ਬਰਾਬਰ ਹੈ ਪਾਈ ਐਮ ਬਾਈ ਬੀ ਕਿਊ ਜੇ ਤੁਹਾਡਾ ਮਾਸ ਵਧੇਗਾ ਤਾਂ ਤੁਹਾਨੂੰ ਟਾਈਮ ਕਿ ਲੱਗੇਗਾ ਜ਼ਿਆਦਾ ਲੱਗੇਗਾ ਹੈਨਾ ਜਿਵੇਂ ਜਿਵੇਂ ਮਾਸ ਵੱਧੀ ਚੱਲੇਗਾ ਟਾਈਮ ਜ਼ਿਆਦਾ ਲੱਗੀ ਚੱਲੇਗਾ ਜਿਵੇਂ ਜਿਵੇਂ ਟਾਈਮ ਜ਼ਿਆਦਾ ਲੱਗੇਗਾ ਤਾਂ ਇਹਨਾਂ ਮਤਲਬ ਹੈ ਕਿ ਉਹ ਹਰ ਵਾਰੀ ਅਗਲਾ ਸੈਮੀ ਸਰਕਲ ਥੋੜਾ ਸਲੋ ਕਰੇਗਾ ਜੇ ਸਲੋ ਕਰੇਗਾ ਤੇ ਔਸੀਲੇਟਿੰਗ ਫੀਲਡ ਨੇ ਆਪਣੀ ਡਾਇਰੈਕਸ਼ਨ ਬਦਲ ਜ Right? So, लेक, है है ओ, बस, राइट सो ਇਹ ਸਾਰੇ ਪਾਰਟ ਇੰਪੋਰਟੈਂਟ ਨੇ ਹੁਣ ਪੇਪਰ ਚ ਕਿੰਨੇ ਨੰਬਰ ਚ ਆਉਂਦਾ ਜਿਵੇਂ ਪੇਪਰਾਂ ਦੀ ਗੱਲ ਹੀ ਕਰਾਂ ਤਾਂ ਕਈ ਵਾਰੀ ਹੁੰਦਾ ਹੈ ਕਿ ਸਾਈਕਲੋਟਰੋਨ ਇਹ ਨਹੀਂ ਲਿਖਿਆ ਹੁੰਦਾ ਕਿ ਵਾਟ ਇਜ਼ ਸਾਈਕਲੋਟਰੋਨ ਪਰ ਤੁਸੀਂ ਲਿਖ ਦੇਣੀ ਹੈ ਹਾਂ ਲੇਕ ਤੁਸ਼ਾਰ ਲੇਕਿਨ ਅਲਟੀਮੇਟਲੀ ਇਫੈਕਟ ਇਹ ਹੁੰਦਾ ਹੈ ਕਿ ਉਹ ਪਾਸ ਕਰ ਜਾਂਦਾ ਬੇਟੇ ਉਹਨੂੰ ਕੰਟਰੋਲ ਕਰਨਾ ਔਖਾ ਹੈ ਬਸ ਇਹਨੂੰ ਯਾਦ ਰੱਖੋ ਯੂ ਆ ਰਾਈਟ ਲੇਕਿਨ ਇਨ ਬਾਇਨਕਲੂਡਿੰਗ ਆਲ ਦੀ ਫੈਕਟਰਸ ਇੱਕ ਪੰਗਾ ਰਹਿੰਦਾ ਹੁੰਦੇ ਨਾਲ ਦੂਜੇ ਨੰਬਰ ਤੇ ਆਉਂਦਾ ਬੇਟਾ ਪ੍ਰਿੰਸੀਪਲ ਇਹ ਵਧੀਆ ਲਿਖ ਕੇ ਆਉਣਾ ਮੈਂ ਜਿਵੇਂ ਸਮਝਾਇਆ ਓਵੇਂ ਨਹੀਂ ਜਿਹੜਾ ਅਲਟੀਮੇਟਲੀ ਉਹ ਤੁਸੀਂ ਤੁਹਾਡੇ ਪੜ੍ਹਨ ਵਾਸਤੇ ਹੈ ਕਿ ਤੁਸੀਂ ਇਲੈਕਟ੍ਰਿਕ ਫੀਲਡ ਕਿਉਂ ਵਰਤ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਪੀਡ ਵਧਾਉਣ ਲਈ ਮੈਗਨੇਟਿਕ ਫੀਲਡ ਕਿਉਂ ਵਰਤ ਰਹੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਬਾਕੀ ਲਿਖਣਾ ਹੋਵੇ ਹੀ ਹੈ ਕਿ ਅਸੀਂ ਮਤਲਬ ਕਰਾਸ ਲਏ ਨੇ ਔਸੀਲੇਟਿੰਗ ਫੀਲਡ ਲਿਆ ਹੈ ਤੇ ਮੈਗਨੇਟਿਕ ਫੀਲਡ ਪਰਪੈਂਡੀਗੂਲਰ ਲਿਆ ਬਲਾ ਬਲਾ ਜੋ ਵੀ ਹੈ ਤਾਂ ਕਿ એનર્ਜੀ ਵਧਾਈ ਜਾ ਸਕੇ ਕੰਸਟਰਕਸ਼ਨ ਉਹ ਚੀਜ਼ ਹੁੰਦੀ ਹੈ ਜਿਹੜੀ ਪੇਪਰ 'ਚ ਨੰਬਰ ਬਹੁਤ ਘੱਟ ਹੁੰਦੇ ਨੇ ਇੱਕ ਨੰਬਰ ਜਾਂਦੀ ਵੱਤ ਉਹਦੇ ਇੱਕ ਜਾਂ ਡੇਢ ਨੰਬਰ 'ਚ ਇੱਥੇ ਤੁਸੀਂ ਆਪਦਾ ਟਾਈਮ ਬਚਾਉਣਾ ਹੁੰਦਾ ਤੁਸੀਂ ਸਿੰਪਲੀ ਲਿਖਣਾ ਹੈ ਕਿ ਸਿੰਪ ਪੂਰਾ ਪੈਰਾ ਬਣਾਉਣ ਦੀ ਲੋੜ ਨਹੀਂ ਹੁੰਦੀ ਤੁਸੀਂ ਸਿੰਪਲੀ ਇਹ ਲਿਖਣਾ ਹੈ ਕਿ ਵੀ ਆਹ ਸਾਡੇ ਮੈਗਨੇਟਸ ਨੇ ਜੀ ਆਹ ਸਾਡੀਆਂ ਡੀਜ਼ ਨੇ ਜੀ ਆਹ ਉਹਦੀ ਵਿੰਡੋ ਹੈ ਬਸ ਜਿਵੇਂ ਲੇਬਲ ਕੀਤਾ ਉਹਨੂੰ ਦੱਸ ਦੇਣਾ ਸਾਰਾ ਠੀਕ ਹੈ ਤੇ ਵਰਕਿੰਗ ਜਿਹੜੀ ਇਹ ਆਫਕੋਰਸ ਬੜੀ ਵਧੀਆ ਪਿਆਰੀ ਹੋਣੀ ਚਾਹੀਦੀ ਹੈ ਲਿਮਿਟੇਸ਼ਨਾਂ ਦੇ ਵਿੱਚ ਆਪਾਂ ਇਹ ਗੱਲ ਕਹਿ ਦਿੱਤੀ ਕਿ ਦੋ ਲਿਮਿਟੇਸ਼ਨਾਂ ਨੇ ਨੰਬਰ 1 ਤੇ ਜੇ ਤੁਸੀਂ ਹਾਈ ਸਪੀਡ ਕਰੋਗੇ ਹਾਈ ਸਪੀਡ ਕਰਨ ਨਾਲ ਆ ਫੈਕਟਰ ਵੱਡਾ ਹੋਏਗਾ ਤੇ ਇਹਨਾਂ ਮਤਲਬੇ ਜਿਹੜਾ ਮਾਸ ਏ ਉਹ ਜੇਕਰ ਆ ਫੈਕਟਰ ਵੱਡਾ ਹੋਏਗਾ ਤੇ ਆ ਚੀਜ਼ ਛੋਟੀ ਹੋਏਗੀ ਜੇ ਆ ਚੀਜ਼ ਛੋਟੀ ਹੋਏਗੀ ਤਾਂ ਮਾਸ ਵਧੇਗਾ ਜੇ ਮਾਸ ਵਧੇਗਾ ਤੇ ਟਾਈਮ ਜ਼ਿਆਦਾ ਲੱਗੇਗਾ ਜੇ ਟਾਈਮ ਜ਼ਿਆਦਾ ਲੱਗੇਗਾ ਇਹਨਾਂ ਮਤਲਬੇ ਹਾਫ ਸਾਈਕਲ ਪੂਰਾ ਕਰਨ ਤੇ ਉਹ ਟਾਈਮ ਜ਼ਿਆਦਾ ਲਏ ਕਰੇਗਾ ਐਂਡ ਜੋ ਟਾਈਮ ਜ਼ਿਆਦਾ ਲਏਗਾ ਤੇ ਇਹਨਾਂ ਮਤਲਬੇ ਜਿਹੜਾ ਔਸੀਲੇਟਿੰਗ ਫੀਲਡ ਤੁਸੀਂ ਬਾਹਰ ਲਾਇਆ ਹੋਇਆ ਜਿਹੜਾ ਚੇਂਜ ਕਰ ਰਿਹਾ ਡ ਉਨੇ ਪਹਿਲੇ ਉਹਨੇ ਦਾ ਹਿਸਾਬ ਨਾਲ ਬਦਲੀ ਜਾਣਾ ਇਹ ਤੇ ਇਹਨੇ ਹਜੇ ਪਿੱਛੇ ਰਹਿ ਜਾਣਾ ਕਰਨਾ ਸੋ ਇਹਨਾਂ ਮਤਲਬ ਇਹ ਹੁੰਦੇ ਨਾਲ ਸਿੰਕ ਚ ਨਹੀਂ ਆ ਪੰਦਾ ਜਿਉਂ ਉਹਦੇ ਨਾਲ ਸਿੰਕ ਚ ਨਹੀਂ ਆਏਗਾ ਤੇ ਉਹਨੂੰ ਐਕਸਲਰੇਟ ਕਿਵੇਂ ਕਰੇਗਾ ਠੀਕ ਹੈ ਬੜਾ ਜ਼ਰੂਰੀ ਇਹ ਐਂਡ ਦੂਜੀ ਉਹ ਬਟੇ ਸੋ ਡਨ ਹੋ ਗਿਆ ਆਈ ਹੋਪ ਕਿ ਤੁਹਾਨੂੰ ਇਹ ਕਲੀਅਰ ਹੈ ਬੱਚੋ ਠੀਕ ਹੈ ਅਗਲੇ ਟੌਪਿਕ ਵੱਲ ਤੁਰਾਂਗੇ ਅਗਲਾ ਟੌਪਿਕ ਕੀ ਹੈ ਮੈਂ ਇਹਨੂੰ ਹੀ ਰੀਜ਼ ਕਰ ਰਿਹਾ ਪੁੱਤਰਾ ਅਗਲਾ ਟਾਪਿਕ ਇਹ ਹੈ ਕਿ ਤੁਸੀਂ ਇੱਕ ਕਰੰਟ ਕੈਰੀਂਗ ਕੰਡਕਟਰ ਨੂੰ ਮੈਗਨੈਟਿਕ ਫੀਲ드 ਚ ਰੱਖਣਾ ਹੈ ਤੇ ਉਹਦੇ ਤੇ ਕੱਢਣੀ ਫੋਰਸ ਠੀਕ ਹੈ ਕਿ ਉਹਦੇ ਤੇ ਕਿੰਨੀ ਫੋਰਸ ਲੱਗੇਗੀ ਸੋ ਆਪਣਾ ਟਾਪਿਕ ਇਹ ਹੈ ਫੋਰਸ ਔਨ ਅ ਕਰੰਟ ਕੈਰੀਂਗ ਕੰਡਕਟਰ ਇਨ ਅ ਮੈਗਨੈਟਿਕ ਫੀਲਡ ਠੀਕ ਹੈ ਸੋ ਸਿਚੁਏਸ਼ਨ ਕਿਦਾਂ ਦੀ ਹੈ ਮੈਂ ਪਹਿਲਾਂ ਤੁਹਾਨੂੰ ਬਣਾ ਦਾਂ ਕਿ ਮੇਰੇ ਕੋਲ ਇੱਕ ਕਰੰਟ ਕੈਰੀing ਕੰਡਕਟਰ ਹੋਊਗਾ ਇਹ ਆਪਾਂ ਥੋੜੀ ਇਹਦੀ ਡਾਈਮੈਂਸ਼ਨਾਂ ਬਣਾ ਲਈਏ ਇਦਾਂ ਕਰਕੇ ਵੈਸੇ ਤੁਸੀਂ ਹੁਣੇ ਦੇਖੋਗੇ ਮੈਂ ਤੁਹਾਨੂੰ ਪ੍ਰੈਕਟੀਕਲੀ ਦਿਖਾਉਣਾ ਹੈ ਆਹ ਕਰੰਟ ਚੱਲ ਰਿਹਾ ਹੈ I ਰਾਈਟ ਪੱਕੀ ਗੱਲ ਹੈ ਕਿ ਜੇ ਕਰੰਟ I ਨੂੰ ਚੱਲ ਰਿਹਾ ਜੇ ਇੰਦਾ ਏਰੀਆ ਆਫ ਕਰੌ ਸੈਕਸ਼ਨ ਤੁਸੀਂ A ਲਿਆ ਤੇ ਜੇ ਇਹਦੀ ਲੈਂਥ L ਲਈਏ ਆਹ ਵਾਲੀ ਇੰਨੀ ਤਾਂ ਆਪਾਂ ਪਤਾ ਜੇ ਕਰੰਟ I ਚੱਲ ਰਿਹਾ ਤਾਂ ਇਲੈਕਟ੍ਰੋਨਸ ਪੱਕੀ ਗੱਲ ਇਹ ਉਲਟੇ ਚੱਲ ਰਹੇ ਨੇ ਇਹ ਤੁਹਾਨੂੰ ਸਭ ਨੂੰ ਕਲੀਅਰ ਹੋਣਾ ਚਾਹੀਦਾ ਹੁਣ ਇਸ ਕਰੰਟ ਕੈਰੀing ਕੰਡਕਟਰ ਨੂੰ ਆਪਾਂ ਕੀ ਕੀਤਾ ਬੇਟੇ ਮੈਗਨੇਟਿਕ ਫੀਲਡ ਚ ਰੱਖ राइट right? मतलब इधर ਤੋਂ ਇਧਰ ਨੂੰ B I ਤੁਹਾਨੂੰ ਪਤਾ ਹੈ ਕਿ ਤੁਹਾਡੇ ਜਿਹੜੇ ਇਲੈਕਟ੍ਰੋਨਸ ਨੇ ਅੰਦਰ ਉਹ ਐਨ ਨੂੰ ਚੱਲ ਰਹੇ ਨੇ ਉਹਨਾਂ ਦੀ ਡ੍ਰਿਫਟ ਸਪੀਡ ਜਾਂ ਡ੍ਰਿਫਟ ਵੈਲੋਸਟੀ ਐਨ ਨੂੰ ਹੈ ਬੇਟੇ ਇਧਰ ਉਹ ਜਿੱਧਰ ਨੂੰ ਕਰੰਟ ਚੱਲਦਾ ਹੁੰਦਾ ਹੁੰਦਾ ਉਦੋਂ ਉਲਟਾ ਇੱਥੋਂ ਦੀ ਕਰ ਕਲੀਅਰ ਹੈ ਸਾਰਿਆਂ ਨੂੰ ਫਿਰ ਜੇ ਤੁਹਾਨੂੰ ਇਹ ਕਲੀਅਰ ਹੈ ਤਾਂ ਹੀ ਮੈਂ ਪ੍ਰੈਕਟੀਕਲ ਵਾਲੇ ਪਾਸੇ ਚੱਲਦਾ ਫਿਰ ਮੈਂ ਪ੍ਰੈਕਟੀਕਲ ਕਰਾਉਣ ਲੱਗਾ ਤੁਹਾਨੂੰ ਅ ਨਿਤੀਸ਼ ਬਿਲਕੁਲ ਨਹੀਂ ਕਰ ਸਕਦੇ ਬੇਟਾ ਨਿਊਟ੍ਰੋਨ ਕਿਵੇਂ ਐਕਸਲਰੇਟ ਕਰਾਂਗੇ ਨਿਊਟ੍ਰੋਨ ਜਿਹੜਾ ਹੈ ਉਹਨੂੰ ਨਾ ਤਾਂ ਇਲੈਕਟ੍ਰਿਕ ਫੀਲਡ ਨੇ ਭਜੋਣਾ ਹੈ ਬੇਟੇ ਨਾ ਹੀ ਉਹਨਾਂ ਤੇ ਮੈਗਨੇਟਿਕ ਫੀਲਡ ਦਾ ਕੋਈ ਅਸਰ ਹੈ ਠੀਕ ਹੈ ਸੋ ਸ਼ੁਰੂ ਕਰਾਂ ਮੈਂ ਪ੍ਰੈਕਟੀਕਲ ਸ਼ੁਰੂ ਕਰਨ ਲੱਗਿਆ ਤੁਹਾਡੇ ਕੋਲ ਕਰੰਟ ਕੈਰੀਂਗ ਕੰਡਕਟਰ ਹੋਏਗਾ ਉਹ ਮੈਗਨੇਟਿਕ ਫੀਲਡ ਚ ਰੱਖਾਂਗੇ ਐਂਡ ਆਈ ਏਮ ਟੈਲਿੰਗ ਯੂ ਕਿ ਫੋਰਸ ਲੱਗੇਗੀ ਠੀਕ ਹੈ ਅੱਛਾ ਇੱਕ ਕੰਮ ਹੋਰ ਕਰੀਏ ਆਪਾਂ ਪਹਿਲਾਂ ਜਿਹੜਾ ਆਪਣਾ ਰੌ ਮਟੀਰੀਅਲ ਇਕੱਠਾ ਕਰ ਲਈਏ ਕਿ ਕਿਹੜਾ ਕਿਹੜਾ ਆਪਾਂ ਇੱਥੇ ਯੂਜ਼ ਕਰਨਾ ਹੈ ਇੱਕ ਤਾਂ ਤੁਹ ਇਹ ਆਪਾਂ ਨੂੰ ਯਾਦ ਹੋਣਾ ਚਾਹੀਦਾ ਠੀਕ ਹੈ ਮੈਨੂੰ ਦੱਸ ਦੇ ਬੁੱਧਰੋ ਫਿਰ ਮੈਂ ਤਾਂ ਹੀ ਅੱਗੇ ਤੁਰਾਂਗਾ ਨਾ ਨੰਬਰ 2 ਤੇ ਜਿਹੜਾ ਤੁਹਾਡਾ ਕੰਡਕਟਰ ਆ ਬਣਾ ਇਹਨਾਂ ਜਿਹੜਾ ਵੋਲਿਊਮ ਬਣੇਗਾ ਉਹ ਹੋਏਗਾ ਏ ਐਲ ਠੀਕ ਹੈ ਹੁਣ ਜੇਕਰ ਆਪਾਂ ਨੂੰ ਇਹ ਕਿਹਾ ਹੋਵੇ ਕਿ ਇਹਦੇ ਵਿੱਚ ਜਿਹੜੇ ਟੋਟਲ ਨੰਬਰ ਆਫ ਇਲੈਕਟ੍ਰੋਨਸ ਨੇ ਮੰਨ ਲਓ ਕਿ ਉਹ ਕਿੰਨੇ ਨੇ ਕੈਪੀਟਲ ਐਨ ਇਹ ਮੈਂ ਮੰਨ ਲੈਣੇ ਬੜੇ ਠੀਕ ਹੈ ਸੋ ਮੈਂ ਸ਼ੁਰੂ ਕਰਨ ਲੱਗਾ ਪਹਿਲਾ ਪ੍ਰੈਕਟੀਕਲ ਵਾਲੇ ਪਾਸੇ ਚੱਲ ਰਿਹਾ ਹੁਣ ਅੱਜ ਮੈਂ ਜਿਹੜੀ ਫਿਰ ਅਗੇ ਜਿਵੇਂ ਆਪਾਂ ਪਹਿਲੇ ਦਿਨ ਕੀਤਾ ਸੀ ਡਿਮੋਨਸਟ੍ਰੇਸ਼ਨ ਲਾਈਵ ਦਿਖਾਉਣਾ ਚਾਹੁੰਨਾ ਦੇਖੇ ਕਰਦੇ ਆ ਬੇਟਾ ਨਹੀਂ ਤੇ ਮੈਂ ਕਰੂੰਗਾ ਜਰੂਰ ਭਾਵੇਂ ਜਿਵੇਂ ਮਰਜ਼ੀ ਕਰਾਂ ਅੱਜ ਕਰਨੀ ਐ ਲਾਈਵ ਇਹ ਉਹ ਮੈਨੂੰ ਵੀ ਫਿਰ ਮਜ਼ਾ ਜ਼ਿਆਦਾ ਆਉਂਦਾ ਸੋ ਸੁਣਿਓ ਅ ਇੱਕ ਕੈਮਰੇ ਦੀ ਥੋੜੀ ਆਉਟਪੁੱਟ ਅਜੀਬ ਆਏਗੀ ਤੁਹਾਨੂੰ ਕਿਉਂਕਿ ਇਹ ਦੂਜਾ ਕੈਮਰਾ ਹੈ ਹੁਣ ਤੁਹਾਨੂੰ ਦਿਖ ਰਿਹਾ ਸਾਰਿਆਂ ਨੂੰ ਰਾਈਟ ਸੁਣਿਓ ਧਿਆਨ ਨਾਲ ਗੱਲ ਮੇਰੀ ਵਟ ਆਈ ਹੈਵ ਡਨ ਇਜ਼ ਤੁਸੀਂ ਬਿਲਕੁਲ ਇਹਨੂੰ ਉਵੇਂ ਸਮਝਣਾ ਇੱਕ ਸਾਇੰਟਿਸਟ ਵਾਂਗ ਹੀ ਬੇਟੇ ਮੈਨੂੰ ਤਾਂ ਬੜੀਆ ਲੱਗੇਗਾ ਵੀ ਆ ਇੱਕ ਲੂਪ ਲਈਏ ਬੇਟਾ ਵਲੀ ਇਸ ਲੂਪ ਦੇ ਵਿੱਚ ਨਾ ਆਹਾ ਮੈਗਨੇਟ ਆ ਤਕੜਾ ਮੌਨਸਟਰ ਮੈਗਨੇਟ ਜੇ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਨਾ ਇਹਦੇ ਵਿੱਚ نیچے ਇੱਥੇ ਇੱਕ ਵਾਈਟ ਡਾਟ ਹੈ ਤੇ ਉੱਤੇ ਬੇਟਾ ਜਿਹੜੀ ਆਹਾ ਤੁਹਾਨੂੰ ਡਾਟ ਨਹੀਂ ਦਿੱਤੀ ਵੀ ਨਾ ਮਤਲਬ ਜਿਹੜੀ ਡਾਟ ਹੁੰਦੀ ਨਾ ਉਹ ਨਾਰਥ ਹੁੰਦਾ ਤੇ ਉੱਪਰ ਵਾਲਾ ਸਾਊਥ ਪੋਲ ਹੈ ਸੋ ਆ ਜਿਹੜਾ ਇੱਕ ਯੂ ਸ਼ੇਪਡ ਮੈਗਨੇਟ ਹੈ نیچے ਵਾਲਾ ਨਾਰਥ ਉੱਪਰ ਵਾਲਾ ਸਾਊਥ ਹੈ ਇਹਨੂੰ ਮੈਂ ਇਦਾਂ ਰੱਖ ਦਿੰਦਾ ਐ ਕਰਕੇ ਲਿਆ ਕੇ ਜਦੋਂ ਮੈਂ ਇਦਾਂ ਰੱਖਤਾ ਤੇ ਪੱਕੀ ਗੱਲ ਹੈ ਕਿ ਜਿਹੜਾ ਮੈਗਨੈਟਿਕ ਫੀਲਡ ਹੈ ਨਾ ਪੁੱਤਰ ਉਹ ਉੱਪਰ ਨੂੰ ਹੈ ਸੋ ম্যাগਨੇਟਿਕ ਫੀਲਡ ਆਹਾ ਹੋ ਗਿਆ ਦਿਖ ਰਿਹਾ ਬੇਟੇ ਕਲੀਅਰ ਹੈ ਮੈਨੂੰ ਮੈਨੂੰ ਨਹੀਂ ਪਤਾ ਕਿ ਕਲੀਅਰ ਕਿੰਨਾ ਹੈ ਰੀਜ਼ਨ ਤੁਸੀਂ ਸਮਝ ਸਕਦੇ ਹੋ ਨਾ ਕਿਉਂਕਿ ਇਹ ਕੈਮਰਾ ਓਡਾ ਵਧੀਆ ਨਹੀਂ ਹੈਗਾ ਐਂਡ ਜਿਹੜਾ ਮੇਰਾ ਵੇ ਉਹਦੇ ਵਿੱਚ ਥੋੜੀ ਥੋੜੀ ਲੈਗਿੰਗ ਆ ਸਕਦੀ ਹੈ ਬਟ ਯੂ हैव टू बीयर ਵਿਦ दैट ਮজা ਜਾ ਰਹਾ ਹੁੰਦਾ ਬੇਟਾ ਐਵੇਂ ਹੁਣ ਤੁਹਾਡੇ ਕੋਲ ਸੀਨ ਕੀ ਹੈ ਕਿ ਤੁਸੀਂ ਪਹਿਲੇ ਨੰਬਰ ਤੇ ਕੋਇਲ ਕਿਉਂ ਲਈ ਮੈਂ ਬੋਲਿਆ ਤੇ ਇਥੇ ਕਰੰਟ ਕੈਰੀਿੰਗ ਕੰਡਕਟਰ ਇੱਕ ਕੋਇਲ ਕਾਤੋਂ ਲਈ ਇਹਨੂੰ ਸੋਚੋ ਤੁਸੀਂ ਮੈਨੂੰ ਇਹਦਾ ਰੀਜ਼ਨ ਦੇ ਸਕਦੇ ਹੋ ਕਿ ਮੈਂ ਕੋਇਲ ਕਾਤੋਂ ਲਈਏ ਵਾਈ ਆਈ ਹੈਵਨਟ ਟੇਕਨ ਅ ਸਿੰਗਲ ਕੰਡਕਟਰ ਮਤਲਬ ਮੈਨੂੰ ਇੱਕ ਕੋਇਲ ਲੈਣ ਦੀ ਕੀ ਜ਼ਰੂਰਤ ਪੈ ਗਈ ਜਿਵੇਂ ਪਰ ਮੈਂ ਕੋਇਲ ਦਾ ਇੱਕ ਪੋਰਸ਼ਨ ਹੀ ਫੀਲਡ ਦੇ ਵਿੱਚ ਰੱਖਿਆ ਬਾਕੀ ਦਾ ਬਾਹਰ ਰੱਖਿਆ ਹੈ ਕੋਇਲ ਲੈਣਾ ਕਿਉਂ ਜ਼ਰੂਰੀ ਹੈ ਇਸ ਕੇਸ ਚ ਬੋਲੋ ਜੇ ਕਿਤੇ ਤੁਸੀਂ ਮੇਰੇ ਕੋਲ ਹੋਵੋ ਨਾ ਤੁਸੀਂ ਦੇਖੋਗੇ ਵੀ ਕਿੰਨਾ ਗਾਹ ਪੋਣਾ ਪੈਂਦਾ ਆਵਾਜ਼ ਦੇ ਨਾਮ ਦਾ ਕਰਨੇ ਕਿ ਸਵੇਰੇ ਸਵੇਰੇ ਸੈਟਿੰਗ ਹੀ ਬਹੁਤ ਕਰਨੀ ਪੈਂਦੀ ਬੇਟੇ ਕੋਈ ਨੋ ਕਿ ਤਾਰ ਹਿੱਲ ਗਈ ਬਸ ਉਹਦੇ ਨਾਲ ਸਾਰਾ ਸਿਸਟਮ ਇੱਕ ਵਾਰੀ ਫਿਰ ਦੁਬਾਰਾ ਹਿੱਲ ਜਾਂਦਾ ਆਈ ਸੈਡ ਕਿ ਜਿਹੜੀ ਆਹ ਲਈ ਨਾ ਮੈਂ ਇਹ ਕੋਇਲ ਲਈਏ ਜਦ ਕਿ ਮੈਂ ਤੁਹਾਨੂੰ ਟੌਪਿਕ ਕਰਾ ਰਿਹਾ ਕਿ ਕਰੰਟ ਕੈਰੀਂਗ ਕੰਡਕਟਰ ਫੀਲਡ ਚ ਰੱਖਿਆ ਹੋਇਆ ਹੈ ਸਿੰਗਲ ਲੇਕਿਨ ਵਾਈ ਆ ਹਵ ਟੂ ਟੇਕ ਅ ਕੋਇਲ ਮਤਲਬ ਮੈਨੂੰ ਤਾਰ ਇਦਾਂ ਹੀ ਕਿਉਂ ਲੈਣੀ ਪਈ ਮੈਂ ਇਹ ਪੁੱਛ ਰਿਹਾ ਇੱਕ ਤੁਹਾਡੇ ਵਰਗੇ ਬੱਚੇ ਨੂੰ ਪਲੱਸ 2 ਦੇ ਬੱਚੇ ਨੂੰ ਇਹ ਗੱਲ ਸਮਝ ਹੋਣੀ ਚਾਹੀਦੀ ਹੈ ਰੀਜ਼ਨ ਇਹ ਹੈ ਪੁੱਤਰ ਇਹਨਾਂ ਕਾਰਨ ਇਹ ਕਿ ਮੈਂ ਇੰਨੀ ਤਾਰ ਲੈ ਕੇ ਧਿਆਨਸੋ ਨਹੀਂ ਚੱਲਣਾ ਗੱਲ ਨੂੰ ਅਲਟੀਮੇਟਲੀ ਜਦੋਂ ਏਡੀ ਵੱਡੀ ਤਾਰ ਲਵਾਂਗਾ ਤਾਂ ਇੰਨੀ ਵੱਡੀ ਤਾਰ ਦੀ ਰੈਜ਼ਿਸਟੈਂਸ ਖਾਸੀ ਜ਼ਿਆਦਾ ਹੋਏਗੀ ਤਾਂ ਇਨੇ ਵੇ ਜਦੋਂ ਰੈਜ਼ਿਸਟੈਂਸ ਵਧਾਉਣੇ ਪਿਆ ਮੈਂ ਜਿਹੜਾ ਕੰਮ ਕਰ ਰਿਹਾ ਐਲੀਮੀਨੇਟਰ ਦੇ ਨਾਲ ਤੁਹਾਨੂੰ ਦਿਖਦਾ ਨਹੀਂ ਹੋਣਾ ਆਪੇ ਆਪਣਾ ਐਲੀਮੀਨੇਟਰ ਐਂਡ ਮੈਂ ਐਲੀਮੀਨੇਟਰ ਤੇ 2 ਵੋਲਟ ਤੋਂ ਕੰਮ ਲੈ ਰਿਹਾ ਠੀਕ ਹੈ ਹੁਣ 2 ਵੋਲਟ ਤੋਂ ਕੰਮ ਲੈਣ ਦਾ ਫਾਇਦਾ ਆਪਾਂ ਨੂੰ ਇਹ ਹੋਣਾ ਹੈ ਕਿ ਵੀ 2 ਵੋਲਟ ਮੰਨ ਲਓ ਕਿ ਇਸ ਪੂਰੀ ਤਾਰ ਦੀ ਰੈਜ਼ਿਸਟੈਂਸ 1 ਓਮ ਹੈ ਬੇਟੇ 1 ਓਮ ਤੁਹਾਨੂੰ ਪਤਾ ਹੈ ਕਿ ਕਾਪਰ ਦੀ ਰੈਜ਼ਿਸਟੈਂਸ ਘਟ ਹੁੰਦੀ ਕਿਉਂਕਿ ਦੀ ਰਿਸਿਸਟਿਵਿਟੀ ਬਹੁਤ ਘੱਟ ਹੁੰਦੀ ਏ ਤਾਂ ਹੁਣ ਜੇਕਰ 1 ਓਮ ਦੀ ਏ ਤਾਂ ਇਹਨਾਂ ਮਤਲਬ ਕਰੰਟ ਜਿਹੜਾ 2 ਐਂਪੀਅਰ ਦਾ ਚੱਲੇਗਾ ਤੇ ਮੇਰਾ ਬੈਟਰੀ ਲਿਮਿਟਰ ਸੇਫ ਰਹੇਗਾ ਹੋਪਫੁਲੀ ਆਰ ਯੂ ਗੈਟਿੰਗ ਥਿਸ ਸੋ ਇਨ ਅ ਵੇ ਮੈਂ ਆਪੇ ਬੈਟਰੀ ਲਿਮਿਟਰ ਨੂੰ ਸੇਫ ਕਰਨਾ ਚਾਹੁੰਦਾ ਤਾਂ ਮੈਂ ਤਾਰ ਨੂੰ ਵੱਡਾ ਕਰ ਦੇਣਾ ਨੰਬਰ 1 ਜਿਵੇਂ ਇੱਕ ਛੋਟੀ ਜੀ ਤਾਰ ਲਾ ਕੇ ਚੱਕ ਕੇ ਉਧਰ ਲਾ ਦਾਂ ਨਾ ਤਾਂ ਐਡੀ ਕ ਤਾਰ ਦੀ ਰਿਸਿਸਟੈਂਸ ਕਿੰਨੀ ਹੋਏਗੀ ਐਡੀ ਕਿੰਨੀ ਕੀ ਦੀ ਵਾਟ ਵਰ ਕਿੰਨੀ 0.01 ਓਮ ਤੇ ਇਹ ਕਿੰਨੇ 2 ਵੋਲਟ 2 ਨੂੰ 0.01 ਓਮ ਨਾਲ ਡਿਵਾਈਡ ਕਰੋਗੇ ਤਾਂ ਆਰ ਯੂ ਗੇਟਿੰਗ ਸੋ ਇਸ ਕਰਕੇ ਮੈਨੂੰ ਵਿਦਨ ਦੀ ਸੇਫ ਲਿਮਿਟ ਸੀ ਕੰਮ ਕਰਨਾ ਪਏਗਾ ਸੋ ਵਾਟ ਆਈ ਹੈਵ ਟੂ ਡੂ ਇਸ ਕਿ ਮੈਂ ਮੈਨੂੰ ਇਹ ਨਾ ਅੱਛਾ ਮੈਂ ਤੈਨੂੰ ਕਰੰਟ ਵੀ ਸੈਂਸ ਦੱਸਦਾ ਆ ਜਿਹੜੀ ਤਾਰ ਹੈ ਨਾ ਆ ਵਾਲੀ ਇਫ ਯੂ ਕੈਨ ਸੀ ਇਹ ਰੈੱਡ ਹੈ ਨਾ ਇਹ ਰੈੱਡ ਜਿਹੜੀ ਮੇਰੀ ਬੈਟਰੀ ਦੇ ਪੋਜ਼ਿਟਿਵ ਨਾਲ ਜੁੜੀ ਹੋਈ ਹੈ ਸੋ ਕਰੰਟ ਕਿਵੇਂ ਜਾ ਰਿਹਾ ਮੈਂ ਤੈਨੂੰ ਉਹ ਵੀ ਦੱਸ ਦੇਣਾ ਚਾਹੁੰਦਾ ਇਹ ਇੱਕ ਮਿੰਟ ਓਕੇ ਕਰੰਟ ਜਾ ਰਿਹਾ ਐ ਕਰਕੇ ਇਧਰ ਨੂੰ ਇਧਰ ਨੂੰ ਕਰੰਟ ਐ ਨੂੰ ਜਾ ਰਿਹਾ ਮੈਗਨੈਟਿਕ ਫੀਲਡ ਤੁਹਾਨੂੰ ਦੱਸਿਆ ਉੱਪਰ ਨੂੰ ਹੈ ਆ ਜਿਵੇਂ ਮੈਂ ਇਧਰਲੇ ਪਾਸੇ ਲਾਵਾਂਗਾ ਇਹ ਹੁਣ ਸਰਕਟ ਪੂਰਾ ਹੋ ਗਿਆ ਲੇਕਿਨ ਅਜੇ ਤੱਕ ਮੈਂ ਬੈਟਰੀ ਲਿਵਨੈਟਰ ਨੂੰ ਆਨ ਨਹੀਂ ਕੀਤਾ ਤੁਸੀਂ ਮੈਨੂੰ ਦੱਸੋਗੇ ਕਿ ਕਿੱਧਰ ਨੂੰ ਜਾਏਗਾ ਇਹ ਬੋਲੋ ਹੁਣ ਤੁਹਾਡਾ ম্যাগਨੇਟਿਕ ਫੀਲਡ ਮੈਂ ਤੁਹਾਨੂੰ ਦੱਸਤਾ ਕਿ ਉੱਪਰ ਨੂੰ ਹੈ ਰਾਈਟ ਕਰੰਟ ਜਾ ਰਿਹਾ ਐਨ ਨੂੰ ਫੋਰਸ ਕਿੱਧਰ ਲੱਗੇਗੀ ਲਾਫ ਫਲੇਮਿੰਗ ਦਾ ਲੈਫਟ ਹੈਂਡ ਰੂਲ ਦੱਸੋ ਮੈਨੂੰ ਥੋੜਾ ਬਲਰਤਾ ਹੋਊਗਾ ਬੇਟੇ ਬਟ ਯੂ ਵਿਲ ਯੂ ਵਿਲ ਬੀਏਬਲ ਟੂ ਸੀ ਪ੍ਰਦੀਪ ਸਿੰਘ ਬਾਹਰ ਨੂੰ ਦੋ ਹੀ ਆਨਸਰ ਨੇ ਬਾਹਰ ਨੂੰ ਅੰਦਰ ਨੂੰ ਨਹੀਂ ਉੱਪਰ ਡਾਊਨ ਉੱਪਰ ਨੀਚੇ ਵੀ ਹੋ ਸਕਦਾ ਹੈ ਅਮੰਦਾ ਆਨਸਰ ਆ ਗਿਆ ਡਾਊਨ ਸਾਈਡ ਵੱਲ ਸਾਈਡ ਕਿਹੜੇ ਸਾਢੇ ਵੱਲ ਅੱਛਾ ਮੈਂ ਕਹਾਂ ਸਾਈਡ ਵੱਲ ਆਊਟਵਰਡ ਆਊਟਵਰਡ ਥੋੜੇ ਵੱਲ ਆਊਟਸਾਈਡ ਚਲੋ lettes us see lets us see lets us see lets us see ਨਜ਼ਾਰਾ ਲਓ ਤੁਸੀਂ ਮੈਗਨੇਟਿਕ ਫੀਲਡ ਕਿਧਰ ਨੂੰ ਹੈ ਬਾਹਰ ਨੂੰ ਠੀਕ ਹੈ ਤਾਂ ਆ ਸੌਰੀ ਉੱਪਰ ਨੂੰ ਸੋ ਮੈਂ ਕਰਨ ਲੱਗਾ ਬੇਟੇ ਦੇਖਿਓ ਧਿਆਨ ਨਾਲ ਤੁਹਾਨੂੰ ਦਿਖ ਜਾਣਾ ਸਾਰਿਆਂ ਨੂੰ ਬਾਈ ਗੁਰੂ ਦਾ ਨਾਮ ਲਓ ਵੀ ਠੀਕ ਰਹੇਗਾ ਕਿਧਰ ਨੂੰ ਗਿਆ ਇਹ ਹੂੰ ਕਿੱਧਰ ਨੂੰ ਗਿਆ ਇਹ ਓਏ ਵਿਕੇ ਜੀ ਮੈਂ ਕਿਦ ਉਲਟਾ ਤਾਂ ਨਹੀਂ ਰੱਖਿਆ ਹਾਂ ਮੈਗਨੇਟਿਕ ਫੀਲਡ ਕਿਧਰ ਨੂੰ ਐ ਨੂੰ ਐ ਨੂੰ ਤੇ ਕਰੰਟ ਕਿਧਰ ਨੂੰ ਚੱਲਦਾ ਪਿਆ ਸੀ ਮੈਂ ਤੁਹਾਨੂੰ ਦੱਸਿਆ ਸੀ ਐ ਨੂੰ ਅਰੇ ਯਾਰ ਮੈਗਨੇਟਿਕ ਫੀਲਡ ਵਾਲੇ ਪਾਸੇ ਨੂੰ ਆਉਂਗਲ ਕਰਨੀ ਏ ਇੱਧਰ ਤੁਹਾਡੇ ਸਾਹਮਣੇ ਕਰਦਾ ਇਹ ਆ ਪਿਆ ਮੈਗਨੇਟਿਕ ਫੀਲਡ ਐ ਹੋ ਗਿਆ ਕਰੰਟ ਕਿਧਰ ਨੂੰ ਐ ਨੂੰ ਅੰਗੂਠਾ ਕਿਧਰ ਨੂੰ ਐ ਮੇਰੇ ਵੱਲ ਨੂੰ ਐ ਭਾਈ ਸਾਹਿਬ ਮੈਗਨੇਟਿਕ ਫੀਲਡ ਕਰੰਟ ਫੋਰਸ ਸਮਝੇ ਤੈਨੂੰ ਫੋਰਸ ਕਿਧਰ ਲਗਣੀ ਚਾਹੀਦੀ ਸੀ ਅੰਦਰ ਨੂੰ ਦੁਬਾਰਾ ਦੇਖ ਲਓ ਉਹ ਗਿਆ ਅੰਦਰ ਨੂੰ ਦੇਖੋ ਅੰਦਰ ਨੂੰ ਆਇਆ ਭਾਈ ਰਾਈਟ ਹੁਣ ਮੈਂ ਕੀ ਕਰਦਾ ਕਿ ਮੈਗਨੇਟਿਕ ਫੀਲਡ ਨੂੰ ਉਲਟਾ ਕਰ ਦੇਣਾ ਬੇਟੇ ਤਾਂ ਮੈਗਨੇਟਿਕ ਫੀਲਡ ਜਿਵੇਂ ਹੀ ਉਲਟਾ ਹੁੰਦਾ ਹੈ ਉਲਟਾ ਹੋ ਗਿਆ ਹੁਣ ਤੁਸੀਂ ਦੇਖੋ ਹੁਣ ਤੁਸੀਂ ਦੁਬਾਰਾ ਆਨਸਰ ਲਾਓ ਪਲੀਜ਼ ਆਪਣੇ ਕਰਿਆ ਕਰੋ ਬੇਟੇ ਜਦ ਤੱਕ ਤੁਸੀਂ ਆਪ ਨਹੀਂ ਕਰਦੇ ਮੈਗਨੇਟਿਕ ਫੀਲਡ ਕਿਧਰ ਨੂੰ ਹੈ ਪਹਿਲਾਂ ਤਾਂ نیچے ਨੂੰ ਠੀਕ ਹੈ ਕਰੰਟ ਅਜੇ ਵੀ ਕਿਧਰ ਨੂੰ ਹੈ ਬੇਟੇ ਉਹ ਐਨੂੰ ਹੀ ਹੈ ਐਨੂੰ ਤਾਂ ਫੋਰਸ ਇਸ ਵਾਰੀ ਕਿਧਰ ਨੂੰ ਲੱਗੇਗੀ ਬਾਹਰ ਨੂੰ ਠੀਕ ਹੈ ਅੱਛਾ ਮੈਂ ਉਲਟੀ ਦੱਸੀ ਸੀ ਨਹੀਂ ਯਾਰ ਮੈਂ ਬਿਲਕੁਲ ਨਹੀਂ ਉਲਟੀ ਦੱਸੀ ਮੈਂ ਤੁਹਾਨੂੰ ਕਿਹਾ ਕਿ ਆ ਪੋਜ਼ਿਟਿਵ ਹੈ ਕਰੰਟ ਐਂ ਜਾਣਾ ਹੈ ਮੈਂ ਜੇ ਵੀ ਉੱਥੇ ਖੜਾ ਮੈਂ ਕਰੰਟ ਜੇ ਵੀ ਉਧਰ ਹੀ ਲੈਣਾ ਪਿਆ ਤਾਂ ਮੈਗਨੇਟਿਕ ਫੀਲਡ ਜਿਹੜਾ ਹੈ ਇਸ ਵਾਰ نیچے ਨੂੰ ਕਰੰਟ ਐ ਨੂੰ ਫੋਰਸ ਬਾਹਰ ਨੂੰ ਆ ਦੇਖੋ ਤੁਹਾਡੇ ਸਾਹਮਣੇ ਸੋ ਫਲੇਮਿੰਗ ਦਾ ਲੈਫਟ ਹੈਂਡ ਰੂਲ ਦੀ ਗੱਲ ਹੈ ਆ ਦੇਖੋ ਧਿਆਨ ਨਾਲ ਕੀ ਹੁੰਦਾ ਜਿਵੇਂ ਆ ਲਾਇਆ ਉਹ ਦੇਖੋ ਤੁਹਾਡੇ ਵੱਲ ਨੂੰ ਆ ਗਿਆ ਬਾਹਰ ਨੂੰ ਆ ਗਿਆ ਇਹ ਤੁਹਾਨੂੰ ਸਮਝ ਆਉਂਦੀ ਨਾ ਕਿ ਇੱਕ ਅੱਛਾ ਇੱਕ ਤਰੀਕਾ ਕਰਦਾ ਮੈਂ ਇਹਨੂੰ ਇਦਾਂ ਕਰਦਾ ਸ਼ਾਇਦ ਤੁਹਾਨੂੰ ਇਦਾਂ ਜ਼ਿਆਦਾ ਸਮਝ ਆਈ ਹੁਣ ਦੇਖਿਓ ਕਿੱਧਰ ਨੂੰ ਜਾਂਦਾ ਇਹ ਉਹ ਦੇਖੋ ਬਾਹਰ ਨੂੰ ਭਜਦਾ ਨਾ ਐਂਡ ਜੇਕਰ ਮੈਂ ਫੀਲਡ ਜੇ ਕਰੰਟ ਦੀ ਉਲਟ ਡਾਇਰੈਕਸ਼ਨ ਉਲਟੀ ਕਰਦਾ ਫਿਰ ਕੀ ਹੋਊਗਾ ਉਹ ਵੀ ਕਰਕੇ ਦੇਖ ਲੈਨੇ ਆ ਇਹ ਆ ਆ ਪਿਆ ਇਧਰੋਂ ਆ ਆ ਪਿਆ ਹੁਣ ਕਰੰਟ ਉਲਟਾ ਹੋ ਗਿਆ ਹੁਣ ਕਰੰਟ ਕਿਧਰ ਹੋ ਗਿਆ ਬੈ ਵੇਖੋ ਆ ਪੋਜ਼ਿਟਿਵ ਲਾਇਆ ਇਹਨਾਂ ਮਤਲਬ ਕਰੰਟ ਇਸ ਵਾਰ ਤੁਹਾਡੇ ਵੱਲ ਨੂੰ ਆਉਣਾ ਜੇ ਧਿਆਨ ਚ ਰੱਖਿਓ ਤੁਹਾਡੇ ਵੱਲ ਨੂੰ ਇਧਰ ਨੂੰ ਤੇ ਮੈਗਨੇਟਿਕ ਫੀਲਡ ਜੇ ਵੀ ਵਰਟੀਕਲੀ ਡਾਊਨਵਰਡ ਹੈ ਜੇ ਕਰੰਟ ਤੁਹਾਡੇ ਵੱਲ ਨੂੰ ਆਉਣਾ ਹੈ ਤਾਂ ਫੋਰਸ ਕਿਧਰ ਲੱਗੇਗੀ ਬੇਟਾ ਇਧਰ ਨੂੰ ਠੀਕ ਹੈ ਚੈੱਕ ਕਰੋ ਤੁਹਾਡੇ ਸਾਹਮਣੇ ਬਸ ਫਿਜ਼ਿਕਸ ਦਾ ਯਾਰ ਐਂ ਪੂਰੀ ਵਰਕ ਕਰਦੀ ਕਰਦੀ ਹਮੇਸ਼ਾ ਠੀਕ ਹੈ ਹੁਣ ਗੱਲ ਇਹ ਹੈ ਕੁਝ ਲੋਕ ਇਹਦੇ ਚ ਸਵਾਦ ਲੈਂਦੇ ਨੇ ਕੁਝ ਲੋਕ ਉਹਦੇ ਚ ਸਵਾਦ ਲੈਂਦੇ ਨੇ ਦੋਨਾਂ ਚੀਜ਼ਾਂ ਦਾ ਨਜ਼ਾਰਾ ਤਾਂ ਹੈ ਕਿ ਜਦੋਂ ਤੁਹਾਨੂੰ ਦੋਨੇ ਗੱਲਾਂ ਸਮਝ ਆਈਆਂ ਹੁਣ ਸੋ ਸ਼ੁਰੂ ਕਰਾਂਗੇ ਆਪਾਂ ਆਦੇ ਇਧਰਲੇ ਪਾਸੇ ਆਉਣੇ ਬੇਟੇ ਰਾਈਟ ਕਿੰਨਾ ਜ਼ਿਆਦਾ ਫਰਕ ਹੈ ਯਾਰ ਕੈਮਰੇ ਦਾ ਹਨਾ ਬਟ ਆਈ ਕੁਡ ਨੋਟ ਹੈਲਪ ਪੰਗਾਈ ਇਦਾਂ ਦਾ ਬੇਟਾ ਕਿ ਮੈਨੂੰ ਕਰਨਾ ਹੀ ਹੋਵੇ ਪੈਣਾ ਰਾਈਟ ਸੋ ਸ਼ੁਰੂ ਕਰਦੇ ਹਾਂ ਤੁਹਾਨੂੰ ਇਹ ਗੱਲ ਕਲੀਅਰ ਹੀ ਪੁੱਤਰੋ ਸਾਰਿਆਂ ਨੂੰ ਹੁਣ ਵੇਖੋ ਮੈਂ ਇਹ ਕਿ ਨਾ ਮੈਂ ਸ਼ੁਰੂ ਕਰਨ ਲੱਗਾ ਪੁੱਤਰੋ ਮੈਨੂੰ ਇਹਨਾਂ ਪਤਾ ਹੈ ਕਿ ਇੱਕ ਇਲੈਕਟ੍ਰੋਨ ਜਿਹੜਾ ਹੈ ਨਾ ਇੱਕ ਇਲੈਕਟ੍ਰੋਨ ਉਹਦੇ ਤੇ ਫੋਰਸ ਕਿੰਨੀ ਲੱਗੇਗੀ ਉਹ ਮੈਂ ਲਿਖ ਸਕਦਾ ਇੱਕ ਇਲੈਕਟ੍ਰੋਨ ਤੇ ਲੱਗਣ ਵਾਲੀ ਫੋਰਸ ਹੋਏਗੀ ਆ ਇੱਕ ਇਲੈਕਟ੍ਰੋਨ ਤੇ ਚਾਰਜ ਕਿਉਂਕਿ ਫੋਰਸ ਦਾ ਫਾਰਮੂਲਾ ਹੁੰਦਾ ਹੈ ਕਯੂ ਟਾਈਮਸ ਵੀ ਕ੍ਰੋਸ ਬੀ ਬਹੁਤ ਧਿਆਨ ਨਾਲ ਸੁਣਨਾ ਪੁੱਤਰੋ ਬੜੇ ਮਜ਼ੇਦਾਰ ਟੌਪਿਕ ਹੈ ਐਂਡ ਇੱਕ ਗੱਲ ਹੋਰ ਤੁਹਾਨੂੰ ਦੱਸਦਾ ਕਿ ਅੱਜ ਦਾ ਦਿਨ ਤੇ ਕੱਲ ਦਾ ਦਿਨ ਸਾਰਾ ਇਸ ਗੱਲ ਤੇ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਇਹ ਟਾਪਿਕ ਕਿੰਨਾ ਅੱਛਾ ਸਮਝ ਆਇਆ ਠੀਕ ਹੈ ਇਹ ਧਿਆਨ ਚ ਰੱਖਿਓ ਸੋ ਇੱਕ ਇਲੈਕਟ੍ਰੋਨ ਤੇ ਕਿੰਨੀ ਫੋਰਸ ਲੱਗੇਗੀ q q ਕਿ ਇਹ ਚਾਰਜ ਇਲੈਕਟ੍ਰੋਨ ਤੇ ਚਾਰਜ ਕਿਹਨਾ ਹੁੰਦਾ ਬੇਟਾ ਮਾਈਨਸ ਦਾ e ਠੀਕ ਹੈ ਐਂਡ vd ది ਕ੍ਰੋਸ ਕਿਹਦੇ ਨਾਲ ਬੇਟਾ b ਨਾਲ vd ਕਿਉਂ ਲਿਆ ਕਿਉਂਕਿ ਇਲੈਕਟ੍ਰੋਨ ਦੀ ਜਿਹੜੀ ਸਪੀਡ ਹੈ ਉਹਦਾ ਨਾਮ vd ਏ ਉਹ ਨੈਗੇਟਿਵ ਸਾਈਨ ਨੂੰ ਕਈ ਲੋਕ ਕਿਦਾਂ ਸਮਝਦੇ ਨੇ ਮੈਂ ਇਹਨੂੰ ਇਦਾਂ ਸਮਝਦਾ ਕਿ ਜਿਹੜਾ ਪੋਜ਼ਿਟਿਵ ਚਾਰਜ ਹੁੰਦਾ ਹੈ ਜਿਹੜੀ ਫੋਰਸ ਉਹਦੇ ਤੇ ਲੱਗਣੀ ਸੀ ਇਲੈਕਟ੍ਰੋਨ ਤੇ ਫੋਰਸ ਹਮੇਸ਼ਾ ਉਲਟੀ ਲੱਗਣੀ ਹੈ ਯਾਨੀ ਕਿ ਜੇ ਤੁਸੀਂ ਇਲੈਕਟ੍ਰੋਨ ਐ ਨੂੰ ਲਾ ਰਹੇ ਹੋ ਤਾਂ ਇਲੈਕਟ੍ਰੋਨ ਤੇ ਜਾਂਦੀ ਜੇਕਰ ਇਧਰ ਪੋਜ਼ਿਟਿਵ ਚਾਰਜ ਜਾਂਦਾ ਹੁੰਦਾ ਤਾਂ ਫੋਰਸ ਐ ਲੱਗਣੀ ਸੀ ਐ ਨੂੰ ਲੇਕਿਨ ਆਪਣੀ ਫੋਰਸ ਇੱਡੀ ਕਿਉਂਕਿ ਇਲੈਕਟ੍ਰੋਨ ਜਾ ਰਿਹਾ ਇਸ ਕਰਕੇ ਬਾਹਰ ਨੂੰ ਨਹੀਂ ਹੈ ਮੈਂ ਤੁਹਾਨੂੰ ਦੱਸਿਆ ਹੋਇਆ ਹੈ ਕੇਵਲ ਫਾਰਮੂਲਾ ਪੋਜ਼ਿਟਿਵ ਚਾਰਜ ਜਾਂਦੇ ਜੇ 네ਗੇਟਿਵ ਚਾਰਜ ਆਏਗਾ ਤਾਂ ਤੁਸੀਂ ਮਾਈਨਸ ਸਾਈਨ ਪਾ ਦੇਣਾ ਯਾਨੀ ਕਿ ਉਹਦੇ ਨਾਲ ਉਲਟੀ ਫੋਰਸ ਲੱਗੇਗੀ ਇਜ਼ 댓 ਓਕੇ ਹੁਣ ਇੰਨੀ ਫੋਰਸ ਲੱਗ ਰਹੀ ਹੈ ਇੱਕ ਇਲੈਕਟ੍ਰੋਨ ਤੇ ਤੁਹਾਡਾ ਕੰਡਕਟਰ ਐਕਚੁਅਲੀ ਕੰਡਕ ਤੁਹਾਡੇ ਕੰਡਕਟਰ ਦੇ ਵਿੱਚ ਇਦਾਂ ਦੇ ਕਿੰਨੇ ਇਲੈਕਟ੍ਰੋਨਸ ਨੇ ਮੰਨ ਲਓ n ਨੇ ਸਾਰੇ ਦੇ ਸਾਰੇ ਇਲੈਕਟ੍ਰੋਨਸ ਕਿਧਰ ਨੂੰ ਜਾ ਰਹੇ ਨੇ n ਨੂੰ ਯਾਨੀ ਕਿ ਸਭ ਤੇ ਫੋਰਸ ਕਿਧਰ ਲੱਗੇਗੀ ਸੇਮ ਡਾਇਰੈਕਸ਼ਨ ਚ ਅਰੇ ਯਾਰ ਸਾਰੇ ਨਹੀਂ ਜੇ ਡਾਇਰੈਕਸ਼ਨ ਸੇਮ ਹੈ ਜਾਣ ਦੀ ਸਭ ਦੀ ਵੀਡੀ ਸੇਮ ਹੈ b ਸਭ ਨੂੰ ਸੇਮ ਮਿਲ ਰਿਹਾ ਹੈ ਇਹਨਾਂ ਤੋਂ ਸਭ ਤੇ ਫੋਰਸ ਦੀ ਡਾਇਰੈਕਸ਼ਨ ਸੇਮ ਲੱਗੇਗੀ ਇਹਨਾਂ ਮਤਲਬੇ ਟੋਟਲ ਫੋਰਸ ਜਾਂ ਨੈਟ ਫੋਰਸ ਓਨ n ਇਲੈਕਟ੍ਰੋਨਸ ਉਹ ਕਿੰਨੀ ਹੋਏਗੀ ਬੇਟਾ ਕੈਪੀਟਲ f ਬਰਾਬਰ ਕਿੰਨੀ ਹੋਏਗੀ n ਟਾਈਮ ਸਮਾਲ f ਯਾਨੀ ਕਿ ਕਿੰਨੀ ਆ ਗਈ ਮਾਈਨਸ ਦਾ ਐਨ ਈ ਨਾਲ ਕਿੰਨਾ ਵੀ ਡੀ ਦੀ ਕਰਾਸ ਕਿੰਦੇ ਨਾਲ ਬੇਟੇ ਬੀ ਨਾਲ ਠੀਕ ਹੈ ਹੁਣ ਕੈਪੀਟਲ ਐਨ ਕਿੰਨੇ ਬਰਾਬਰ ਹੁੰਦਾ ਤੁਹਾਨੂੰ ਯਾਦ ਹੈ ਕਿ ਆ ਸਮੋਲ ਐਨ ਹੁੰਦਾ ਸੀ ਨੰਬਰ ਡੈਂਸਿਟੀ ਨੰਬਰ ਡੈਂਸਿਟੀ ਹੁਣ ਵਾਟ ਇਜ਼ ਨੰਬਰ ਡੈਂਸਿਟੀ ਬੇਟੇ ਨੰਬਰ ਡੈਂਸਿਟੀ ਹੁੰਦੀ ਸੀ ਨੰਬਰ ਆਫ ਇਲੈਕਟ੍ਰੋਨਸ ਪਰ ਯੂਨਿਟ ਵੋਲਿਊਮ ਠੀਕ ਹੈ ਤਾਂ ਮੈਂ ਇਹਨੂੰ ਐ ਕਹਾਂਗਾ ਕਿ ਸਮੋਲ ਐਨ ਦੀ ਵੈਲਿਊ ਹੁੰਦੀ ਸੀ ਕੈਪੀਟਲ ਐਨ ਡਿਵਾਈਡਡ ਬਾਈ AL ਇਫ ਯੂ ਰਿਮੈਂਬਰ ਆਪਾਂ ਬਹੁਤ ਪੜਿਆ ਬੇਟਾ ਇਹਦੇ ਬਾਰੇ ਟੋਟਲ ਨੰਬਰ ਆਫ ਇਲੈਕਟ੍ਰੋਨਸ ਡਿਵਾਈਡਡ ਬਾਈ ਵੋਲਿਊਮ ਆਫ ਦਾ ਕੰਡਕਟਰ ਵੋਲਿਊਮ ਕਿੰਨਾ ਹੋਊਗਾ AL ਸੋ ਇਹ ਆ ਜਾਏਗਾ ਨੰਬਰ ਆਫ ਇਲੈਕਟ੍ਰੋਨਸ ਪਰ ਯੂਨਿਟ ਵੋਲਿਊਮ ਜਾਂ ਤੁਸੀਂ ਇਦਾਂ ਵੀ ਕਹਿ ਸਕਦੇ ਹੋ ਸਰ ਵੀ ਯੂਨਿਟ ਵੋਲਿਊਮ ਦੇ ਵਿੱਚ ਨੰਬਰ ਆਫ ਇਲੈਕਟ੍ਰੋਨਸ ਨੇ n AL ਵੋਲਿਊਮ ਚ ਕਿੰਨੇ ਹੋਣਗੇ NAL ਪਰ ਸਾਨੂੰ ਪਤਾ ਹੈ ਕਿ ਅਸੀਂ ਕਿੰਨੇ ਲੈ ਕੇ ਚੱਲੇ ਹੋਏ ਆ ਉਹਦਾ ਨਾਮ ਕੈਪੀਟਲ N ਹੈ ਸੋ ਕੈਪੀਟਲ N ਇਜ਼ ਸਮਾਲ NAL ਮੈਂ ਇੱਥੇ ਲੈ ਕੇ ਭਰ ਦੇਣਾ ਚਾਹੁੰਦਾ ਬੇਟੇ ਸੋ ਇਹਨਾਂ ਮਤਲਬ ਮੇਰਾ F ਕਿੰਨੇ ਬਰਾਬਰ ਆ ਗਿਆ ਬੇਟਾ ਉਹ ਆ ਗਿਆ N A LE ਨਾਲ ਕਿੰਨਾ VD ਦੀ ਕਰਾਸ ਕਿੰਦੇ ਨਾਲ ਬਟੇ B ਨਾਲ ਇਹ ਤੋਂ ਧਿਆਕਰ ਕਿਸੇ ਨੂੰ ਕੋਈ ਡਾਊਟ ਇਹ ਸਾਡੀ ਫੋਰਸ ਆ ਗਈ ਇਹਨੂੰ ਮਸਟਾਰ ਇਕੁਏਸ਼ਨ ਬਾਦਲ ਠੀਕ ਹੈ ਅੱਗੇ ਚੱਲਾਂਗੇ ਅੱਗੇ ਚੱਲਾਂਗੇ ਅਗੋ ਕੀ ਹੋਣਾ ਬਟੇ ਸਾਨੂੰ ਪਤਾ ਹੈ ਕਿ ਵੀ ਨੋ ਕਿ ਜਿਹੜਾ ਕਰੰਟ ਏ ਉਹ ਬਰਾਬਰ ਹੁੰਦਾ ਉਹ ਲਿਖੀ ਹੋਇਆ ਤੁਹਾਡੇ ਕੋਲ A N E VD ਹੂੰ ਜੇਕਰ ਮੈਂ ਦੋਹਾਂ ਪਾਸੇ ਲੈਂਥ ਨਾਲ ਮਲਟੀਪਲਾਈ ਕਰਦਾ ਕਰ ਸਕਦਾ ਦੋਨਾਂ ਪਾਸੇ ਕਰ ਸਕਦਾ ਨਾ ਇੱਕ ਦਿਨ ਆਪਾਂ ਅੱਗੇ ਵੀ ਕੀਤਾ ਸੀ ਮੈਂ ਤੁਹਾਨੂੰ ਕਿਹਾ ਸੀ ਬੇਟੇ ਮੈਨੂੰ ਬਾਅਦ ਚ ਯੂਜ਼ ਕਰਨਾ ਜੀ ਧਿਆਨ ਚ ਰੱਖਿਓ ਇਹ ਲੈਂਥ ਕਿਹੜੀ ਹੈ ਬੇਟਾ ਇਹ ਜਿਹੜਾ ਮੇਰਾ ਟੌਪਿਕ ਚੱਲ ਰਿਹਾ ਹੈ ਪੂਰੀ ਦੀ ਪੂਰੀ ਲੈਂਥ ਮੈਗਨੈਟਿਕ ਫੀਲਡ 'ਚ ਧਿਆਨ ਚ ਰੱਖਣਾ ਜਿੰਨੀ ਲੈਂਥ ਫੀਲਡ ਜਾਏਗੀ ਆਪਾਂ ਉਹ ਲਿਖੀ ਆ ਲੈ ਠੀਕ ਹੈ ਹੁਣ ਜੇਕਰ ਮੈਂ ਕਰੰਟ ਦੀ ਡਾਇਰੈਕਸ਼ਨ ਆ ਆਪਾਂ ਦਾ ਇੱਕ ਤਰੀਕੇ ਨਾਲ ਸਾਡਾ ਕਰੰਟ ਐਲੀਮੈਂਟ ਟਾਈਪ ਬਣ ਗਿਆ ਯਾਦ ਹੈ ਆਈਡੀਅਲ ਉਮੀਰਾ ਬਣ ਗਿਆ ਇਹਦੀ ਡਾਇਰੈਕਸ਼ਨ ਕਿਹੜੀ ਹੁੰਦੀ ਬੇਟਾ ਕਰੰਟ ਵਾਲੀ ਸੋ ਆਈ ਐਲ ਦੀ ਡਾਇਰੈਕਸ਼ਨ ਕਿਹੜੀ ਹੈ ਇਧਰ ਨੂੰ ਹੁਣ ਜੇ ਮੈਂ ਇਧਰਲੇ ਪਾਸੇ ਕਿਸੇ ਦੇ ਵੈਕਟਰ ਪਾਉਣਾ ਹੋਵੇ ਤੇ ਮੈਂ ਕਿੰਨੇ ਦੇ ਪਾਵਾਂਗਾ ਬੇਟੇ ਵੈਕਟਰ ਮੈਂ ਵੀ ਡੀ ਦੇ ਵੈਕਟਰ ਪਾ ਦੇਣਾ ਲੇਕਿਨ ਪੰਗਾ ਇਹ ਹੈ ਕਿ ਜਿਹੜਾ ਆਈ ਐਲ ਵੈਕਟਰ ਹੈ ਉਹ ਇਧਰ ਨੂੰ ਹੈ ਲੇਕਿਨ ਜਿਹੜਾ ਇੱਥੇ ਵੀ ਡੀ ਵੈਕਟਰ ਪਾਇਆ ਆ ਬਾਕੀ ਸਾਰੇ ਪੋਜ਼ਿਟਿਵ ਨੇ ਜਿਹੜਾ ਵੀ ਡੀ ਵੈਕਟਰ ਹੈ ਉਹ ਕਿਧਰ ਨੂੰ ਹੈ ਬੇਟੇ ਉਹ ਉਧਰ ਨੂੰ ਹੈ ਕਿਉਂਕਿ ਇਲੈਕਟ੍ਰੋਨ ਤਾਂ ਉਧਰ ਡ੍ਰਿਫਟ ਕਰ ਰਹੇ ਨੇ ਸੋ ਇਸ ਇਕੁਏਸ਼ਨ ਨੂੰ ਵਿਕਟੋਰੀਅਲੀ ਕਰੈਕਟ ਕਰਨ ਵਾਸਤੇ ਮੈਨੂੰ ਇੱਥੇ ਇੱਕ ਨੈਗੇਟਿਵ ਸਾਈਨ ਪਾਣਾ ਪਏਗਾ ਕਹਿਣਾ ਮਤਲਬ ਹੈ ਕਿ ਆ ਵੈਕਟਰ ਤੇ ਆ ਵਾਲਾ ਵੈਕਟਰ ਜਿਹੜਾ ਬਣੇਗਾ ਇਹਨਾਂ ਦੀ ਡਾਇਰੈਕਸ਼ਨ ਇੱਕ ਦੂਜੀ ਤੋਂ ਕੀ ਹੋਏਗੀ ਆਪੋਜ਼ਿਟ ਹੋਏਗੀ ਆਈ ਹੋਪ ਯੂ ਗਾਟ ਥਿਸ ਐਂਡ ਵਾਈ ਆਈ ਹੈਵ ਡਨ ਥਿਸ ਉਹ ਤੁਹਾਨੂੰ ਹੁਣੇ ਸਮਝ ਲੱਗ ਜੇਗੀ ਹੁਣੇ ਸਮਝ ਲੱਗ ਜੇਗੀ ਵਟ ਮੈਂ ਸਿਰਫ ਇੱਕ ਰਿਲੇਸ਼ਨ ਲੈ ਕੇ ਐਲ ਨਾਲ ਮਲਟੀਪਲਾਈ ਕਰਕੇ ਉਹਨੂੰ ਵਿਕਟੋਰੀਅਲ ਫਾਰਮ ਦਿੰਦੀ ਐ ਇਹ ਨੰਬਰ 1 ਪਾ ਦੋ ਯੂਜ਼ਿੰਗ 1 ਇਨ ਸਟਾਰ ਬਿਟ ਜਿਵੇਂ ਅਸੀਂ ਯੂਜ਼ ਕਰਦੇ ਹਾਂ ਵੀ ਆਲ ਨੋ ਕਿ ਫੋਰਸ ਵਾਸ देयर ਕਿੰਨੀ ਫੋਰਸ ਲੱਗੇਗੀ ਉਹ ਆਪਾਂ ਧਿਆਨ ਨਾਲ ਦੇਖਿਓ ਆ ਕਰਾਸ ਬੀ ਨੂੰ ਤਾਂ ਐਂ ਰੱਖੋ ਆ ਜਿਹੜੇ ਨੇ ਹੁਣ ਤੁਸੀਂ ਕਿਸੇਰੇ ਦਿਮਾਗ 'ਚ ਕਿਤੇ ਇਹ ਨਾ ਭਮੀਰੀ ਜਿਹੀ ਹੁੰਦੀ ਹੋਵੇ ਵੀ ਇਹ ਪਲੱਸ ਹੈ ਇਹ ਅੰਦਰ ਆਏਗਾ ਤੇ ਇਹਨੂੰ ਵੀ ਮਿਲੂਗਾ ਤੇ ਇਹਨੂੰ ਵੀ ਮਿਲੇਗਾ ਇੱਕ ਤਰੀਕੇ ਦਾ ਇਹ ਮਲਟੀਪਲੀਕੇਸ਼ਨ ਹੈ ਮਲਟੀਪਲੀਕੇਸ਼ਨ ਵਰਗਾ ਹੀ ਇਹ ਇਹਦੇ 'ਚ ਤਿੰਨ ਜਨੇ ਲਿਖਿਆ ਹੋਏ ਨੇ VD B ਤੇ sin θ ਸੋ ਜਦੋਂ ਤੁਸੀਂ VD B sin θ ਲਿਖਿਆ ਤੇ ਅੱਗੇ ਜੇ ਕੋਈ ਮਲਟੀਪਲਾਈ ਹੋ ਰਿਹਾ ਤਾਂ ਉਹਨੂੰ ਸਭ ਨੂੰ ਥੋੜੀ ਦਿਓਗੇ ਉਹ ਇੱਕ ਵਾਰੀ ਪਿਆ ਉੱਥੇ ਬਸ ਕੇ ਹਨਾ ਤਾਂ ਇਹਨਾਂ ਮਤਲਬ ਇਹ ਬੱਚੇ ਕਰਦੇ ਨੇ ਗਲਤੀ ਮੈਂ ਤੁਹਾਨੂੰ ਤਾਂ ਦੱਸ ਰਹੇ ਆਹ ਜਿਹੜੀ ਚੀਜ਼ ਇਹਨੂੰ ਧਿਆਨ ਨਾਲ ਦੇਖੋ ਕੋਣੇ n ਆਪਿਆ n a ਆਪਿਆ a ਆਪਿਆ l ਆਪਿਆ e ਤੇ ਨਾਲ ਪਿਆ vd ਤੇ ਉੱਤੇ ਅੱਗੇ ਪਿਆ y ਮਾਈਨਸ ਦਾ ਸਾਈਨ ਆ ਸਾਰੀ ਚੀਜ਼ ਜਿਹੜੀ ਇੱਥੋਂ ਲੈ ਕੇ ਇੱਥੋਂ ਤੱਕ ਰਹੀ ਇਹ ਤੁਹਾਡੀ ਕੋਣੇ ਤਾਂ il ਵੈਕਟਰ ਹੈ ਇਹ ਨੰਬਰ 4 ਫੋਰਸ ਕਿੰਨੇ ਬਰਾਬਰ ਆ ਗਈ il ਦੀ ਕਰਾਸ ਕਿੰਦੇ ਨਾਲ ਬੇਟੇ b ਨਾਲ ਕਿੱਡਾ ਸੁੱਖਾ ਕੰਮ ਆ ਗਿਆ ਹੈ ਕਿ ਨਹੀਂ ਇਹਨਾਂ ਮਤਲਬ ਇਹ ਹੈ ਕਿ ਤੁਹਾਡੇ ਹੁਣ ਮੈਂ ਇਹਨੂੰ ਇਦਾਂ ਵੇਖੋ ਇੱਕ ਆਮ ਬੰਦਾ ਇਹਨੂੰ ਮੈਥਮੈਟਿਕਲੀ ਇਦਾਂ ਤੋਂ ਸੋਚਦਾ ਇੱਕ ਵਧੀਆ ਬੱਚਾ ਪਤਾ ਕਿਵੇਂ ਸੋਚੇਗਾ ਇਹ ਸੀਨ ਕਿਵੇਂ ਰਹਾ ਅਸੀਂ ਬੋਲਦੇ ਹਾਂ ਕਿ ਫੋਰਸ ਉਹਨੇ ਕਰੰਟ ਕੈਰੀਂਗ ਕੰਡਕਟਰ ਐਂ ਲੱਗਦਾ ਕਿ ਕਰੰਟ ਕੈਰੀਂਗ ਕੰਡਕਟਰ ਤੇ ਫੋਰਸ ਲੱਗੀ ਏ ਬਟ ਇਹਨੇ ਵੇ ਇੱਕ ਕੰਡਕਟਰ ਤੇ ਲੱਗੀ ਹੋਈ ਫੋਰਸ ਨਹੀਂ ਹੈਗੀ ਜੇ ਤੁਸੀਂ ਨਜ਼ਾਰਾ ਲੈਣਾ ਚਾਹੁੰਦੇ ਹੋ ਚੀਜ਼ਾਂ ਦਾ ਕੰਡਕਟਰ ਤੇ ਨਹੀਂ ਲੱਗੀ ਮੈਂ ਇੱਕ ਦਿਨ ਅੱਗੇ ਵੀ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਸੀ ਮੈਂ ਇਦਾਂ ਸੋਚਦਾ ਕਿ ਮੰਨ ਲਓ ਤੁਹਾਡੇ ਕੋਲ ਇੱਕ ਪੋਲੀਥੀਨ ਬੈਗ ਹੈ ਉਸ ਪੋਲੀਥੀਨ ਬੈਗ ਦੇ ਵਿੱਚ ਤੁਸੀਂ ਕੀ ਕੀਤਾ ਕਿ ਲੋਹੇ ਦੇ ਛੋਟੇ ਛੋਟੇ ਛੁੱਟੇ ਮਤਲਬ ਮਾਰਬਲਸ ਪਾ ਲਏ ਜਾਂ ਕੁਝ ਵੀ ਲੋਹੇ ਦਾ ਪੀਸ ਪਾ ਲੇ ਤੇ ਇੱਕ ਇਹਨੂੰ ਇਦਾਂ ਪਕੜਿਆ ਹੋਇਆ ਤੁਸੀਂ ਤੇ ਇਧਰਲੇ ਪਾਸੇ ਇੱਕ ਸਟਰੋਂਗ ਮੈਗਨੇਟ ਏ ਤੁਸੀਂ ਸਟਰੋਂਗ ਮੈਗਨੇਟ ਲੈ ਕੇ ਆਏ ਤੁਸੀਂ ਲਫਾ ਤੁਸੀਂ ਕਹੋਗੇ ਸਰ ਸਾਡਾ ਪੋਲੀਥੀਨ ਉਹਦੇ ਨਾਲ ਅਟ੍ਰੈਕਟ ਹੋ ਗਿਆ ਬਟ ਪੋਲੀਥੀਨ ਥੋੜੀ ਅਟ੍ਰੈਕਟ ਹੋਇਆ ਐ ਐਕਚੁਅਲੀ ਅਟ੍ਰੈਕਟ ਕੌਣ ਆਇਆ ਉਹਦੇ ਵਿੱਚਲੇ ਆਇਰਨ ਦੇ ਪੀਸ ਜਿਹੜੇ ਨੇ ਉਹ ਅਟ੍ਰੈਕਟ ਹੋਏ ਲੱਗਦਾ ਹੈ ਕਿ ਜਿਵੇਂ ਪੋਲੀਥੀਨ ਅਟ੍ਰੈਕਟ ਹੋ ਗਿਆ ਸਮਝਦੇ ਹੋ ਗੱਲ ਨੂੰ ਸਿਮਿਲਰਲੀ ਲੱਗਦਾ ਹੈ ਇਦਾਂ ਬੇਟੇ ਕਿ ਜਿਵੇਂ ਕੰਡਕਟਰ ਜਿਹੜਾ ਹੈ ਉਹਦੇ ਤੇ ਫੋਰਸ ਲੱਗ ਰਹੀ ਏ ਕੰਡਕਟਰ ਤੇ ਥੋੜੀ ਫੋਰਸ ਲੱਗਦੀ ਪਈ ਐ ਐਕਚੁਅਲੀ ਉਹਦੇ ਅੰਦਰ ਜਿਹੜੇ ਇਲੈਕਟ੍ਰੋਨਸ ਨੇ ਬਿਲਕ ਉਵੇਂ ਸਿਮਿਲਰਲੀ ਆਪਾਂ ਜੇ ਧਿਆਨ ਨਾਲ ਕਹਾਣੀ ਦੇਖੋ ਆਪਾਂ ਇੱਕ ਇਲੈਕਟ੍ਰੋਨ ਦੇ ਫੋਰਸ ਕੱਢੀ ਫਿਰ ਅਸੀਂ ਕਿ ਐਵੇਂ ਰੇ ਕਿੰਨੇ ਜੀ ਕੈਪੀਟਲ ਐਨ ਨੇ ਤੇ ਉਹਨਾਂ ਦੇ ਕਿੰਨੀ ਫੋਰਸ ਲੱਗੇਗੀ ਆਹ ਕੱਢੀ ਫਿਰ ਉਦੋਂ ਬਾਅਦ ਉਸੇ ਫੋਰ ਜਿਹੜੀ ਇਹ ਇਹ ਉਹਨਾਂ ਇਲੈਕਟ੍ਰੋਨਸ ਤੇ ਲੱਗਣ ਵਾਲੀ ਫੋਰਸ ਹੈ ਲੇਕਿਨ ਕਿਉਂਕਿ ਇਹ ਉਵੇਂ ਦੀ ਸਿਚੁਏਸ਼ਨ ਹੀ ਹੋਗੀ ਵੀ ਇੱਕ ਤਰੀਕੇ ਨਾਲ ਸਾਡਾ ਆ ਬੈਗ ਹੈ ਉਹਦੇ ਵਿੱਚ ਪੋਲੀਥੀਨ ਬੈਗ ਟਾਈਪ ਹੈ ਉਹਦੇ ਅੰਦਰ ਇਲੈਕਟ੍ਰੋਨਸ ਨੇ ਐਕਚੁਅਲੀ ਇਲੈਕਟ੍ਰੋਨਸ ਨੇ ਵਿਚ ਆਰ ਬੀਇੰਗ ਰਿਪੈਲਡ অর ਅਟਰੈਕਟਡ ਜਿਵੇਂ ਵੀ ਜੋ ਵੀ ਸਿਚੁਏਸ਼ਨ ਹੈ ਵਿਚ ਆਰ ਬੀਇੰਗ ਇ ਤਾਂ ਇੰਜ ਨੇ ਕਰਕੇ ਫੋਰਸ ਲੱਗ ਰਹੀ ਹੈ ਆਈ ਹੋਪ ਯੂ ਆਰ ਗੈਟਿੰਗ ਥਿਸ ਸੋ ਇੱਕ ਵਧੀਆ ਬੱਚਾ ਐਂ ਹੀ ਦੇਖੇਗਾ ਭਾਈ ਵੀ ਐਕਚੁਅਲੀ ਇਹ ਇਲੈਕਟ੍ਰੋਨਸ ਇਹਨੇ ਬੰਡਲ ਆਫ ਇਲੈਕਟ੍ਰੋਨਸ ਜਿਹੜੇ ਜਿੰਨਾ ਕਰਕੇ ਆ ਹੋ ਰਿਹਾ ਹੈ ਹਨਾ ਸਿਚੁਏਸ਼ਨ ਆ ਬਣ ਰਹੀ ਹੈ ਸੋ ਐਫ ਜਿਹੜਾ ਹੈ ਉਹ ਬਰਾਬਰ ਕਹਿੰਦੇ ਆ ਗਿਆ ਆਈ ਐਲ ਕਰੌਸ ਬੀ ਸਪੈਸ਼ਲ ਕੇਸ ਕਰ ਲੈਨੇ ਬੇਟੇ ਸੁਣਿਓ ਧਿਆਨ ਨਾਲ ਕਿਹੜੇ ਕਿਹੜੇ ਸਪੈਸ਼ਲ ਕੇਸ ਹੋ ਸਕਦੇ ਉਹਨੂੰ ਅਪਲਾਈ ਵੀ ਕਰ ਸਕਦੇ ਆ ਕਰਕੇ ਦੇਖਾਂਗੇ lettes ਕਰਕੇ ਦੇਖਾਂਗੇ ਚੀਜ਼ ਵੀ ਮੈਂ ਸੋਚਦਾ ਪਹਿਲਾ ਕੇਸ ਪਹਿਲਾਂ ਤਾਂ ਤੁਸੀਂ ਇਹਦੀ ਡਾਇਰੈਕਸ਼ਨ ਕਿਵੇਂ ਕੱਢੋ ਕਰੋਗੇ ਉਹਦੇ ਬਾਰੇ ਮੈਨੂੰ ਦੱਸਣ ਦੀ ਕਿ ਆਈ ਐਲ ਦੀ ਕ੍ਰੋਸ ਬੀ ਨਾਲ ਤੁਹਾਨੂੰ ਪਤਾ ਹੈ ਆਈ ਐਲ ਐ ਨੂੰ ਹੈ ਤੁਹਾਡੇ ਏਸ ਕੇਸ ਚ ਤੇ ਬੀ ਕਿਧਰ ਨੂੰ ਹੈ ਬੇਟਾ ਆਪਣਾ ਐ ਨੂੰ ਹੈ ਤੇ ਆਈ ਐਲ ਦੀ ਕ੍ਰੋਸ ਬੀ ਨਾਲ ਕਿਵੇਂ ਕੱਢੋਗੇ ਐ ਆਈ ਐਲ ਵਾਲੇ ਪਾਸੇ ਪਹਿਲਾਂ ਹੱਥ ਕਰੋਗੇ ਦੀ ਕ੍ਰੋਸ ਬੀ ਨਾਲ ਥੰਮ ਇਧਰ ਦੇਗਾ ਫੀਲਡ ਫੋਰਸ ਤਾਂ ਫੋਰਸ ਕਿਧਰ ਆਏਗੀ ਬਾਹਰ ਨੂੰ ਆਈ ਹੋਪ ਯੂ ਗਾਟ ਥਿਸ ਹੈਨਾ ਤੇ ਕੇਸ 1 ਜਿਹੜਾ ਬੇਟੇ ਕਿ ਜੇਕਰ ਆਈ ਐਲ ਤੇ ਬੀ ਇੱਕ ਦੂਜੇ ਦੇ ਪੈਰਲਲ ਹੋ ਜਾਣ ਯਾਨੀ ਕਿ ਕਰੰਟ ਐਲੀਮੈਂਟ ਤੇ ਮੈਗਨੇਟਿਕ ਫੀਲਡ ਇੱਕ ਦੂਜੇ ਦੇ ਪੈਰਲਲ ਹੋ ਜਾਣ तो फिर फोर्स किएगी सूँ पता है फोर्स का मैगनीच्यूड बनूगा आई एल बी साइन थीटा पर जो तो पैरल हो गए तो एंगल कि जाएगा जीरो जे एंगल जीरो हो जाए या वन एटी हो जाए एक ही गल है मैं इतने दोनों केस कर रहा हाँ चाहे जीरो हो वे, चाहे बेटे वन एटी हो वे। मतलब एक दूजे एंटी पैरल हो सीरो भी जीरो हों सीटी भी जीरो हों फोरस नहीं लगनी चाहिए ठीक है मेरी गल समझ आप करके देखिए जे मैं कर पाया तो सो पंगा लैके देखते हैं कोई गल नहीं एक करके देखते अपना ठीक है ਹਨੇ ਕੀਤਾ ਸੀ ਕਿ ਜੇਕਰ ਆਈ ਐਲ ਦੀ ਕ੍ਰੋਸ ਆਈ ਐਲ ਬੀ ਦੇ ਪਰਪੈਂਡੀਕੂਲਰ ਹੋ ਜੇ ਫਿਰ ਆਪਣੇ ਕੇਸ ਚ ਇਹੀ ਸੀਗਾ ਆਈ ਐਲ ਕਿਧਰ ਨੂੰ ਸੀ ਐ ਨੂੰ ਤੇ ਬੀ ਕਿਧਰ ਨੂੰ ਸੀ ਐ ਜਾਂ ਐ ਮਤਲਬ ਕਰੰਟ ਐ ਨੂੰ ਤੇ ਬੀ ਕਿਧਰ ਨੂੰ ਸੀ ਬੇਟਾ ਉਹ ਕਰੰਟ ਐ ਨੂੰ ਤੇ ਬੀ ਉੱਪਰ نیچے ਸੀਗਾ ਤੇ ਦੋਨੇ ਇੱਕ ਦੂਜੇ ਦੇ ਕਿਸੇ ਪਰਪੈਂਡੀਕੂਲਰ ਇਨ ਥਿਸ ਕੇਸ ਮੈਕਸਿਮਮ ਫੋਰਸ ਲੱਗਦੀ ਏ ਐਂਡ ਉਹ ਫੋਰਸ ਕਿੰਨੀ ਹੁੰਦੀ ਏ ਆਈ ਐਲ ਬੀ sin 90 ਤਾਂ sin 90 ਕਿੰਨਾ ਹੁੰਦਾ 1 ਸੋ ਕੱਲ ਦੇ ਲੈਕਚਰ ਚ ਬੇਟੇ ਮੇਰੇ ਪੁੱਤਰੋ ਆ ਬਹੁਤ ਇੰਪੋਰਟੈਂਟ ਜੀ ਆਹ ਵਾਲਾ ਫਾਰਮੂਲਾ ਬਹੁਤ ਇੰਪੋਰਟੈਂਟ ਏ ਪਲੀਜ਼ ਇਹਨੂੰ ਪ੍ਰੀਪੇਅਰ ਕਰਕੇ ਆਉਣਾ ਚੱਜ ਨਾਲ ਠੀਕ ਹੈ ਤਾਂ ਤੁਹਾਨੂੰ ਮਜ਼ਾ ਆਏਗਾ ਐਨ ਵਧੀਆ ਹੋਣਾ ਚਾਹੀਦਾ ਸੋ ਇਹਨਾਂ ਮਤਲਬ ਇਹ ਵਾਲੀ ਫੋਰਸ ਕੀ ਆਏਗੀ ਬੇਟੇ ਮੈਕਸਿਮਮ ਠੀਕ ਹੈ ਸੋ ਮੈਕਸਿਮਮ ਫੋਰਸ ਵਾਲਾ ਦਾ ਕਰ ਲਿਆ ਆਪਾਂ ਕਰਕੇ ਦੇਖਣਾ ਆ ਬਲ ਕਰਕੇ ਦੇਖੀਏ ਜੇ ਪੰਗਾ ਲੈ ਕੇ ਦੇਖਦੇ ਹਾਂ ਸੋ ਮੈਂ ਕੀ ਕਰਦਾ ਤੁਸੀਂ ਦੇਖਿਓ ਦੂਜੇ ਕੈਮਰੇ 'ਚ ਹੁਣ ਜਲਦੀ ਜਲਦੀ ਚਾ ਹ ਲਿਖਿਓ ਆਪਾਂ ਕੀ ਕਰਦੇ ਹਾਂ ਇਹ ਆਹ ਲਿਆ ਪਰ ਇਕਲ ਧਿਆਨ ਚ ਰੱਖਣੀ ਪੁੱਤਰ ਤੁਸੀਂ ਕਿ ਐਗਜ਼ੈਕਟਲੀ ਪੈਰਲਲ ਕਰਨਾ ਬਹੁਤ ਔਖਾ ਕੰਮ ਹੈ ਤੁਸੀਂ ਸਮਝ ਲੱਗ ਗਈ ਕੀ ਕੀਤਾ ਮੈਂ ਪੱਲੇ ਵੀ ਮੈਂ ਕੀ ਕੀਤਾ ਤੁਹਾਨੂੰ ਗੱਲ ਪੱਲੇ ਪੈ ਗਈ ਕੀ ਕੀਤਾ ਹੂੰ ਐਵੇਂ ਕਰਨ ਨਾਲ ਕੀ ਹੋ ਗਿਆ ਭਲਾ ਆਲਮੋਸਟ ਵੈਸੇ ਐਗਜ਼ੈਕਟਲੀ ਨਹੀਂ ਹੋਏਗਾ ਲੇਕਿਨ ਤੁਸੀਂ ਪਿਛਲੇ ਕੇਸ ਦੇ ਦੇਖ ਚੁੱਕੇ ਹੋ ਵੀ ਕਿੰਨੀ ਫੋਰਸ ਲੱਗਦੀ ਸੀ ਤੇ ਹੁਣ ਵੀ ਤੁਸੀਂ ਦੇਖ ਲੋਗੇ ਓਕੇ ਪਤਾ ਲੱਗ ਗਿਆ ਕੀ ਹੋ ਰਿਹਾ ਮੈਗਨੇਟਿਕ ਫੀਲਡ ਕਿਵੇਂ ਐਨ ਨੂੰ ਹੈ ਜਾਂ ਤਾਂ ਐਨ ਨੂੰ ਹੀ ਹੈ ਤੇ ਕਰੰਟ ਵੀ ਕਿਵੇਂ ਚੱਲ ਰਿਹਾ ਜਾਂ ਐ ਜਾਂ ਐ ਹੁਣ ਆਪਾਂ ਦੇਖਣਾ ਹੈ ਕਿ ਫੋਰਸ ਕਿੰਨੀ ਲੱਗਦੀ ਬਟ ਪਲੀਜ਼ ਇਸ ਗੱਲ ਨੂੰ ਧਿਆਨ ਚ ਰੱਖਿਓ ਕਿ ਮੈਂ ਇਨ ਸਪਾਈਟ ਆਫ ਮਾਈ ਬੈਸਟ ਐਫਰਟਸ ਇਹਨੂੰ ਬਿਲਕੁਲ ਸਟ੍ਰੇਟ ਨਹੀਂ ਕਰ ਸਕਦਾ ਸੋ ਇਹਨਾਂ ਮਤਲਬ ਕੁਝ ਨਾ ਕੁਝ ਪੋਰਸ਼ਨ ਇਹਦਾ ਸਟ੍ਰੇਟ ਹੋਇਆ ਕੁਝ ਨਹੀਂ ਵੀ ਹੋਇਆ ਸੋ ಲೆਟ ਅਸ ਸੀ ਦੇਖੋ ਕੀ ਹੋਇਆ ਬਸ ਉਥੇ ਖੜਾ ਖੜੇ ਕੰਬੀ ਜਾਂਦਾ ਹੈ ਹਨਾ ਮੈਂ ਤੁਹਾਨੂੰ ਉੱਪਰ ਵੀ ਚੱਕਦਾ ਜੇ ਤੁਹਾਨੂੰ ਐ ਲੱਗੇ ਥੋੜਾ ਜਿਹਾ ਹੋਰ ਛੋਟਾ ਕਰਨਾ ਪਏਗਾ ਆਹ ਰਾਈਟ ਆਪੇ ਆਪੇ ਨਿਮ ਹੋ ਗਿਆ ਬੇਟੇ ਲੋ ਵਿੱਚ ਆ ਹੀ ਗਿਆ ਹੁਣ ਦੇਖਿਓ ਹੈ ਗਰੀ ਨਜ਼ਾਰੇਦਾਰ ਕੰਮ ਠੀਕ ਹੈ ਹੁਣ ਇਹੀ ਜੇ ਮੈਂ ਐ ਕਰ ਦਿੰਨਾ ਜਨਾਬ ਜੀ ਕੀ ਕਰਦੇ ਨੇ ਚੈੱਕ ਕਰ ਲਿਓ ਓਏ ਐ ਹੈ ਸਵਾਦਲਾ ਕੰਮ ਠੀਕ ਹੈ ਸੋ ਆਈ ਹੋਪ ਕਿ ਤੁਸੀਂ ਗੱਲ ਨੂੰ ਸਮਝਦੇ ਹੋਵੋਗੇ ਰਾਈਟ ਸੋ ਆਪਾਂ ਆਵਲਾ ਕੇਸ ਵੀ ਦੇਖ ਲਿਆ ਬੇਟੇ ਤੇ ਆਵਲਾ ਕੇਸ ਵੀ ਆਪਾਂ ਦੇਖ ਲਿਆ ਐਂਡ ਮੈਨੂਅਲ ਲੱਗਦਾ ਕਿ ਟੌਪਿਕ ਤੋਂ ਨੇ ਵੀ ਸਮਝ ਆ ਗਿਆ ਹੋਣਾ ਵਿਦ ਸਾਈਕਲੋਟਰੋਨ ਓਕੇ ਸੋ ਮਿਲਦੇ ਹਾਂ ਪੁੱਤਰੋ ਕੱਲ ਦੇ ਲੈਕਚਰ 'ਚ ਕੱਲ ਕਲਾਸ ਹੈਗੀ ਐ ਮੈਂ ਤੁਹਾਨੂੰ ਦੱਸ ਰਿਹਾ ਪਹਿਲਾਂ ਹੀ ਸੋ ਬੀ ਪ੍ਰਿਪੇਅਰਡ ਤਿਆਰੀ ਲਿਖ ਕੇ ਕਰਕੇ ਆਉਣੀ ਐ ਓਕੇ ਕਮਲ ਸਰ ਸਤਿ ਸ੍ਰੀ ਅਕਾਲ ਤੁਸੀਂ ਜੀਨੀਅਸ ਹੋ ਬਾਈ ਬੱਚੋ ਮੇਰੇ ਕੋ ਲੈ ਜੀ ਬਿਟਾ ਆ ਕੇ